ਸਵਾਗਤ ਜੀ ਤੁਹਾਡਾ ਇੱਕ ਵਾਰਾਂ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਅਸੀਂ ਰੋਜ਼ ਦੇ ਰੋਜ਼ ਜੋ ਕੁਝ ਵੀ ਆਪ ਕੀ ਨੂੰ ਜਵੀਆਂ ਘੰਟਿਆਂ ਚ ਘਟਿਆ ਵਾਪਰਿਆ ਹੁੰਦਾ ਉਹ ਗੱਲੀਬਾਤ ਰਹੀ ਸੁਣਾਉਣ ਦੀ ਕੋਸ਼ਿਸ਼ ਕਰੀਦੀ ਆ ਨਾਲ ਆਪਣੇ ਵੀਰ ਪਰਮੀਰ ਬਾਠੂ ਰਹੀਂ ਕੁਝ ਦਿਨਾਂ ਤੋਂ ਫਿਰ ਉਡਾਰੀ ਮਾਰ ਕੇ ਨੇ ਤੇ ਉਥੋਂ ਤੱਕ ਅਸੀਂ ਤਾਰ ਤੂਰ ਪਾ ਕੇ ਲੱਭਣ ਦੀ ਕੋਸ਼ਿਸ਼ ਕਰੀਦੀ ਆ ਬੰਦਾ ਕੀ ਹਾਲ ਨੇ ਵਾਟਸਾਪ ਚੜ੍ਹਦੀ ਕਲਾ ਸੰਧਾਲੀਆ ਸਾਹਿਬ ਠੀਕ ਠਾਕ ਆਪਣਾ ਸੁਣਾਓ ਬਸ ਬਹੁਤ ਵਧੀਆ ਮਹਾਰਾਜ ਨਜ਼ਾਰੇ ਲਈ ਜਾਂਦੇ ਹੋ ਤੁਸੀਂ ਕੈਨੇਡਾ ਦੇ ਅਹੀਂ ਵੇਖੀ ਜਾਂਦੇ ਆ ਮੈਂ ਮੈਂ ਇੱਕ ਸਵਾਲ ਪੁੱਛਣਾ ਈ ਤੁਹਾਡੇ ਤੋਂ ਉਹ ਬੰਦਾ ਠੀਕ ਕੰਮ ਕਰਦਾ ਜਿਹੜਾ ਮੈਂ ਆਪਣੀ ਥਾਂ ਰੱਖ ਕੇ ਗਿਆ ਕਿ ਸਵੇਰੇ ਭਰਾ ਨੂੰ ਚਾਹ ਬਣਾ ਕੇ ਦੇਣੀ ਆ ਜਦੋਂ ਸਵੇਰੇ ਸੁੱਤਾ ਉੱਠੇ ਚਪਲਾਂ ਲਾਗ ਕੇ ਕਰਨੀਆਂ ਤੌਲੀਆ ਧੋਤਾ ਇਹਨਾਂ ਰੱਖਦਾ ਪ੍ਰੈਸ ਪ੍ਰੈਸ ਕਰਕੇ ਕੋਲ ਚਿਪਲੀਆਂ ਨੇ ਚਿਪਲੀਆਂ ਚਿਪਲੀਆਂ ਕਹਿੰਦਾ ਤਾਂ ਆਵੇ ਤੁਸੀਂ ਮੈਨੂੰ ਦੱਸੋ ਪਤਾ ਨਹੀਂ ਕੀ ਬਣਾ ਛੱਡਿਆ ਅੱਧ ਹੋ ਗਈ ਏ ਦੂਜੀ ਗੱਲ ਉਹ ਤੁਸੀਂ ਇਹ ਵੇਖੋ ਵੀ ਜੂਸ ਠੀਕ ਮਿਲਿਆ ਜਿਹੜਾ ਪੇਜਵਾਇਆ ਮਗਰ ਬਿਲਕੁਲ ਕੁਝ ਨਹੀਂ ਮਿਲਿਆ ਇਹ ਜਦਾਂ ਪੰਜਾਬ ਦੇ ਨਹਿਰੀ ਪਾਣੀ ਮਿਲਿਆ ਨਾ ਉਹ ਵੀ ਵੇਖੋ ਵੀ ਮੈਂ ਧੱਦ ਹੋ ਗਈ ਯਾਰ ਬੰਦਾ ਚਲੋ ਕੋਈ ਨਹੀਂ ਨਹੀਂ ਹੁਣ ਜੇ ਬੰਦੇ ਨੇ ਅਜੇ ਵੀ ਨਹੀਂ ਬੰਦੇ ਨੇ ਮਤਲਬ ਮੰਨਣਾ ਤੇ ਫੇ ਕੀ ਕਰ ਸਕਦੇ ਹਾਂ ਚਲੋ ਸੰਧਾਇਆ ਸਾਹਿਬ ਇੱਕ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਜੇ ਦੋ ਤਿੰਨ ਕਰੋ ਕੋਈ ਨਹੀਂ ਆਪਾਂ ਵੇਲੇ ਹੈ ਆਪਣੇ ਕੋਲ ਕਿਹੜਾ ਟਾਈਮ ਹੈ ਨਹੀਂ ਉਨੇ ਨਹੀਂ ਵੇਲੇ ਨਹੀਂ ਆ ਪਰ ਜਿਹੜੇ ਆਪਾਂ ਨੂੰ ਵੇਖਣ ਸੁਣਨ ਵਾਲੇ ਉਹ ਨਹੀਂ ਨਾ ਵੇਲੇ ਉਹਨਾਂ ਨੂੰ ਕੰਮ ਤਾਂ ਦੇ 100 ਨੇ ਉਹ ਟਾਈਮ ਕੱਢ ਕੇ ਮਹਾਰਾਜ ਤੁਹਾਨੂੰ ਵੇਖਦੇ ਸੁਣਦੇ ਆ 20 ਤੁਹਾਡੇ ਮੈਂ ਜਿੱਥੇ ਤੁਸੀਂ ਇਕੱਲੇ 2 ਮਹੀਨੇ ਰਹੇ ਉਹਨੇ ਮੈਂ ਮੁੜ ਕੇ ਜਾਵਾਂ 20 ਹਲਾਮੇ ਮਿਲਦੇ ਆ ਤੁਹਾਡੇ ਚਲੋ ਸਿਰਫ ਕੋਈ ਗੱਲ ਨਹੀਂ ਘਟ ਘਟ ਉਹਦਾ ਪੈਸਾ ਦਾ ਹਿਸਾਬ ਦਾ ਕਰਿਆ ਵੇ ਕਰਿਆਨੇ ਵਾਲਿਆਂ ਨਾ ਤੁਸੀਂ ਇਹ ਵੇਖੋ ਵੀ ਮਤਲਬ 60 ਦਿਨਾਂ ਚ 20 ਉਲਾਮੇ ਕੁਝ ਵੀ ਨਹੀਂ ਹੈ ਵੀ ਜੀ ਐਵਰੇਜ ਕੁਝ ਵੀ ਨਹੀਂ ਬੈਠਦੀ ਕਿੰਨਾ ਦਿਨ ਚ ਇੱਕ ਉਲਾਮਾ ਹਾਂ ਬਹੁਤ ਸਕੋਪ ਆ ਇਹ ਉਲਾਮਿਆਂ ਦਾ ਅੱਛਾ ਸੰਦਾਲੀਆ ਸਭ ਇਦਾਂ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਰੋਟੀ ਆ ਨਾ ਰੋਟੀ ਹਮਮ ਆਪਾਂ ਦੋ ਤਿੰਨ ਟਾਈਮ ਖਾਣੀ ਆ ਭੁੱਖ ਦੇ ਹਿਸਾਬ ਦੇ ਨਾਲ ਜ਼ਰੂਰੀ ਹੈ ਜੇ ਬੰਦੇ ਨੇ ਆਪਣਾ ਸਰੀਰ ਕਾਇਮ ਰੱਖਣਾ ਭੁੱਖ ਲੱਗਣੀ ਆ ਸਹਾਰੀ ਨਹੀਂ ਜਾਂਦੀ ਪਾਣੀ ਪੀਣਾ ਜ਼ਰੂਰੀ ਹੈ ਸਾਹ ਲੈਣਾ ਬਹੁਤ ਜ਼ਰੂਰੀ ਹੈ ਤਨ ਢਕਣਾ ਕੱਪੜੇ ਜ਼ਰੂਰੀ ਨੇ ਬਿਮਾਰੀ ਦੇ ਵਿੱਚ ਦਵਾਈ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਦੇ ਲਈ ਬੰਦਾ ਜਦੋਜਾਦ ਕਰਦਾ ਕਿ ਭਾਈ ਮੇਰੇ ਕੋਲ ਚਾਰ ਪੈਸੇ ਹੋਣ ਮੇਰੇ ਕੋਲੇ ਸੁਰੱਖਿਅਤ ਕਾਰੋਬਾਰ ਹੋਵੇ ਨੌਕਰੀ ਹੋਵੇ ਮੈਨੂੰ ਤਨਖਾਹ ਮਿਲੇ ਮੈਂ ਆਪਣੇ ਟੱਬਰ ਦਾ ਗੁਜ਼ਾਰਾ ਜਿਹੜਾ ਉਹ ਚੰਗੇ ਤਰੀਕੇ ਨਾਲ ਤੇ ਜੇ ਫੇਰ ਵੀ ਬੰਦੇ ਦਾ ਨਾਸਰੇ ਬੰਦਾ ਮੰਗ-ਮੰਗ ਕੇ ਡਬਲ ਸ਼ਿਫਟਾਂ ਲਾ ਕੇ ਜਾਂ ਕੋਈ ਨਾ ਕੋਈ ਜਿਗਾਰੜ ਕਰਕੇ ਇਹਨਾਂ ਚੀਜ਼ਾਂ ਦਾ ਕਰ ਲੈਂਦਾ ਪ੍ਰਬੰਧ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਆਪਣਾ ਭਾਈਚਾਰਾ ਜਿਹੜਾ ਆਪਾਂ ਵਿਰੋਧ ਜਾਂ ਹੱਕ ਦੀ ਗੱਲ ਨਹੀਂ ਇਹ ਸਿਰਫ ਸਮਝਣ ਦੀ ਗੱਲ ਹੈ ਕਿ ਥੌਟ ਪ੍ਰੋਸੈਸ ਵਿਚਾਰ ਪ੍ਰਵਾਹ ਜਿਹੜਾ ਉਹਨੂੰ ਸਮਝਣਾ ਮਾੜਾ ਜੇ ਆ ਪ੍ਰਕਿਰਿਆ ਕੀ ਆ ਕਿ ਸ਼ਰਾਬ ਜਿਹੜੀ ਆ ਨਾ ਸ਼ਰਾਬ ਜਾਨੀ ਜਿਹਨੂੰ ਪੀ ਕੇ ਸਿਰ ਕਮਾਉਣਾ ਹੁੰਦਾ ਜਿਹਦੇ ਬਾਰੇ ਬਹੁਤ ਸਾਰੇ ਸੱਜਣਾ ਦਾ ਕਹਿਣਾ ਉਹ ਇਹ ਕਿਹੜਾ ਪੀਣ ਨੂੰ ਕਿਹਦਾ ਜੀ ਕਰਦਾ ਇਹ ਤਾਂ ਕੰਪਨੀ ਸੇਕ ਆ ਇਹ ਤਾਂ ਆਪਾਂ ਇੱਕ ਦੂਜੇ ਦੇ ਨਾਲ ਬਹਿਣਾ ਹੁੰਦਾ ਸਾਡੇ ਤਾਂ ਕਾਰੋਬਾਰੀ ਇਦਾਂ ਦੇ ਆ ਜੇ ਬਹਿ ਕੇ ਅਗਲੇ ਦੇ ਨਾਲ ਗਲਾਸ ਨਾ ਖੜਕਾਈਏ ਤਾਂ ਫਿਰ ਕਾਰੋਬਾਰ ਠੇਕੇ ਠੂਕੇ ਕੱਟ ਮਿਲਦੇ ਆ ਹੁਣ ਤੁਸੀਂ ਦੇਖੋ ਕਿ ਦੋ ਕਟਨਾਮਾ ਉੱਪਰੋਂ ਥਲੀ ਘਟੀਆਂ ਪੇ ਕੀ ਪੰਜਾਬੀ ਭਾਈਚਾਰੇ ਨੇ ਸ਼ਰਾਬ ਆਪਣੀ ਜ਼ਰੂਰਤ ਬਣਾ ਲਈ ਹੈ ਜ਼ਰੂਰਤ ਤੋਂ ਵੀ ਉੱਪਰ ਜਾ ਕੇ ਕਿਤੇ ਆਪਣੀ ਮਜਬੂਰੀ ਤਾਂ ਨਹੀਂ ਬਣਾ ਲਈ ਬੇਵਸੀ ਤਾਂ ਨਹੀਂ ਬਣਾ ਲਈ ਆ ਇੱਕ ਘਟਨਾ ਪਿਛਲੇ ਦਿਨ ਇਹ ਰੇਰ ਇੰਡੀਆ ਦੇ ਵਿੱਚ ਜਿਹੜੀ ਘਟੀ ਸੀ ਉਹਦੇ ਵਿੱਚ ਤਾਂ ਦੇਖੋ ਕੀ ਕੁਝ ਨਹੀਂ ਹੋਇਆ ਹਾਲਾਂਕਿ ਉਹ ਬੰਦੇ ਪੰਜਾਬੀ ਨਹੀਂ ਸੀ ਕਿ ਸ਼ਰਾਬ ਪੀਤੀ ਜ਼ਿਆਦਾ ਪੀ ਲਈ ਨਾਲ ਦੀ ਸਵਾਰੀ ਦੇ ਨਾਲ ਜੋ ਕੁਝ ਦੁਰਵਿਹਾਰਜਾ ਕੀਤਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਸੀ ਤੇ ਹੁਣ ਇਹ ਰੇਰ ਇੰਡੀਆ ਵਾਲੇ ਕਹਿੰਦੇ ਕਿ ਨਾ ਭਾਈ ਸਾਡਾ ਕਰੂ ਜਿਹੜਾ ਹੈ ਸਾਡਾ ਅਮਲਾ ਫੈਲਾ ਜਿਹੜਾ ਹੈ ਉਹ ਦੇਖਿਆ ਕਰਨਗੇ ਕਿ ਕਿਹੜੇ ਬੰਦੇ ਨੂੰ ਜਹਾਜ਼ ਦੀ ਚਲਦੀ ਫਲਾਈਟ ਦੇ ਵਿੱਚ ਜਹਾਜ਼ ਚੱਲਦਾ ਜਦੋਂ ਉਹਨੂੰ ਕਿੰਨੀ ਇੱਕ ਸ਼ਰਾਬ ਪਰੋਸਣੀ ਹੈ ਇੱਕ ਟਾਇਰ ਇੰਡੀਆ ਨੇ ਆਪਣੀ ਪਾਲਿਸੀ ਚੇਂਜ ਕਰ ਦਿੱਤੀ ਉਹਨਾਂ ਦੋ ਘਟਨਾਵਾਂ ਤੋਂ ਬਾਅਦ ਜਦੋਂ ਗਲ ਪੈਂਦੇ ਸੀ ਲੋਕ ਸ਼ਰਾਬਾਂ ਪੀ ਪੀ ਕੇ ਇੱਕ ਦੂਜੇ ਦੇ ਜਹਾਜ਼ ਦੇ ਅੰਦਰ ਉੜਦੇ ਜਹਾਜ਼ ਦੇ ਅੰਦਰ ਹੁਣ ਉਹ ਕਹਿੰਦੇ ਜੀ ਕਿ ਉਦੋਂ ਤੱਕ ਕੋਈ ਵੀ ਬੰਦਾ ਸ਼ਰਾਬ ਦੀ ਇੱਕ ਘੁੱਟ ਵੀ ਨਹੀਂ ਪਰ ਸਕਦਾ ਜਦੋਂ ਤੱਕ ਜਹਾਜ਼ ਦਾ ਅਮਲਾ ਫੈਲਾ ਜਿਹੜਾ ਕਿ ਉਥੇ ਲੋਕਾਂ ਦੀਆਂ ਜ਼ਰੂਰਤਾਂ ਪੂਰਾ ਕਰਦਾ ਹੁੰਦਾ ਉਹ ਤੁਹਾਨੂੰ ਸ਼ਰਾਬ ਸਰਵ ਨਹੀਂ ਕਰਦੇ ਦੂਸਰਾ ਉਹਨੇ ਵੀ ਕਹਿਤਾ ਉਹ ਕਹਿੰਦੇ ਜੀ ਗੱਲ ਬੜੀ ਕਲੀਅਰ ਹੈ ਕਿ ক্রੂ ਮੈਂਬਰ ਦੇਖੂਗਾ ਕਿ ਜਿਹੜੇ ਬੰਦੇ ਨੂੰ ਪਹਿਲਾਂ ਤੁਸੀਂ ਇੱਕ ਗਲਾਸੀ ਸ਼ਰਾਬ ਦੀ ਦਿੱਤੀ ਹੈ ਕਿ ਉਹ ਹੋਰ ਪੀਣ ਜੋਗਾ ਹੈਗਾ ਜੇ ਤਾਂ ਮਾੜਾ ਮੋਟਾ ਹਿੱਲਣ ਜਾਂ ਲੱਪਿਆ ਅਪਲ ਟਪੜੀਆਂ ਮਾਰਨ ਲੱਪਿਆ ਨਾਲ ਦੀਆਂ ਸਵਾਰੀਆਂ ਦੇ ਲਈ ਤੰਗੀ ਬਣਨ ਲੱਗ ਪਿਆ ਫੇਰ ਕਹਿੰਦੇ ਜੀ ਉਹਨੂੰ yellow category ਚ ਸ਼ਾਮਲ ਕਰ ਦੇਣਾ ਤੁਸੀਂ ਆਪਣੇ ਦਿਮਾਗ ਨਹੀਂ ਕਿ ਇਹ ਭਾਈ ਹਿੱਲ ਗਿਆ ਥੋੜਾ ਜਿਹਾ ਇਨੂੰ ਹੋਰ ਨਹੀਂ ਪੋਣੀ ਤਾਂ ਜੇ ਬੰਦਾ ਇੱਕ ਗਲਾਸ ਪੀ ਕੇ ਵੀ ਕਹਿੰਦਾ ਕਿ ਨਹੀਂ ਭਾਈ ਆਪਾਂ ਤਾਂ ਠੀਕ ਐ ਬਿਲਕੁਲ ਕੋਈ ਗੱਲ ਨਹੀਂ ਫਿਰ ਉਹਨੂੰ ਗ੍ਰੀਨ ਕੈਟਾਗਰੀ ਦੇ ਵਿੱਚ ਰੱਖ ਦੇਣਾ ਫਿਰ ਇੱਕ ਅੱਧੀ ਗਲਾਸੀ ਉਹਨੂੰ ਹੋਰ ਦਿੱਤੀ ਜਾ ਸਕਦੀ ਹੈ ਜਾਣੀ ਕਿ ਪਿਛਲੇ ਦਿਨੀ ਜਹਾਜ਼ਾਂ ਦੇ ਵਿੱਚ ਵੱਧ ਸ਼ਰਾਬ ਪੀ ਕੇ ਜੇ ਇਸ ਤਰੀਕੇ ਦਾ ਮਾਹੌਲ ਖਰਾਬ ਕ੍ਰੀਏਟ ਕੀਤਾ ਗਿਆ ਸੀ ਉਹਦੇ ਤੋਂ ਬਾਅਦ ਹੁਣ ਅਗਲਿਆਂ ਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਭਾਈ 8 10 12 ਘੰਟੇ ਦੀ ਬਤ ਤੋਂ ਬਤ ਫਲਾਈਟ ਹੈ ਜੇ ਉਹਦੇ ਵਿੱਚ ਚਾਰ ਗਲਾਸੀਆਂ ਅੰਦਰ ਨਾ ਵੀ ਸਿੱਟੀਆਂ ਤਾਂ ਸੰਧਾ ਵਾਲੀ ਆ ਸਭ ਗੱਲ ਕਿਹੜੀ ਐ ਨਹੀਂ ਗੱਲ ਤੁਹਾਡੀ ਠੀਕ ਐ ਵੈਸੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਵੀ ਨਾ ਇੱਕ ਦੋ ਡਿਬੇਟ ਦੇ ਵਿਸ਼ੇ ਬਣ ਜਾਣੇ ਆ ਮੇਰਾ ਖਿਆਲ ਆਪਾਂ ਇੱਥੇ ਇਕੱਠੇ ਬੈਠੇ ਜਦੋਂ ਆਪਾਂ ਨੂੰ ਕੋਈ ਪੁਰਾਣੀ ਸੱਜਣ ਉਹ ਗੱਲ ਸੁਣਾਉਂਦੇ ਸੀ ਅੱਜ ਤੋਂ ਮੇਰਾ ਖਿਆਲ 15-20 ਸਾਲ ਪਹਿਲਾਂ ਦੇ ਜਹਾਜ਼ਾਂ ਦੀ ਕਿ ਵੀ ਉਦੋਂ ਦੇ ਕੋਈ ਇੱਕਦੰਦੇ ਆਮ ਬੋਤਲ ਛੋਟੀ ਦੇ ਇੱਕ ਜਿਹੜਾ ਘੜਾ ਆਮ ਤੌਰ ਤੇ ਘੜਾ ਬੜਾ ਮਸ਼ਹੂਰ ਆਵੇ ਬਾਹਰੋਂ ਫਲਾਣਾ ਘੜਾ ਲਿਆ ਉਹ ਲੈ ਕੇ ਵੀ ਚੜ ਜਾਣਾ ਤੇ ਵਿੱਚ ਉਹ ਖੋਲ ਕੇ ਤੇ ਉਦੋਂ ਬਾਅਦ ਸ਼ਗੀ ਸ਼ਿਕਾਈ ਜਾਣੀ ਤੇ ਫਿਰ ਪਤਾ ਉਹਨਾਂ ਲੱਗਣਾ ਵੀ ਕਿਹੜੀ ਸੀਟ ਤੇ ਸੋਤੇ ਆ ਕਿਹੜੀ ਸੀਟ ਤੇ ਪਏ ਆ ਤੇ ਮੁੜ ਕੇ ਜਦੋਂ ਲਾਗੇ ਜੇ ਪਹੁੰਚਣਾ ਤੇ ਫਿਰ ਉਹਨੇ ਕਿਸੇ ਨੇ ਮੋਢਾ ਜਾਂ ਮਾਰ ਕੇ ਠਾਉਣਾ ਵੀ ਲੱਗਦਾ ਵੀ ਉਤਰਨ ਵਾਲਾ ਜਹਾਜ਼ ਹੁਣ ਥੋੜੇ ਸਿੱਧੇ ਸੁਧਦੇ ਹੋਈ ਏਕਨਾਂ ਚੀਜ਼ਾਂ ਵਸਤਾਂ ਚੁੱਕੀ ਏ ਹੁਣ ਉਹਦੇ ਨਾਲ ਉਹ ਤੇ ਹੁਣ ਦੇ ਹਿਸਾਬ ਨਾਲ ਤੇ ਵੈਸੇ ਦੇਖਿਆ ਜਾਵੇ ਤੇ ਵਾਵਾ ਫਰਕ ਪੈ ਗਿਆ ਹੁਣ ਤੇ ਆਪਾਂ ਕਹਿ ਸਕਦੇ ਆ ਕਿ ਵੀ ਇਹ ਅੱਗੇ ਨਾਲੋਂ ਚੀਜ਼ਾਂ ਜਿਹੜੀਆਂ ਕਾਫੀ ਕੰਟਰੋਲ ਚ ਨਹੀਂ ਪਰ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਹੁਣ ਜਾ ਕੇ ਉਹਨਾਂ ਨੇ ਕਹਿ ਲੋਗੇ ਵੀ ਉਹ ਚੀਜ਼ਾਂ ਘਟਾ ਦਿਆਂ ਵੀ ਹਾਂਜੀ ਆ ਚੀਜ਼ ਹੋਊਗੀ ਆ ਨਹੀਂ ਹੋਊਗੀ ਐਸ ਚੀਜ਼ ਦੀ ਰੋਕ ਐ ਐਸ ਚੀਜ਼ ਦੀ ਰੋਕ ਨਹੀਂ ਆ ਇਹ ਮੁੰਲਾ ਦਾ ਚੰਗੀ ਗੱਲ ਵੀ ਆ ਇਹਦੇ ਮੁੰਲਾ ਦਾ ਇੱਕ ਆਈਡੀਆ ਇਹ ਵੀ ਹੋ ਸਕਦਾ ਆ ਆਪਾਂ ਕਈ ਜਿਹੜੀਆਂ ਵਿਦੇਸ਼ੀ ਜਹਾਜ਼ ਕੰਪਨੀ ਉਹਨਾਂ ਦੇ ਵਿੱਚ ਦੇਖਦੇ ਆਂ ਵੀ ਉਹਨਾਂ ਨੇ ਉਹ ਸਾਰੇ ਕੁਝ ਨੂੰ ਮੁੱਲ ਦਾ ਕਰਤਾ ਵੀ ਠੀਕ ਐ ਤੁਸੀਂ ਪੀਣੀ ਆ ਤੁਸੀਂ ਕੁਝ ਖਾਣਾ ਆ ਉਹਦੇ ਵਿੱਚ ਉਹ ਤੁਹਾਨੂੰ ਸਰਵ ਕਰ ਦੇਣਗੇ ਪਰ ਨਾਲ ਦੀ ਨਾਲ ਤੁਹਾਨੂੰ ਜਿਹੜਾ ਕ੍ਰੈਡਿਟ ਕਾਰਡ ਆ ਉਹ ਉੱਥੇ ਵਰਤਣਾ ਪੈਣਾ ਉਹ ਟੀ ਕਰਾਉਣੀ ਪੈਣੀ ਉਹਨਾਂ ਦੀ ਮਸ਼ੀਨ ਜੀ ਤੇ ਤੇ ਜਦੋਂ ਫਿਰ ਬੰਦਾ ਉੱਥੇ ਟੀਂ ਕਰਾਉਂਦਾ ਉਹ ਬੈਂਕ ਦੇ ਹਿਸਾਬ ਨਾਲ 3-4 ਗੁਣਾ ਹੋ ਕੇ ਟੀਂ ਹੁੰਦੀ ਹੈ ਕਿਉਂਕਿ ਉੱਥੇ ਜਿਹੜਾ ਰੇਟ ਆ ਉਹਦਾ ਉਹ ਕਈ ਗੁਣਾ ਉਹਨਾਂ ਨੇ ਰੱਖਿਆ ਹੁੰਦਾ ਮੈਨੂੰ ਲੱਗਦਾ ਵੀ ਇਹੋ ਜਿਹਾ ਕੰਮ ਹੀ ਕੀਤਾ ਚਾਹਦਾ ਜਹਾਜ਼ ਕੰਪਨੀ ਨੂੰ ਵੀ ਬੰਦ ਅਸੀਂ ਕਰ ਦੇਣੀ ਤੇ ਟੀਂ ਤੁਸੀਂ ਕਰਾ ਕੇ ਤੇ ਜਿੰਨੀ ਮਰਜ਼ੀ ਪੀ ਜਾਓ ਜੇ ਤੁਹਾਡੇ 'ਚ ਬੌਧੀ ਪਹੁੰਚ ਆ ਤੇ ਆਪਣੇ ਆਪ ਤੁਹਾਨੂੰ ਹੋ ਸਕਦਾ ਉਦੋਂ ਉਸਨਾ ਆਵੇ ਪਰ ਜਦੋਂ ਫਾਈਨਲੀ ਜਾ ਕੇ ਤੁਸੀਂ ਪਹੁੰਚਣਾ ਤੇ ਕ੍ਰੈਡਿਟ ਕਾਰਡ ਦਾ ਬਿੱਲ ਆਉਣਾ ਫਿਰ ਆਪਣੇ ਆਪ ਉਹ ਜਿਹੜੀ ਉਦੋਂ ਜਹਾਜ਼ ਵਾਲੀ ਪੀਤੀ ਉਹ ਦੁਬਾਰਾ ਚੇਤੇ ਕਰ ਕਰਕੇ ਇੱਕ ਰਾਂ ਝੂਰਨਾ ਵੀ ਯਾਰ ਕਾ ਨੂੰ ਇਹ ਗਲਤੀ ਅ ਦੇਖੋ ਗੱਲ ਤਾਂ ਸੰਧਾਲੀਆ ਸਭ ਤੁਹਾਡੀ ਬਿਲਕੁਲ ਠੀਕ ਹੈ ਕਿ ਭਾਈ ਮੁੱਲ ਜਰਾ ਵਧਾ ਕੇ ਰੱਖਦੇ ਹੋ ਗੱਲ ਕਿਹੜੀ ਹੈ ਬਾਕੀ ਇਹ ਵੀ ਹੈ ਕਿ ਥੋੜਾ ਜਿਹਾ ਸੰਜੀਦਗੀ ਦੇ ਨਾਲ ਵੀ ਆਪਣੇ ਭਾਈਚਾਰੇ ਨੂੰ ਚੱਲਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਮਾੜੀ-ਮੁੱਟੀ ਇੱਕ ਅੱਧੀ ਗਲਾਸੀ ਪੀਂਦੇ ਆ ਤੇ ਮੂੜਖੇ ਚੁੱਪ ਕਰਕੇ ਸੌਂ ਜਾਂਦੇ ਆ ਕਿਸੇ ਦੇ ਲਈ ਕੋਈ ਤੰਗੀ ਪਰੇਸ਼ਾਨੀ ਦਾ ਕਾਰਨ ਨਹੀਂ ਹੁਣ ਇੱਕ ਪਾਸੇ ਤਾਂ ਸੰਧਾਲੀਆ ਸਭ ਆਪਾਂ ਚਾਹੁੰਦੇ ਆ ਕਿ ਲੋਕ ਸਾਡਾ ਸਤਿਕਾਰ ਕਰਨ ਸਾਡਾ ਮਾਣ ਜਿਹੜਾ ਉਹ ਕਰਨ ਕਿ ਅਸੀਂ ਪੰਜਾਬੀ ਆ ਅਸੀਂ ਭਾਰਤੀ ਆ ਤੇ ਦੂਸਰੇ ਪਾਸੇ ਜੇ ਅਸੀਂ ਸਿਰਜਾ ਘਮਾ ਕੇ ਦੋ ਕੁ ਗਲਾਸੀਆਂ ਅੰਦਰ ਸੱਟ ਕੇ ਨਾਲ ਦੀ ਸਵਾਰੀ ਨੂੰ ਤੰਗ ਪਰੇਸ਼ਾਨ ਕਰਾਂਗੇ ਜਹਾਜ਼ ਦੇ ਵਿੱਚ ਖਰੂਦ ਕਰਾਂਗੇ ਫਿਰ ਕਿੰਨਾ ਕੁ ਵਧੀਆ ਅਕਸ ਆਪਣਾ ਬਣਨਾ ਆਮ ਹੀ ਆ ਪਤਾ ਨਹੀਂ ਕਿਹੜੀ ਗੱਲ ਹੈ ਕਿ ਆਪਾਂ ਕਈ ਬੰਦਿਆਂ ਨੂੰ ਦੇਖਿਆ ਕਿ ਉਹ ਤਾਂ ਬੜੇ ਸੀਮਤ ਹੁੰਦੇ ਆ ਕਿ ਭਾਈ ਨਾ ਮੈਂ ਨਹੀਂ ਪੀਂਦਾ ਜਾਂ ਜੇ ਮੈਂ ਪੀਣਾ ਤਾਂ ਇੰਨੀ ਪੀਣਾ ਤੇ ਕਈਆਂ ਨੂੰ ਇਹ ਹੁੰਦਾ ਉਹੋ ਵਿਆਹ ਉਹਨਾਂ ਨੇ ਕਿਤੇ ਭੜਾਈ ਬਈ ਉਹਨਾਂ ਨੇ ਕਿਤੇ ਐ ਕੀਤਾ ਬਈ ਉਹਨਾਂ ਨੇ ਕਿਤੇ ਐਉਂ ਕੀਤਾ ਬਈ ਉੱਥੇ ਬੜੀ ਤਰ੍ਹਾਂ ਦੀ ਨਸ਼ਾ ਬੜਾ ਵਧੀਆ ਨਸ਼ਾ ਪੀਤਾ ਉੱਥੇ ਐਦਾਂ ਦੀਆਂ ਗੱਲਾਂ ਕਰੀ ਜਾਣਗੇ ਕਿ ਭਾਈ ਕਿਤੇ ਉਹਦੇ ਸਿਰ ਤੇ ਚੜਨਾ ਜੇ ਤਾਂ ਰੋਟੀ ਐ ਸਬਜ਼ੀ ਐ ਦਵਾਈ ਐ ਕੱਪੜੇ ਐ ਜਿਹੜੀ ਚੀਜ਼ ਤੋਂ ਬਿਨਾ ਸਰਦਾ ਨਹੀਂ ਫਿਰ ਤਾਂ ਮੰਨੇ ਆ ਹੁਣ ਤੁਸੀਂ ਦੇਖੋ ਕਿੰਨੀ ਵਾਰੀ ਇਹ ਚਰਚਾ ਚੱਲਦੀ ਹੁੰਦੀ ਕਿ ਪੰਜਾਬ ਦੇ ਵਿੱਚ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਸਾਧਨ ਕੀ ਐ ਸ਼ਰਾਬ ਤੋਂ ਆਉਂਦੀ ਇਨਕਮ ਇਹਦਾ ਮਤਲਬ ਐ ਕਿ ਅਸੀਂ ਸਿੱਟਦੇ ਆ ਅੰਦਰ ਅਸੀਂ ਪੀਂਦੇ ਤਾਂ ਨਹੀਂ ਹੋਣੇ ਜੇ ਸਰਕਾਰ ਨੂੰ ਸ਼ਰਾਬ ਤੋਂ ਸਭ ਤੋਂ ਵੱਧ ਆਮਦਨ ਆਉਂਦੀ ਐ ਸਾਡੇ ਫੇ ਬੋਤਲਾਂ ਅਧੀਏ ਪਾਈਏ ਪੇਟੀਆਂ ਘੜੇ ਕੁੜੇ ਜਿਹੜੇ ਤੁਸੀਂ ਕਹਿੰਨੇ ਆ ਉਹ ਵੇਕਦੇ ਆ ਤਾਂ ਸਰਕਾਰ ਨੂੰ ਆਮਦਨ ਆਉਂਦੀ ਆ ਨਾ ਹੁਣ ਦੂਸਰੀ ਘਟਨਾ ਤੁਸੀਂ ਦੇਖੋ ਆਪਾਂ ਚਾਹੇ ਜਿਹੜੇ ਮਰਜ਼ੇ ਸੂਬੇ ਦੇ ਹੋਈਏ ਆ ਕਪੂਰਥਲੇ ਦੇ ਵਿੱਚ ਇੱਕ ਪਿੰਡ ਆ ਬਾਉਪੁਰ ਉੱਥੇ ਤਿੰਨ ਮਜ਼ਦੂਰ ਸੀ ਕਿਸਾਨ ਦੇ ਖੇਤਾਂ ਦੇ ਵਿੱਚ ਗਏ ਕਿਉਂਕਿ ਕੰਮਕਾਰ ਕਰਦੇ ਹੋਣੇ ਆ ਤੇ ਦਰਵਾਜ਼ਾ ਖੋਲ੍ਹਿਆ ਮੋਟਰ ਦਾ ਮੋਟਰ ਮੱਟ ਚਲਾਉਣੀ ਹੁੰਦੀ ਉੱਥੇ ਇੱਕ ਸ਼ਰਾਬ ਦੀ ਬੋਤਲ ਪਈ ਹਸੰਧਾ ਵਾਲਿਆ ਸਭ ਕਮਾਲ ਹੋ ਗਈ ਆ ਭੁੱਖ ਲੱਗੀ ਆ ਨਾ ਇਹ ਤੋਂ ਬਣਾ ਸਰਦਾ ਨਹੀਂ ਨਾ ਉਹਨਾਂ ਤਿੰਨਾਂ ਨੇ ਚੱਕੀ ਬੋਤਲ ਸਿੱਟ ਲਈ ਅੰਦਰ ਦੋ ਮਰਗਿਆਂ ਵਿੱਚੋਂ ਕਿਉਂਕਿ ਅਸਲ ਦੇ ਵਿੱਚੋ ਸ਼ਰਾਬ ਦੀ ਬੋਤਲ ਦੇ ਵਿੱਚ ਕੀਟਨਾਸ਼ਕ ਦਵਾਈ ਪਾਈ ਹੋਸੀ ਕਿਸਾਨ ਨੇ ਆਲਾ ਦੋਲਾ ਥੋੜੋ ਫਿਰ ਦੇਖਣਾ ਜਦੋਂ ਦੇਖੀ ਕਿ ਭਾਈ ਬੋਤਲ ਪਈ ਆ ਕੰਧ ਨਾਲ ਲੱਗੀ ਆ ਹਾਹਾ ਬੱਲੇ ਬੱਲੇ ਹੋ ਗਈ ਮੂੰਹ ਦੇ ਵਿੱਚੋਂ ਪਾਣੀ ਆ ਗਿਆ ਤਾਂ ਅੰਦਰ ਸਿੱਟ ਲਈ ਹੁਣ ਦੋ ਬੰਦੇ ਜਹਾਨੋ ਚੱਲ ਗਏ ਇੱਕ ਬੰਦਾ ਗੰਭੀਰ ਹਾਲਤ ਦੇ ਵਿੱਚ ਹੈ ਪ੍ਰਵਾਸੀ ਮਜ਼ਦੂਰ ਨੇ ਤੇ ਨਹੀਂ ਸਾਨੂੰ ਕਿਤੇ ਨਾ ਕਿਤੇ ਉਹ ਲਾਲਚ ਵਾਲੀ ਗੱਲ ਜਿਹੜੀ ਹੈ ਨਾ ਹੁਣ ਮੰਨ ਲਓ ਪੀ ਵੀ ਲੌਂਗੇ 4 ਘੰਟੇ ਉੱਤਰ ਜਾਓ ਫਿਰ ਮੁੜ ਕੇ ਆਪਣੀ ਲੈ ਕੇ ਪੀਓਗੇ ਜਿੱਦਣ ਨਹੀਂ ਹੁੰਦੀ ਉਸ ਦਿਨ ਵੀ ਤਾਂ ਦਿਨ ਟੱਪਦੇ ਹੀ ਆਂ ਕਟਪਾਉਣੇ ਹੀ ਆਂ ਆਪਾਂ ਸੋ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਆਪਦੇ ਮਨ ਨੂੰ ਗੰਢ ਜੜੀ ਮਾੜੀ ਮੋਟੀ ਦੇਣੀ ਚਾਹੀਦੀ ਹੈ ਕਿ ਭਾਈ ਕਿਤੇ ਨਹੀਂ ਪਹਾੜ ਡੇਗ ਚੱਲਾ ਕਿਤੇ ਨਹੀਂ ਪੁਲਾ ਥੱਲੇ ਦੀ ਸਾਰਾ ਪਾਣੀ ਲੰਘ ਚੱਲਾ ਇਹ ਤੇ ਇਹ ਤੇ ਵੈਸੇ ਇੱਕ ਗੱਲ ਐ ਵੀ ਜੇ ਆਪਾਂ ਇਸ ਲਾਮਤ ਤੋਂ ਵਾਈਜੀਏ ਨਾ ਵੀ ਤੁਸੀਂ ਆ ਹੁਣ ਦੇਖ ਲਓ ਜੇ ਵਿਆਹਾਂ ਦੀ ਸੀਨ ਚ ਆਪਾਂ ਦੇਖਦੇ ਆ ਵੀ ਜਦੋਂ ਬੰਦਾ ਸਵੇਰੇ ਜਾਂਦਾ ਉਦੋਂ ਆ ਟਾਈ ਟੂਈ ਬਿਲਕੁਲ ਸਿੱਧੀ ਹੁੰਦੀ ਤੇ ਕੋਟ ਪੈਂਟ ਕਹਿੰਦਾ ਵੀ ਮਿਰਗਾ ਕਿਹੜਾ ਹੀ ਤੇ ਉਹੋ ਹੀ ਬੰਦਾ ਕਿਤੇ ਦੁਪਹਿਰੋਂ ਬਾਅਦ ਵੇਖ ਲਓ ਤੇ ਫੇਰ ਟਾਈ ਕਿਤੇ ਕੋਟ ਕਿਤੇ ਤੇ ਚਟਨੀਆਂ ਕਿਤੇ ਤੇ ਉਦੋਂ ਬਾਅਦ ਏਕਦੇ ਇੱਧਰ ਉੱਧਰ ਕੋ ਹੋਰ ਵੀ ਉਹੋ ਜਿਹਾ ਮਿਲਤ ਹੋਏ ਤੇ ਫੇਰ ਉੱਥੇ ਪੱਗੋ ਹੱਥੀ ਵੀ ਹੋਣਾ ਹੁੰਦਾ ਇੱਕ ਦੂਜੇ ਦੇ ਨਾਲ ਤੇ ਫੇਰ ਕੁਛ ਪਤਾ ਨਹੀਂ ਵੀ ਕਿੱਧਰ ਨੂੰ ਜਾਵੇ ਕਹਾਣੀ ਇਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਆਪਾਂ ਨੂੰ ਇੱਕ ਇੱਕ ਦੇ ਫ੍ਰੀ ਵਾਲੀ ਵੇਖ ਕੇ ਵੀ ਜਦੋਂ ਦਿਲ ਕਰਦਾ ਨਾ ਵੀ ਉਹ ਤੇਰਾ ਪਲ ਆ ਜਾਏ ਗੁਰੂ ਆਏ ਤੇ ਫ੍ਰੀ ਚ ਆਈਟਮ ਮਿਲਣ ਦੇ ਆ ਤੇ ਮੈਂ ਜੇ ਛੱਡਤੀ ਤੇ ਮੈਨੂੰ ਮaaf ਕਿੰਨੇ ਕਰਨਾ ਇਹ ਵੀ ਮੈਨੂੰ ਲੱਗਦਾ ਵੀ ਆਪਾਂ ਬੇਨਤੀ ਕਰੀਏ ਵੀ ਇਹ ਜੇ ਨਾ ਕਰੀਏ ਤੇ ਚੰਗੀ ਗੱਲ ਆ ਹੁਣ ਵੈਸੇ ਵਿੱਚੋਂ ਵਿੱਚੋਂ ਇਹ ਚਰਚਾ ਚੱਲਣ ਲੱਗ ਪਈ ਆ ਪੂੜਾ ਸਰਕਾਰ ਨੇ ਕਿਹਾ ਸੀ ਵੀ ਭਾਈ ਤੁਸੀਂ ਇਹ ਨਾ ਹੋਵੇ ਵੀ ਜੇ ਪੈਨਲਸ ਚੋਂ ਪੀ ਕੇ ਨਿਕਲੇ ਤੇ ਖੱਬੇ ਜਾਂ ਸੱਜੇ ਪਾਸੇ ਕਿਤੇ ਲਾਗੇ ਬੰਨੇ ਤੁਹਾਨੂੰ ਨਾਕੇ ਵਾਲੇ ਮਿਲ ਗਏ ਤੇ ਉਹਨਾਂ ਨੇ ਭੂਕ ਮਾਰਾਲ ਵਾਲੀ ਮਸ਼ੀਨ ਚ ਤੇ ਜੇ ਉਸ ਫੂਕ ਨੇ ਕਹਿਤਾ ਵੀ ਅੰਦਰ ਇਹਦੇ ਕੋਈ ਹੋਰ ਫੂਕਾਂ ਵੱਜੀਆਂ ਨੇ ਤੇ ਫੇਰ ਗੱਡੀ ਵੀ ਉੱਥੇ ਹੋ ਸਕਦਾ ਤੁਹਾਡੀ ਜਬਤ ਹੋ ਜੇ ਤੇ ਜੁਰਮਾਨਾ ਵੀ ਤਕੜਾ ਹੋਊਗਾ ਉਹਦੇ ਤੋਂ ਵੈਸੇ ਹੁਣ ਲੋਕ ਥੋੜੀ ਥੋੜੀ ਕੰਨੀ ਜੀ ਤੇ ਘਤਰਉਣ ਲੱਗਿਆ ਵੀ ਯਾਰ ਚੱਲ ਬਹੁਤੀ ਨਾ ਹੀ ਕਰੀਏ ਲੈ ਜੇ ਕੋਈ ਹੈਗਾ ਤੇ ਗੱਡੀ ਕੋਈ ਹੋਰ ਚਲਾ ਲਵੇ ਇਹਦਾ ਮਤਲਬ ਇਹ ਹੋਗਾ ਵੀ ਜਦੋਂ ਕਿਤੇ ਨਾ ਕਿਤੇ ਸਖਤੀ ਹੁੰਦੀ ਹੈ ਉਦੋਂ ਤੇ ਸਾਨੂੰ ਸਮਝ ਸੋਝੀ ਆ ਜਾਂਦੀ ਸਾਰੀ ਤੇ ਜਦੋਂ ਸਖਤੀ ਹੁੰਦੀ ਨਹੀਂ ਤੇ ਆਪਨ ਲੱਗਦਾ ਵੀ ਸੌਦਾ ਫਰੀ ਆਲਾ ਉਦੋਂ ਫੇਰ ਬਾਤ ਚੱਕਦੀ ਦਾ ਕੰਮ ਇਹ ਜ਼ਰੂਰੀ ਹੈ ਸੰਧਾਲੀਆ ਸਭ ਸੋਚੀ ਆਵੇ ਕਿਉਂ ਨਾ ਹੁਣ ਤੁਸੀਂ ਦੇਖੋ ਜਹਾਜ਼ ਦੇ ਵਿੱਚ ਔਰਤਾਂ ਵੀ ਸਫਰ ਕਰਦੀਆਂ ਬੱਚੇ ਵੀ ਸਫਰ ਕਰਦੇ ਆ ਬਜ਼ੁਰਗ ਵੀ ਸਫਰ ਕਰਦੇ ਆ ਵੱਖ-ਵੱਖ ਕੌਮਾਂ ਦੇ ਭਾਈਚਾਰਿਆਂ ਦੇ ਲੋਕ ਹੁੰਦੇ ਆ ਤੇ ਉੱਥੇ ਜਾ ਕੇ ਜੇ ਆ ਕੁਝ ਕਰਾਂਗੇ ਉਹਨਾਂ ਦੇ ਬੰਦ ਦੇ ਵਿੱਚ ਸਾਡੀ ਕਿੱਦਾਂ ਦੀ ਤਸਵੀਰ ਬਣਨੀ ਹੈ ਉਹਨਾਂ ਦੇ ਬੰਦ ਦੇ ਵਿੱਚ ਸਾਡਾ ਕਿੱਦਾਂ ਦਾ ਅਕਸ ਬਣਨਾ ਸੋ ਇਸ ਕਰਕੇ ਭਾਈ ਥੋੜੇ ਜਿਹਾ ਹਿਸਾਬ ਨਾਲ ਜਹਾਜ਼ ਦੇ ਵਿੱਚ ਸਫਰ ਕਰਨ ਲੱਗਿਆਂ ਇਹ ਨਾ ਹੋਵੇ ਕਿ ਅਗਲੇ ਮੁੜਕੇ ਬੈਨ ਕਰ ਦੇਣ ਕਿ 3-4 ਮਹੀਨੇ ਸਾਲ ਜਾਂ 1.5 ਸਾਲ ਤੁਸੀਂ ਜਾ ਹੀ ਨਹੀਂ ਸਕਦੇ ਕਿਸੇ ਪਾਸੇ ਨੂੰ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਤਾਂ ਮੁੜ ਕੇ ਫਟਾਂਗੇ ਤੇ ਜਾਣਾ ਮੁੜ ਕੇ ਸਮੁੰਦਰ ਦੇ ਵਿੱਚ ਦੀ ਗੱਲ ਕਰ ਦੇਣ ਵਾਟਸਐਪ ਹਾ ਐ ਹੋਤੇ ਗੱਲਿਆ ਜਦੋਂ ਹੁਣ ਮਰ ਗਏ ਨੇ ਜਾਣਾ ਹੀ ਤੇ ਨਹੀਂ ਚਾਹੀ ਸਾਲੀਆਂ ਅਗਲਾ ਕਿ ਤੂੰ ਭਾਵੇਂ ਮੈਨੂੰ 2.5 ਸਾਲ ਬੈਨ ਕਰ ਦੇ ਮੈਂ ਮੁੜ ਕੇ ਕਿਤੇ ਚੜਨਾ ਜਾ ਚ ਇਹ ਵੀ ਇੱਕ ਚੱਕਰ ਹੈਗਾ ਨਾ ਇਸ ਕਰਕੇ ਸੋਜੀ ਦੇ ਅੰਦਰੋਂ ਆਵੇ ਤਾਂ ਆ ਇਹ ਇਹ ਮਾੜੀਆਂ ਵੋਟ ਸਜਾਵਾਂ ਸਜੂਆਂ ਤੋਂ ਮਤਲਬ ਆਦਾ ਵੈਸੇ ਪੰਜਾਬੀਆਂ ਨੇ ਖਾਦਾ ਪੀਤਾ ਹੁੰਦਾ ਸਾਰਾ ਕੁਝ ਨਹੀਂ ਚਲੋ ਇੱਕ ਗੱਲ ਹੈਗੀ ਆ ਕਿ ਜਿਹੜੀਆਂ ਦੋ ਤਿੰਨ ਘਟਨਾਵਾਂ ਸੰਧਾਲੀਆਂ ਸਭ ਪਿੱਛੇ ਵਾਪਰੀਆਂ ਸੀ ਉਹਨਾਂ ਦੇ ਵਿੱਚ ਕੋਈ ਪੰਜਾਬੀ ਨਹੀਂ ਸੀ ਪਰ ਅਸੀਂ ਤਾਂ ਕਹਿੰਨੇ ਆ ਕਿ ਭਾਈ ਭਾਰਤੀ ਵੀ ਆ ਕੋਈ ਸਾਡੇ ਆਪਣੇ ਹੀ ਨੇ ਸਾਰੇ ਜੇ ਉਹਨਾਂ ਦੇ ਵਿੱਚੋਂ ਵੀ ਕਿਸੇ ਕਰਕੇ ਸਾਡੀ 에어ਲਾਈਨ ਵਾਲਿਆਂ ਨੂੰ ਆਪਣੇ ਨਿਯਮ ਤਬਦੀਲ ਕਰਨੇ ਪਏ ਆ ਤਾਂ ਫਿਰ ਥੋੜ੍ਹਾ ਜਿਹਾ ਬਚ ਕੇ ਦੂਸਰਾ ਸੰਧਾਲੀਆਂ ਸਭ ਕਦੇ-ਕਦੇ ਐਂ ਲੱਗਦਾ ਹੁੰਦਾ ਕਿ ਸਾਨੂੰ ਨਾ ਦੂਸਰੇ ਬੰਦੇ ਨਾਲ ਡੀਲ ਕਰਨਾ ਵੀ ਸਿੱਖਣਾ ਪਊਗਾ ਆ ਕਿੰਨੀਆਂ ਵੀਡੀਓ ਆਈਆਂ ਇਹ ਰੋਸਟਰਸ ਬੀਬੀਆਂ ਹੁੰਦੀਆਂ ਆਮ ਤੌਰ ਤੇ ਉੱਤੇ ਉਹਨਾਂ ਦੇ ਗਲ ਪਈ ਜਾਣਗੇ ਲੜੀ ਜਾਣਗੇ ਜਾਂ ਇਸ ਕੱਲੋਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਫੰਨੇ ਖਾ ਕਹਿਣਗੇ ਮੈਂ ਪੰਜ ਸੱਤ ਕਿੜੇ ਮਰਾਈ ਫਿਰ ਉਹਨਾਂ ਦੇ ਮੈਂ ਉਹਨੂੰ ਕਿਹਾ ਕਿ ਪਈਆ ਆ ਚੀਜ਼ ਚਾਹੀਦੀ ਉਹ ਕਹਿੰਦੀ ਨਹੀਂ ਮੈਂ ਫਿਰ ਕਿਹਾ ਤੁਹਾਡੇ ਕੋਲ ਹੈ ਕੀ ਆ ਇਹ ਰੋਸਟਰ ਸਾਹਿਬ ਨੂੰ ਤਨਖਾਹ ਮਿਲਦੀ ਆ ਉਹ ਤਾਂ ਜਹਾਜ਼ ਦੀ ਕੰਪਨੀ ਵਾਲਿਆਂ ਨੇ ਜੇ ਉੱਥੇ ਜੂਸ ਕੋਕ ਪਾਣੀ ਕੋਸ਼ੋਰ ਖਾਨ ਪੀਣ ਨੂੰ ਰੱਖਤਾ ਉਹਨੂੰ ਤੁਹਾਨੂੰ ਦੇ ਦੇਣਾ ਜੇ ਨਾ ਕੰਪਨੀ ਨੇ ਉਪਲਬਧ ਕਰਾਇਆ ਉਹਨਾਂ ਤੁਹਾਨੂੰ ਨਹੀਂ ਦੇਣਾ ਉਹਦੇ ਪੰਜ ਸੱਤ ਜਿਹੜੇ ਮਰਾਏ ਆ ਜਿਹੋਦੇ ਮੂੰਹ ਦੇ ਉੱਤੇ ਕਹਿਤਾ ਉਹ ਕਿਤੇ ਜਹਾਜ਼ ਦੀ ਮਾਲਕ ਹਨਾ ਬੀਬੀ ਜਿਹੜਾ ਤੁਸੀਂ ਉਹਨੂੰ ਲਾਂਭਾ ਦੇ ਦਿੱਤਾ ਉਹਨੇ ਤਾਂ ਦਿਹਾੜੀ ਲਾਉਣੀ ਆ ਕੰਮ ਕਰਨਾ ਤਨਖਾਹ ਲੈ ਕੇ ਘਰ ਨੂੰ ਜਾਣੀ ਆ ਦੂਜੇ ਦਿਨ ਫੇਰ ਤੁਹਾਡੇ ਵਰਗੇ ਬੰਦੇ ਉਹਨਾਂ ਸੀਟਾਂ ਦੇ ਉੱਤੇ ਬੈਠੇ ਹੋਣੇ ਸੀਟ ਉਹੀ ਆ ਤੁਹਾਡੇ ਵਰਗੇ ਬੰਦੇ ਜਿਹੜੇ ਆ ਜਾਂ ਸਾਡੇ ਵਰਗੇ ਬੰਦੇ ਜਿਹੜੇ ਆ ਉਹ ਬਦਲ ਜਾਂਦੇ ਆ ਸੋ ਆਪਣੇ ਘਰਾਂ ਦੀਆਂ ਕੁੜੀਆਂ ਨੇ ਭਾਈ ਕੰਮ ਕਰਦੇ ਆਪਣੇ ਘਰਾਂ ਦੇ ਮੁੰਡੇ ਨੇ ਵਧੀਆ ਤਰੀਕੇ ਨਾਲ ਸਲੀਕੇ ਨਾਲ ਧੀ ਪੁੱਤ ਕਹਿ ਕੇ ਜੇ ਕਿਤੇ ਉਹਨਾਂ ਦੇ ਨਾਲ ਪੇਸ਼ ਆਈਏ ਸਾਰੀ ਦੁਨੀਆ ਦੇ ਲੋਕਾਂ ਦੇ ਵਿੱਚ ਉਹਨਾਂ ਨੇ ਵਿਚਰਨਾ ਹੁੰਦਾ ਕੱਲ ਨੂੰ ਪ੍ਰਚਾਰ ਕਰਨਗੇ ਮੁਫਤਦਾ ਕਿ ਭਾਈ ਭਾਰਤੀ ਪੰਜਾਬੀ ਵਧੀਆ ਬੰਦੇ ਹੁੰਦੇ ਆ। ਨਹੀਂ ਇਹ ਤੇ ਗੱਲ ਹੈਗੀ ਆ ਬਾਕੀ ਚਲੋ ਇਹ ਸਾਰੀਆਂ ਗੱਲਾਂ ਹੌਲੀ-ਹੌਲੀ ਹੁਣ ਲੋਕ ਸਿਆਣੇ ਨੇ WhatsApp ਸਾਰਿਆਂ ਨੂੰ ਪਤਾ ਆ ਕਿਤੇ ਹੁਣ ਤੁਸੀਂ ਥੋੜਾ ਦਸਣੀਆਂ ਟੈਲੀਵਿਜ਼ਨ ਤੇ ਬਹਿ ਕੇ ਅਗਲਾ ਕੰਦਾ ਲਿਆ ਇਹਨਾਂ ਨੂੰ ਕਦੇ ਕੋਈ ਜ਼ਿਆਦਾ ਪਤਾ ਹੀ ਆਪਣਾ ਕੰਮ ਜਿਹੜਾ ਮਤਲਬ ਕਿ ਖਬਰਾਂ ਖੋਰਾਂ ਵਾਲਾ ਆਪਾਂ ਉਹ ਕਰੀਏ ਉਹ ਜ਼ਿਆਦਾ ਵਧੀਆ। ਜਿਆ ਕੁ ਤਰ੍ਹਾਂ ਦੀ ਕੋਈ ਖਬਰਾਂ ਦੀ ਕਹਾਣੀ। ਇੱਕ ਆਖਰੀ ਗੱਲ ਇਹ ਕਾਖਰੀ ਗੱਲ ਜੇ ਕਿਸੇ ਨੂੰ ਇਹ ਭਲੇਖਾ ਨਾ ਕਿ 2 ਲੱਖ ਦੀ ਟਿਕਟ ਲਈ ਆ 2 ਲੱਖ ਦੀ 1.5 ਲੱਖ ਖਰਚਿਆਈ ਮੈਂ ਕਹਿੰਦਾ ਜਾਓ 5 ਲੱਖ ਰੁਪਏ ਦੇ ਉੱਤੇ ਬਹਿ ਕੇ ਉੜ ਕੇ ਦਿਖਾ ਦਿਓ ਜੇ ਕਿਸੇ ਨੂੰ ਇਹ ਭਲੇਖਾ ਨਾ ਕਿ ਉਹਨੇ 2 ਲੱਖ ਦੀ ਟਿਕਟ ਲਈ ਆ ਜਾਂ 2.5 ਲੱਖ ਦੀ ਟਿਕਟ ਲਈ ਆ ਹੁਣ ਮੈਂ ਖਰੂਦ ਕਰਨਾ ਹੁਣ ਜਿੰਨੀ ਮਰਜ਼ੀ ਪੀਣੀ ਐ ਜਾਓ 5 ਲੱਖ ਰੁਪਇਆ ਥੱਲੇ ਵਿਛਾਲਾ ਉਹਦੇ ਉੱਪਰ ਬਹਿ ਜਾਓ ਤੁਹਾਨੂੰ ਲੈ ਜੂ ਅਮਰੀਕਾ ਲੈ ਜੂ ਕੈਨੇਡਾ ਲੈ ਜੂ ਦੁਬਈ ਨਾ ਉਹ ਭਾਈ ਜਹਾਜ਼ ਦੀ ਕਾੜ ਕਿਸ ਨੇ ਕੱਢੀ ਆ ਉਹਦੇ ਵਿੱਚੋਂ ਤੁਸੀਂ ਇੰਨੀਕ ਕਰਸੀ ਇੱਕ ਖਰੀਦੀ ਆ 5 7 10 12 15 ਘੰਟੇ ਦੇ ਲਈ ਨਿਜਮ ਉਹਨਾਂ ਦੇ ਚਲਣੇ ਆ ਨਹੀਂ ਤਾਂ ਮੁੜ ਕੇ ਬੈਠੇ ਰਹੋਗੇ ਇਹ ਪਰ ਗੱਲ ਇਹ ਆ ਵੀ ਪੈਸਿਆਂ ਤੇ ਬਹਿ ਕੇ ਆਂਦੇ ਆ ਵੀ ਕਲਾਉਂਦੇ ਸੀ ਬੰਦੇ ਤੇ ਅਖੀਰ ਹੁਣ ਕਾਬੂ ਆਇਆ ਹੈ ਪੁਲਿਸ ਦੇ ਤੇ ਕਲਾਉਂਦੇ ਵੀ ਬਾਹਰ ਨਹੀਂ ਸੀ ਉਹ ਵੀ ਇੱਧਰ ਉੱਧਰ ਹੀ ਕਿਤੇ ਕਾਬੂ ਕਰਕੇ ਤੇ ਨਾਲੇ ਕਹਿੰਦੇ ਕੁੱਟਦੇ ਮਾਰਦੇ ਸੀ ਤੇ ਨਾਲੇ ਕਹਿੰਦੇ ਵੀ ਫੋਨ ਕਰ ਤੇ ਫੋਨ ਕਰਕੇ ਤੇ ਉਹਨਾਂ ਕੋਲੋਂ ਪੈਸੇ ਮਂਗਾ ਕਰਦੇ ਆ ਕੋਲੋਂ ਹੋਰ ਨਾਲੇ ਤੇ 2 ਕਰੋੜ ਰੁਪਈਆ ਫੜਿਆ ਤੇ ਨਾਲੇ 5 ਬੰਦੇ ਫੜਿਆ ਇਹ ਵੀ ਤੇ ਕਿਤੇ ਨਾ ਕਿਤੇ ਆਪਣੇ ਜਿਹੜੇ ਲੋਕਾਂ ਦੀ ਇਹ ਖਾਹਿਸ਼ ਤਮੰਨਾ ਵੀ ਯਾਰ ਕਿਸੇ ਨਾ ਕਿਸੇ ਤਰ੍ਹਾਂ ਇੱਕ ਕਰਮ ਨੇ ਥੁੱਕ ਕੱਢ ਦੇ ਮੈਂ ਚਲੇ ਜਮਾਂ ਤੇ ਅਗਲਾ ਜੋ ਇਹ ਨਹੀਂ ਮੈਂਦਾ ਵੀ ਇਹਦੇ ਕੋਲ ਕੋ ਕਾਗਜ਼ ਪੱਤਰ ਕੋ ਲਾਇਸੈਂਸ ਐ ਕਿ ਨਹੀਂ ਹੈ ਜਿਹੜਾ ਢੰਗ ਤਰੀਕਾ ਇਹ ਬੰਦਾ ਦੱਸ ਰਿਹਾ ਉਦਾਂ ਮੈਂ ਪਹੁੰਚ ਵੀ ਜਾਊਂਗਾ ਉੱਥੇ ਜਿੱਥੇ ਕਹਿੰਦਾ ਕਿ ਨਹੀਂ ਆਪਾਂ ਬਸ ਰਿਸ਼ਤੇਦਾਰੀ ਚਾੜ ਗਵਾੜ ਵੀ ਗੱਲ ਨਹੀਂ ਕਰਦੇ ਵੀ ਉਹ ਉਹ ਫਲਾਨਾਂ ਨੂੰ ਨਾ ਪਤਾ ਲੱਗ ਜੇ ਮੈਂ ਬੜਾ ਬੜਾ ਪੈਸੇ ਭਾਰਾਵਾਂ ਤੇ ਆਪਾਂ ਬਾਰਾਤੋਂ ਰਲ ਚੜ ਜੀਏ ਜਾਜੀ ਉਸੇ ਕੇਸ ਦਾ ਕਰਕੇ ਫਸੇ ਹੋਣਗੇ ਬੰਦੇ ਜਿਹੜੇ ਇੰਨੇ ਉਹਨਾਂ ਨੂੰ ਫਸੇ ਨਹੀਂ ਤਾਂ ਹੀ ਫਸਣੇ ਹੂਰ ਸੰਧਾਲੀਆ ਸਭ ਉਹਨਾਂ ਦੀ ਕਿਹੜਾ ਵਟ ਸਾਂਝੀ ਸੀ ਤੁਸੀਂ ਦੇਖੋ ਕਿ ਬੜੀ ਵਾਰੀ ਆਪਾਂ ਰੌਲਾ ਪਾਉਂਦੇ ਹੁੰਨੇ ਆ ਕਿ ਠੀਕ ਹੈ 20 ਮਜਬੂਰੀਆਂ ਨਹੀਂ ਠੀਕ ਹੈ ਜਾਨ ਵੀ ਉੱਨੀ ਸੁਰੱਖਿਅਤ ਨਹੀਂ ਰੋਜ਼ਗਾਰ ਦੇ ਵੀ ਉਹਨੇ ਸਾਧਨ ਨਹੀਂ ਮਿਹਨਤਾਂ ਨਾ ਵੀ ਪੂਰਾ ਨਹੀਂ ਮਿਲਦਾ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਵਿਦੇਸ਼ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਪਰ ਉਹਦੇ ਲਈ ਲੀਗਲ ਕਾਨੂੰਨੀ ਢੰਗ ਤਰੀਕਾ ਸਹੀ ਰਸਤਾ ਅਪਣਾਓ ਭਾਈ ਜੇ ਦੂ ਨੰਬਰ ਦੇ ਵਿੱਚ ਕੋਈ ਰਾਹ ਰਸਤਾ ਅਪਣਾਉਨੇ ਹੋ ਤਾਂ ਫਿਰ ਉਹਦਾ ਨੁਕਸਾਨ ਜਿਹੜਾ ਉਹ 바ਵਾ ਹੁੰਦਾ ਹੁਣ ਮੁਹਾਲੀ ਦੀ ਪੁਲਿਸ ਨੇ ਰੇਡ ਕੀਤੀ ਆ ਦੇਖੋ ਤੰਗੀਆਂ ਕਿੱਦਾਂ ਦੀਆਂ ਨੇ ਇੱਕ ਤਾਂ ਹੁੰਦਾ ਕਿ ਪੈਸੇ ਲੈ ਕੇ ਭੱਜ ਗਿਆ ਬੰਦਾ ਦੂਜਾ ਹੁੰਦਾ ਕਿ ਰਾਹ ਦੇ ਵਿੱਚ ਕਿਤੇ ਜੇਲ੍ਹ ਜੂਲ ਚ ਫਸਾਤਾ ਇਹ ਤਰੀਕਾ ਹੀ ਵੱਖਰਾ ਸੰਧਾ ਇਸਾ ਮੁਹਾਲੀ ਦੀ ਪੁਲਿਸ ਨੇ ਰੇਡ ਕੀਤੀ ਆ ਤੇ ਪੰਜ ਬੰਦੇ ਫੜੇ ਆ ਦੋ ਕੰਬਜੇ ਬੰਦੇ ਅਜੇ ਹੱਥ ਹੋਣੇ ਬਾਕੀ ਆ ਉਹਨਾਂ ਦੇ ਕੋਲੋਂ ਚਾਰ ਮਹਿੰਗੀਆਂ ਗੱਡੀਆਂ ਥਾਰ ਥੁਰ ਵੀ ਪਿੱਛੇ ਲਈ ਫਿਰਦੇ ਸੀ 2 ਕਰੋੜ ਤੋਂ ਵੱਧ ਨਕਦ ਜਿੱਦਾਂ ਤੁਸੀਂ ਦੱਸਿਆ 2 ਕਰੋੜ ਲੱਖ ਰੁਪਈਆ ਨਹੀਂ ਬਹੁਤੇ ਬੰਦਿਆਂ ਨੇ ਆਮ ਤੌਰ ਤੇ ਕੈਸ਼ ਦੇਖਿਆ ਹੁੰਦਾ ਉਹਨਾਂ ਨੂੰ ਕੋਈ 2 ਕਰੋੜ ਤੋਂ ਵੀ ਵੱਧ ਫੜ ਹੋਏ ਸੱਤ ਅੱਠ ਬਹੁਤ ਮਹਿੰਗੇ ਮਹਿੰਗੇ ਮੋਬਾਈਲ ਫੜ ਹੋਏ ਉਹਨਾਂ ਤੋਂ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਭਾਈ ਇਹ ਦੋ ਨੰਬਰ ਦਾ ਕੰਮ ਕਰਦੇ ਆ ਹੁਣ ਸੰਧਾ ਵਾਲੀਆ ਸਭ ਹੋਇਆ ਕੀ ਉਹ ਕੰਮ ਕਰਨ ਦਾ ਉਹਦਾ ਤਰੀਕਾ ਕੀ ਸੀ ਪੰਜਾਬ ਹਿਮਾਚਲ ਉੱਤਰਾਖੰਡ ਦੇ ਨੌਜਵਾਨ ਲੁੱਟੇ ਉਹਨਾਂ ਨੇ ਕਹਿਣਾ ਜੀ ਅਸੀਂ ਅਮਰੀਕਾ ਤੋਰਾਂਗੇ ਬੰਦਾ ਇੱਥੋਂ ਸਿੰਗਾਪੁਰ ਲੈ ਜਾਵਾਂਗੇ ਇੱਥੋਂ ਉੱਥੇ ਲੈ ਜਾਵਾਂਗੇ ਉਸ ਤੋਂ ਬਾਅਦ ਸਿੱਧੀ ਫਲਾਈਟ ਅਮਰੀਕਾ ਦੀ ਹੋਊ ਇਦਾਂ ਕਹਿਣਾ ਲੋਕਾਂ ਨੇ ਪੈਸੇ ਭਰ ਦੇਣੇ ਕਿ ਚਲੋ ਭਾਈ ਮੁੰਡਾ ਅਮਰੀਕਾ ਪਹੁੰਚ ਜਾਊਗਾ 100 ਨੂੰ ਡਾਲਰ ਹੋਇਆ ਪਿਆ ਗੱਲ ਕਿਹੜੀ ਐ ਹੁਣ ਉਹ ਕਰਦੇ ਕੀ ਸੀ ਕਿ ਬੰਦਾ ਇੱਥੋਂ ਲੈ ਲੈਣਾ ਸਿੰਗਾਪੁਰ ਜਾਂ ਇੰਡੋਨੇਸ਼ੀਆ ਲੈ ਜਾਣਾ ਉੱਥੇ ਦੋ ਬੰਦੇ ਉਹਨਾਂ ਦੇ ਹੋਰ ਸੀ ਮੰਨ ਲਓ ਇੰਡੋਨੇਸ਼ੀਆ ਦੀ ਕਿਸੇ ਦੀ ਟਿਕਟ ਘਟਾਤੀ 에ਅਰਪੋਰਟ ਦੇ ਬਾਹਰ ਉਹਨਾਂ ਦੇ ਦੋ ਬੰਦੇ ਲੈਣ ਆਏ ਆ ਉੱਥੋਂ ਬਿਠਾਉਣਾ ਕਿਹਾ ਕੱਲੂ ਤੇਰੀ ਟਿਕਟ ਟੱਕੇ ਦੀ ਕਰਾਵਾਂਗੇ ਅਮਰੀਕਾ ਪਹੁੰਚਾ ਦੇਣਾ ਤੈਨੂੰ ਕੰਮ ਤੇਰਾ ਹੋਇਆ ਪਿਆ ਉੱਥੇ ਲਿਜਾ ਕੇ ਕਮਰੇ 'ਚ ਬੰਦ ਕਰਨਾ ਹੱਥ ਪੈਰ ਬੰਨਣੇ 67 ਹੋਇਰਨਾ ਚੰਗਾ ਜਿੰਨਾ ਕਹੀਦਾ ਤੇ ਜਦੋਂ ਛਤਰ ਛੁਤਰ ਫੇਰਨਾ ਤਾਂ ਫਿਰ ਘਰ ਦੇਆਂ ਨੂੰ ਟੈਲੀਫੋਨ ਕਰਾਉਣਾ ਕਿ ਮੈਂ ਪਹੁੰਚ ਗਿਆ ਅਮਰੀਕਾ ਜਾਂ ਮੈਂ ਮੈਕਸੀਕੋ ਪਹੁੰਚ ਗਿਆ ਜਾਂ ਮੈਂ ਹੁਣੇ ਬਾਰਡਰ ਟੱਪਿਆ 10 ਲੱਖ ਦਿੱਤਾ 30 ਲੱਖ ਰੁਪਈਆ ਹੋਰ ਆ ਤੇ ਉਹ 30 ਲੱਖ ਰੁਪਈਆ ਜਿਹੜਾ ਉਹ ਇਹਨਾਂ ਨੂੰ ਦੇ ਦਿਓ ਮੇਰੇ ਵਾਲਾ ਕੰਮ ਜਿਹੜਾ ਉਹ ਨਿਬੜ ਗਿਆ ਕਿਉਂਕਿ ਕਟਾਪਾ ਹੀ ਇੰਨਾ ਚੜਿਆ ਹੋਣਾ ਦੂਜਾ ਦੇਸ਼ ਹੋਣਾ ਪਤਾ ਹੋਣਾ ਨਹੀਂ ਕਿ ਇੱਥੋਂ ਨਿਕਲ ਕੇ ਜਾਵਾਂਗੇ ਕਿੱਧਰ ਨੂੰ ਇਹਨਾਂ ਦੀ ਚੁੰਗਲ ਦੇ ਵਿੱਚੋਂ ਬਚਣਾ ਕਿਦਾਂ ਸੰਧਾ ਵਾਲਿਆ ਸਭ ਕਰੋੜਾਂ ਰੁਪਈਆ ਇਦਾਂ ਹੀ ਬੰਦਿਆਂ ਨੂੰ ਅਗਵਾ ਕਰਕੇ ਤੰਗ ਕਰਕੇ ਤਸ਼ੱਦਦ ਕਰਕੇ ਘਰਦਿਆਂ ਨੂੰ ਟੈਲੀਫੋਨ ਕਰਾ ਕੇ ਉਹਨਾਂ ਨੇ ਖਟਿਆ ਕਰੋੜਾ ਰੁਪਈਆ ਹੁਣ ਕਾਬੂ ਆ ਗਿਆ 25 ਬੰਦੇ ਰੈਸਕਿਊ ਕੀਤੇ 25 ਬੰਦੇ ਕੁਝ ਇੰਡੋਨੇਸ਼ੀਆ ਚੋਂ ਕੁਝ ਸਿੰਗਾਪੁਰ ਚੋਂ ਕੁਝ ਭਾਰਤ ਚੋਂ ਅਜੇ ਜਿਨ੍ਹਾਂ ਨੂੰ ਉੱਥੇ ਬਲੀ ਦੇ ਬੱਕਰੇ ਬਣਾਉਣਾ ਸੀ ਹੁਣ ਜਿਹੜੇ 5 ਫੜੇ ਆ ਕਰੋੜਾ ਰੁਪਈਆ ਸਮੇਤ ਉਹ ਇਕੱਲੇ ਹੀ ਕੰਮ ਕਰਦੇ ਸੀ ਹੋਰ ਕੌਣ ਕੰਮ ਕਰਦਾ ਸੀ ਉਹਨਾਂ ਦੇ ਆਂਡ-ਕੁਆਂਡ ਦੇ ਵਿੱਚ ਹੋਰ ਕਿਹੜਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਇਹਨਾਂ ਨੂੰ ਵੀ ਇਦਾਂ ਹੀ ਛੱਡ ਦਿੱਤਾ ਗਿਆ ਚਕ ਟਿਲਾਜਾ ਕੇਸ ਬਣਾਇਆ ਗਿਆ ਤਾਂ ਫਿਰ ਸੰਧਾਲੀਆ ਸਾਹਿਬ ਬਾਕੀਆਂ ਨੂੰ ਅਕਲ ਨਹੀਂ ਆਉਣੀ ਅਨੀਦ ਹੈ ਪਰ ਤੁਸੀਂ ਇਹ ਦੇਖੋ WhatsApp ਕਿ ਵੀ ਇਹ ਕੋਈ ਅੱਜ ਕੱਲ੍ਹ ਚ ਸ਼ੁਰੂ ਹੋਇਆ ਧੰਦਾ ਤੇ ਹੈ ਨਹੀਂ ਮੈਨੂੰ ਲੱਗਦਾ ਹੁਣ ਤੇ ਕਈ ਦਹਾਕੇ ਬੀਤ ਗਏ ਉਹਦੇ ਚੋ ਕੁਝ ਤਾਂ ਐਸੇ ਕਾਂਡ ਨੇ ਜਿਹੜੇ ਕਾਂਡ ਅਜੇ ਤੱਕ ਵੀ ਲੋਕਾਂ ਦੇ ਚੇਤਿਆਂ 'ਚ ਹੋਣਗੇ ਕੋਮਾਲਟਾ ਕਾਂਡ ਆਮ ਜੇ ਤੁਸੀਂ ਜ਼ਿਕਰ ਕਰ ਲੋ ਕਈ ਬੰਦਿਆਂ ਨੂੰ ਚੇਤੇ ਆ ਜਾਂਦਾ ਹੁਣ ਤੁਸੀਂ ਦੇਖੋ ਇੰਨੇ ਦਹਾਕੇ ਹੋ ਗਏ ਲਗਾਤਾਰ ਇੰਨੇ ਦਹਾਕਿਆਂ ਤੋਂ ਪ੍ਰਵਾਸ ਚੱਲ ਰਿਹਾ ਹੈ ਹੁਣ ਤੱਕ ਤੇ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਅੱਛਾ ਯਾਰ ਆਹ ਇੱਕ ਲੀਗਲ ਤਰੀਕਾ ਆਹ ਇੱਕ ਲੀਗਲ ਢੰਗ ਤਰੀਕੇ ਨਾਲ ਕੰਮ ਕਰਨ ਵਾਲਾ ਬੰਦਾ ਜਾਂ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ, ਸੱਜਣ ਉਹ ਰਾਏ ਪਾ ਦਿੰਦਾ ਵੀ ਯਾਰ ਇਦਾਂ ਨਹੀਂ ਆਹ ਤਰੀਕਾ ਠੀਕ ਹੈ ਇਦਾਂ ਨਹੀਂ ਆਹ ਤਰੀਕਾ ਠੀਕ ਹੈ ਪਰ ਜਿਹਦੇ باوجود ਵੀ ਆਪਣੇ ਕੋਲੇ ਅਜੇ ਵੀ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਇਹੋ ਜਿਹੇ ਬੰਦਿਆਂ ਦੇ ਚੁੰਗਲ 'ਚ ਫਸ ਜਾਂਦੇ ਨੇ ਜਾਂ ਜਿਹੜੀ ਇਹੋ ਜੇ ਕੰਮ ਕਰਨ ਵਾਲੇ ਬੰਦੇ ਨੇ ਉਹ ਲਗਾਤਾਰ ਇੰਨੇ ਜਿਹੇ ਤੋਂ ਆਪਾਂ ਕਈ ਵਾਰ ਸੁਣਦੇ ਹੁੰਦੇ ਹਾਂ ਜੀ ਫੁਲਾਣੇ ਥਾਂ ਦੇ ਉੱਪਰ ਰੇਡ ਵੱਜੀ ਜੀ ਅੱਜ ਟ੍ਰੈਵਲ ਜੈਂਟ ਦਾ ਕਰਿੰਦਾ ਚੱਕ ਲਿਆ ਜੀ ਫਲਾਣੇ ਥਾਂ ਦੇ ਉੱਪਰ ਜਿਹੜੇ ਜੀ ਉਹ ਮਨੁੱਖੀ ਤਸਕਰੀ ਵਾਲੇ ਚੱਕ ਲਏ ਜੀ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜੇ ਇਹ ਚੀਜ਼ ਨਹੀਂ ਰੁਕ ਰਹੀ ਤੇ ਬੁੱਲਾ ਦਾ ਵੀ ਕਿਤੇ ਨਾ ਕਿਤੇ ਹੁਣ ਸੋਚਣ ਦਾ ਵੇਲਾ ਆਪਣੇ ਅੰਦਰ ਵੀ ਹੈਗਾ ਵੀ ਯਾਰ ਕੋਈ ਗਲਤੀ ਜਦੋਂ ਅਸੀਂ ਸ਼ੁਰੂ ਕਰਦੇ ਆਂ ਵੀ ਤੀਪੋਤ ਨੂੰ ਬਾਹਰ ਕੱਢਣਾ ਜਾਂ ਮੈਂ ਆ ਬਾਹਰ ਜਾਣਾ ਉਦੋਂ ਤੇ ਨਹੀਂ ਕਰ ਲੈਂਦੇ ਕਿਤੇ ਨਾ ਕਿਤੇ ਕੋ ਉੱਥੇ ਜਿਹੜੀ ਕੋਈ ਛਾਨਣੀ ਪੋਣੀ ਲਾਉਣ ਦੀ ਲੋੜ ਆ ਕੋਈ ਇਨਫੋਰਮੇਸ਼ਨ ਉੱਥੇ ਤੇ ਨਹੀਂ ਆ ਜਿਹੜੀ ਆਪਾਂ ਜਾਂ ਦਾ ਲਗਾ ਲੈਨੇ ਆ ਜਾਂ ਫਿਰ ਆਪਾਂ ਕਿਸੇ ਨਾਲ ਗੱਲ ਨਹੀਂ ਕਰਦੇ ਨੇ ਜ਼ਰੂਰੀ ਹੈ ਜੀ ਮੈਂ ਤਾਂ ਕਹਿਣਾ ਕਿ ਹਰ ਇੱਕ ਬੰਦੇ ਦੇ ਕੋਲੇ ਮੋਬਾਈਲ ਆ ਮੋਬਾਈਲ ਦੇ ਵਿੱਚ ਇੰਟਰਨੈਟ ਆ ਉਥੇ ਗੂਗਲ ਆ YouTube ਆ ਸੋਸ਼ਲ ਮੀਡੀਆ ਦੇ ਵੀ ਪਲੇਟਫਾਰਮ ਨੇ ਇਸ ਕਰਕੇ ਨਾ ਕਿਸੇ ਏਜੰਟ ਤੇ ਮਗਰ ਲੱਗੂ ਕਿ ਉਹਨੇ ਗਵਾਂਡੀਆਂ ਦਾ ਮੁੰਡਾ ਜਾਂ ਪੂਹਾ ਦਾ ਮੁੰਡਾ ਵੀ ਭੇਜਿਆ ਸੀ ਉਹਨੂੰ ਪੁੱਛੋ ਕਿ ਭਾਈ ਕਿਹੜੀ ਕੈਟਾਗਰੀ ਦੇ ਵਿੱਚ ਮੇਰਾ ਅਪਲਾਈ ਕਰੇਗਾ ਉਹਦੀਆਂ ਸ਼ਰਤਾਂ ਕੀ ਨੇ ਮੈਂ ਪੂਰੀਆਂ ਕਰਦਾ ਜੇ ਅੱਜ ਨਹੀਂ ਕਰਦਾ ਮੈਂ ਅਗਲੇ ਸਾਲ ਕਰ ਲਵਾਂ ਮੈਂ ਫਿਰ ਅਪਲਾਈ ਕਰਨਾ ਤਾਂ ਜੇ ਆਪਾਂ ਅਗਲੇ ਨੂੰ ਕਹਾਂਗੇ ਕਿ ਨਹੀਂ ਪਾਈ ਕੋਈ ਗੱਲ ਐ ਹੀ ਨਹੀਂ ਤੂੰ ਦੋ ਮੁੰਡੇ ਪਹਿਲਾਂ ਭੇਜੇ ਆ ਤੂੰ ਇੱਕ ਸਾਡੇ ਵਾਲਾ ਵੀ ਭੇਜ ਦੇ ਪੈਸੇ ਦੱਸ ਤੂੰ ਕਿੰਨੇ ਲੈਣੇ ਆ ਮੁੰਡਾ ਪਹੁੰਚਣਾ ਚਾਹੀਦਾ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਨਾ ਆਪਾਂ ਲਾਇਸੈਂਸ ਚੈੱਕ ਕਰਦੇ ਆ ਨਾ ਆਪਾਂ ਸਰਟੀਫਿਕੇਟ ਚੈੱਕ ਕਰਦੇ ਆ ਕਿ ਭਾਈ ਇਹ ਸਰਕਾਰ ਵੱਲੋਂ অথੋਰਾਇਜ਼ਡ ਹੈਗੇ ਆ ਤੇ ਗੱਲ ਤੁਹਾਡੀ ਠੀਕ ਹੈ ਜਦੋਂ ਆਂਡੀਆਂ ਕਵਾਂਟੀਆਂ ਤੋਂ ਚੁੱਪ ਕਰਕੇ ਬਿਨਾਂ ਕਿਸੇ ਨੂੰ ਦੱਸਿਆ ਪੈਸੇ ਦੇਣੇ ਆ ਫਿਰ ਚਪੇੜਾਂ ਤਾਂ ਭਾਈ ਪੈ ਹੀ ਸਕਦੀਆਂ بڑے ਮੁੰਡੇ ਨੇ ਜਿਹੜੇ ਲੰਘ ਲੰਘ ਜਾਂਦੇ ਆ ਪਰ ਇਹ ਅਧ ਵਿਚਾਲੇ ਫਸ ਗਏ ਹੋਰ ਪਤਾ ਨਹੀਂ ਕਿੰਨੇ ਅੱਕ ਦੀ ਜਾਨ ਜਿਹੜੀ ਅਗਲੇ ਨੂੰ ਸੂਲੀ ਤੇ ਟੰਗੀ ਹੋਣੀ ਹੈ ਚ ਅਤੇ ਨਾਲੇ ਇੱਕ ਮੈਂ ਹੋਰ ਬੇਨਤੀ ਕਰਾਂ ਸੋਸ਼ਲ ਮੀਡੀਆ ਦੇ ਉੱਪਰ ਨਾ ਆਪਾਂ ਹਰੇਕ ਚੀਜ਼ ਨੂੰ ਗਲੋਰੀਫਾਈ ਕਰ ਦਿੰਨੇ ਆ ਵੀ ਹਾਂ ਵੀ ਆਹ ਚੀਜ਼ ਤੇ ਬਹੁਤ ਕਮਾਲ ਹੈ ਭਾਈ ਸਾਹਿਬ ਜੇ ਆਹ ਨਹੀਂ ਅਸੀਂ ਕੀਤੀ ਜਾਂ ਸਾਡਰਗਾ ਨਹੀਂ ਆ ਤੇ ਹੋਰ ਵੀ ਕੌਣ ਆ ਤੁਸੀਂ ਦੇਖੋ ਅੱਜ ਕੱਲ ਇਹ ਵੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਵੀਡੀਓਜ਼ ਬਣਨ ਲੱਗ ਪਈਆਂ ਜਿਦੇ ਚੋਂ ਆਪਣੇ ਆਪ ਨੂੰ ਡੋਂਕੀ ਵਾਲੇ ਕਹਿਣ ਲੱਗ ਪਏ ਵੀ ਡਸੀ ਡੋਂਕੀ ਵਾਲੇ ਜਾਂ ਫਲਾਨਾ ਡੋਂਕੀ ਵਾਲਾ ਵੀ ਅਸੀਂ ਤੇ ਇਦਾਂ ਆਏ ਆ ਇਦਾਂ ਆਏ ਆ ਕਿਤੇ ਮਾੜੀ ਮੋੜ ਗੱਲ ਥੋੜਾ ਮਨ ਲੱਗਦਾ ਹੁੰਦਾ ਕਿ ਉਹ ਜਿਹੜੇ ਵੀਰ ਨੇ ਜਿਹੜੇ ਇਦਾਂ ਆਪਣੇ ਆਪ ਨੂੰ ਉਸ ਸਾਰੇ ਕੋਸ਼ਿਸ਼ ਦੇ ਵਿੱਚ ਉਸ ਸਟਰਗਲ ਚ ਅਖੀਰ ਜਦੋਂ ਫਾਈਨਲੀ ਉੱਥੇ ਪਹੁੰਚਦੇ ਆ ਤੇ ਉਸ ਚੀਜ਼ ਤੇ ਮਾਣ ਕਰਦੇ ਅਤੇ ਮਾਣ ਕਰਕੇ ਉਸ ਵੀਡੀਓ ਨੂੰ ਗਾਂ ਦਿਖਾਉਂਦੇ ਨੇ ਲੋਕਾਂ ਨੂੰ ਉਹ ਵੀ ਕਿਤੇ ਨਾ ਕਿਤੇ ਵੀਡੀਓ ਜਿਹੜੀ ਉਹ ਇਹੋ ਜਿਹੇ ਗਾਂ ਹੋਰ ਜਿਹੜੇ ਲੋਕ ਨੇ ਉਹ ਇਹਨਾਂ ਡੌਂਕੀ ਵਾਲਿਆਂ ਦੇ ਜਾਂ ਜਿਹੜੇ ਮਨੁੱਖੀ ਤਸਕਰੀ ਕਰਨ ਵਾਲੇ ਲੋਕ ਇਹਨਾਂ ਦੇ ਚੁੰਗਲ ਚ ਫਸਾਉਣ ਦਾ ਕਾਰਨ ਬਣਦੀ ਆ ਉੱਥੇ ਸਗੋਂ ਬਜਾਏ ਦੇ ਕੇ ਵੀ ਇਹ ਪ੍ਰਾਊਡ ਫੀਲ ਕਰਨਾ ਵੀ ਮੈਂ ਇਸ ਰਸਤੇ ਇੱਥੇ ਪਹੁੰਚ ਗਿਆ ਦੇਖਿਆਈ ਇਹ ਦੱਸਿਆ ਜਾਵੇ ਵੀ ਵੀਰ ਮੈਂ ਤਾਂ ਆ ਗਿਆ ਪਰ ਮੈਂ ਤੁਹਾਨੂੰ ਕਹਿੰਦਾ ਨਹੀਂ ਵੀ ਤੁਸੀਂ ਇਸ ਰਸਤੇ ਆਓ ਇੱਥੇ ਆ ਕੇ ਮੈਂ ਆਹ ਦੁਨੀਆ ਦੇਖ ਲਈ ਧਰਤੀ ਦੇਖ ਲਈ ਇਹਦੇ ਆ ਆ ਲੀਗਲ ਢੰਗ ਤਰੀਕੇ ਨੇ ਤੁਸੀਂ ਉਹ ਅਪਣਾ ਲਿਓ ਮੈਂ ਤਾਂ ਫਸ ਗਿਆ ਸੀ ਤੁਸੀਂ ਨਾ ਫਸ ਜਿਓ ਮੈਨੂੰ ਲੱਗਦਾ ਜੇ ਸੋਸ਼ਲ ਮੀਡੀਆ ਦੇ ਵੀ ਆਪਣੇ ਭਾਈਚਾਰੇ ਨੇ ਚੱਜੀ ਵਰਤੋਂ ਕਰਨੇ ਹੋਵੇ ਤੇ ਉਹ ਇੱਕ ਆ ਵੀ ਹੋ ਸਕਦੀ ਹੈ ਬਜਾਏ ਦੇ ਕਿ ਆਪਾਂ ਇੱਕ ਜੇ ਪੰਗਾ ਲੈ ਹੀ ਬੈਠਿਆਂ ਤੇ ਚਲੋ ਉਹ ਜਣੇ ਮਹਾਰਾਜ ਨੇ ਕਿਤੇ ਆਪਾਂ ਨੂੰ ਤਣ ਪਤਨ ਲਾਤਾ ਤੇ ਆਪਾਂ ਉਸ ਚੀਜ਼ ਨੂੰ ਸ਼ੇਖੀ ਦੇ ਨਾਲ ਪ੍ਰਚਾਰੀਏ ਨਾ ਵੀ ਇਹ ਬੜੀ ਵਧੀਆ ਚੀਜ਼ ਆ ਸਗੋਂ ਉਹਨੂੰ ਕੰਡੈਮ ਕਰਨਾ ਚਾਹੀਦਾ ਜ਼ਰੂਰੀ ਹੈ ਸੰਧਾਲੀਆ ਸਭ ਜੇਤੇ ਇਧਰਲੇ ਪਾਸੇ ਨੂੰ ਆਪਾਂ ਤੁਰਪਾਂਗੇ ਥੋੜੀਆਂ ਸਰਕਾਰਾਂ ਸਖਤੀਆਂ ਕਰਨ ਆਮ ਲੋਕ ਜਾਗਰੂਕ ਹੋਣ ਕੋਠੇ ਚੜ੍ਹ ਕੇ ਅਸੀਂ ਪਾਈਏ ਰੌਲਾ ਫਿਰ ਤਾਂ درست ਹੋ ਜਾਊਗਾ ਨਹੀਂ ਤਾਂ ਅੱਜ ਤੁਸੀਂ ਕਰਾ ਲਓ ਗਿਣਤੀ ਪੰਜਾਬ ਦੇ ਸੈਂਕੜੇ ਨੌਜਵਾਨ ਹੋਣਗੇ ਜਿਹੜੇ ਵਿਦੇਸ਼ਾਂ ਦੀਆਂ ਜੇਲਾਂ 'ਚ ਹਨ ਪੰਜਾਬ ਦੇ ਸੈਂਕੜੇ ਨੌਜਵਾਨ ਹੋਣਗੇ ਜਿਹੜੇ ਮੈਕਸੀਕੋ ਦੇ ਨਿਕਰਾਗੂਆ ਦੇ ਜਿਹੜੇ ਜੰਗਲਾਂ ਦੇ ਵਿੱਚ ਪਨਾਮਾ ਦੇ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਹੋਣੇ ਆ ਕਿਉਂਕਿ ਰੋਜ਼ਾਨਾ ਨਾ ਪਹੁੰਚ ਜਾਂਦੇ ਆ ਕੰਦ-ਕੰਦ ਕਹਿੰਦੇ ਜੀ ਟਾਪ ਹੋ ਜਾਂਦੀ ਆ ਪੇਪਰ ਛੇਤੀ ਮਿਲ ਜਾਂਦੇ ਬੜਾ ਰੌਲਾ ਪੈਂਦਾ ਚਲੋ ਸੰਧਾਲੀਆ ਸਭ ਬੜਾ ਚਿਹਰਾ ਹੋ ਗਿਆ ਸੀ ਪੰਜਾਬ ਦੇ ਇੱਕ ਸਿਆਸਤਦਾਨ ਦਾ ਜ਼ਿਕਰ ਨਹੀਂ ਸੀ ਸੁਣਿਆ ਸੋਸ਼ਲ ਮੀਡੀਆ ਦੇ ਉੱਤੇ ਪਤਾ ਨਹੀਂ ਕੌਣ ਉਹਨਾਂ ਵੱਲੋਂ ਟਿੱਪਣੀਆਂ ਕਰਦਾ ਸੀ ਜਾਣਕਾਰੀਆਂ ਦਿੰਦਾ ਸੀ ਲੀਡਰ ਦਾ ਨਾਮ ਹੈ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ ਪਾਰਟੀ ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨਾਲ ਰਲ ਕੇ ਲੜੀਆਂ ਸੀ ਫਿਰ ਰੌਲਾ ਪੈ ਗਿਆ ਸੀ ਜਿਨ੍ਹਾਂ ਨੇ ਸਿਆਸਤ ਆਪਣੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸ਼ੁਰੂ ਕੀਤੀ ਸੀ ਉਹਦੇ ਤੋਂ ਬਾਅਦ ਛੱਡ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨੇੜਲੇ ਬਣ ਗਏ ਫਿਰ ਟਿਕਟਾਂ ਦੋਨਾਂ ਭਰਾਵਾਂ ਨੂੰ ਇਕੱਠੀਆਂ ਨਹੀਂ ਦਿੱਤੀਆਂ ਇਸ ਕਰਕੇ ਪਾਰਟੀ ਬਦਲ ਲਈ ਆਜ਼ਾਦ ਜਿੱਤ ਗਏ ਪਰ ਆ ਪਿਛਲੇ ਕੁਝ ਮਹੀਨਿਆਂ ਤੋਂ ਜੇਲ੍ਹ 'ਚ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵੇਲੇ ਕਾਗਜ਼ ਦਾਖਲ ਕਰਨ ਵੇਲੇ ਤੋਂ ਤਲਵਾਰ ਸਿਰ ਤੇ ਲਟਕਦੀ ਪਈ ਸੀ ਚਲੋ ਪਰਚਾ ਹੋਇਆ ਕੰਮ ਅਗਲੇ ਪਾਸੇ ਨੂੰ ਤੁਰਿਆ ਹੁਣ ਜਦੋਂ ਅਗਲੇ ਪਾਸੇ ਨੂੰ ਤੁਰਿਆ ਤਾਂ ਜ਼ਮਾਨਤ ਨਾ ਹੋਵੇ ਕਿਉਂਕਿ ਦੋਸ਼ ਕਈ ਸੀ ਇੱਕ ਕਾਤਲਨਾ ਹਮਲੇ ਦਾ ਦੋਸ਼ੀ ਝਗੜੇ ਦਾ ਦੋਸ਼ੀ ਇੱਕ ਔਰਤ ਨੇ ਕਿਹਾ ਸੀ ਕਿ ਮੇਰਾ ਰੇਪ ਕੀਤਾ ਉਹਦਾ ਵੀ ਦੋਸ਼ ਸੀ ਉਸ ਮੁੱਦੇ ਦੇ ਉੱਤੇ ਅਦਾਲਤ 'ਚ ਪੇਸ਼ ਨਹੀਂ ਸੀ ਹੋਏ ਤਾਂ ਫਿਰ ਦੋਸ਼ ਥੋੜ੍ਹਾ ਗੰਭੀਰ ਹੋ ਗਿਆ ਸੀ ਹੁਣ ਹੇਠਲੀਆਂ ਅਦਾਲਤਾਂ ਦੇ ਵਿੱਚੋਂ ਤਾਂ ਬੇਲ ਐਪਲੀਕੇਸ਼ਨ ਹੋ ਗਈ ਸੀ ਰਿਜੈਕਟ ਪਰ ਹੁਣ ਮੰਨਜੋਗ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਐ ਸੰਧਾਲੀਆ ਸਭਾ ਚ ਆਜਣਗੇ ਬਾਹਰ ਜੇ ਕੋਈ ਹੋਰ ਕਾਨੂੰਨੀ ਤੌਰ ਤੇ ਅੜਚਣ ਨਾ ਹੋਈ ਤਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਪੂਰੇ ਆਸਾਰ ਨੇ ਤੇ ਜਿਉ ਬਾਹਰ ਆਉਂਦੇ ਆ ਸਮਾਂ ਦੇਖੋ ਕਿਹੜਾ ਸਮਾਂ ਹੁਆ ਜਦੋਂ ਲੁਧਿਆਣਾ ਨਗਰ ਨਿਕਮ ਦੀ ਇਲੈਕਸ਼ਨ ਹੋਣ ਵਾਲੀ ਹੈ ਪਿਛਲੀ ਵਾਰੀ ਵੀ ਬੈਂਸ ਭਰਾਮਾ ਨੇ ਆਪਣੇ ਦਮ ਦੇ ਉੱਤੇ ਇਲੈਕਸ਼ਨ ਲੜੀ ਸੀ 6-7 ਕਾਉਂਸਲਰ ਜਿਤਾਲੇ ਸੀ ਐਤਕੀ ਜੇ ਸਿਮਰਜੀਤ ਸਿੰਘ ਬੈਂਸ ਅੰਦਰ ਹੁੰਦੇ ਤਾਂ ਗੱਲ ਕਿਸੇ ਬੰਨੇ ਕੰਡੇ ਲੱਗਣੀ ਨਹੀਂ ਪਤਾ ਨਹੀਂ ਇੱਕ ਅੱਧਾ ਜਿੱਤਦਾ ਜਾਂ ਨਾ ਜਿੱਤਦਾ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਦੀ ਇਰਤ ਗਿਰਤ ਘੁੰਮਦੀ ਹੈ ਹੁਣ ਜਦੋਂ ਬੈਂਸ ਸਾਹਿਬ ਬਾਹਰ ਆਉਣ ਵਾਲੇ ਆ ਕਿੰਨੇ ਕੁ ਲੋਕ ਉਹਨਾਂ ਦੇ ਨਾਲ ਹੋਣ ਕਿਉਂਕਿ ਬਹੁਤੇ ਬੰਦੇ ਛੱਡ ਕੇ ਚਲੇ ਗਏ ਜਦੋਂ ਆਪ ਵੀ ਇਲੈਕਸ਼ਨ ਹਰ ਗਿਆ ਜ਼ਮਾਨਤ ਜ਼ ਬੰਦੇ ਛੱਡ ਕੇ ਚਲੇ ਗਿਆ ਜੇਲ੍ਹ ਯਾਤਰਾ ਕਰਨੀ ਪੈ ਗਈ ਪਾਰਟੀ ਨੂੰ ਦੁਬਾਰਾ ਪੈਰਾਂ ਸਿਰ ਖੜੇ ਕਰਨਾ ਔਖਾ ਬਹੁਤ ਹੈ ਚੁਣੌਤੀ ਭਰਪੂਰ ਹੈ ਵੇਖਦੇ ਹਾਂ ਕਦਮ ਕਿੱਧਰ ਚੱਲਦੇ ਆ ਹਨ ਇਹ ਗਲਤ ਠੀਕ ਆ ਮੈਨੂੰ ਜਿੱਤੇ ਆਉਂਦਾ ਸੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਨਾ ਜਦੋਂ ਅਜੇ ਆ ਇਧਰ ਉਧਰ ਦਾ ਕੋਈ ਚੱਕਰ ਨਹੀਂ ਸੀ ਬਹੁਤਾ ਪਿਆ ਉਦੋਂ ਇਹ ਚਰਚਾ ਚੱਲਦੀ ਸੀ ਕਿ ਪੰਜਾਬ ਦੇ ਵਿੱਚ ਬਈ ਕਾਂਗਰਸ ਪਾਰਟੀ ਦਾ ਤਾਂ ਹੁਣ ਵਟਿਆ ਕੁਝ ਨਹੀਂ ਜਾਣਾ ਉਦੋਂ ਅਜੇ ਕੈਪਟਨ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਅਕਾਲੀ ਦਲ ਬਾਰੇ ਵੀ ਉਹ ਕਹਿੰਦੇ ਦਸੀ ਵੀ ਇਹ ਤਾਂ ਹੁਣ ਪਾਰਟੀ ਉੱਠਣੀ ਨਹੀਂ ਜੋ ਇਹਨਾਂ ਨੇ ਕਰ ਦਿੱਤਾ ਇਹਦਾ ਹਾਲ ਆਮ ਆਦਮੀ ਪਾਰਟੀ ਨੂੰ ਉਦੋਂ ਵੈਸੇ ਉਹ ਕਹਿੰਦੇ ਵੀ ਝਾੜੂ ਵਾਲਿਆ ਯਾਰ ਇਹਨਾਂ ਦੇ ਤਾਂ ਬੰਦੇ ਪਹਿਲਾਂ ਹੀ ਛੱਡ ਛੁਡ ਕੇ ਚੱਲ ਗਏ ਤੇ ਫਿਰ ਜਦੋਂ ਉਹ ਮੇਰਾ ਖਲ ਵੀਡੀਓ ਸ਼ਾਇਦ ਹੈ ਜੇ ਵੀ ਕਿਤੇ ਨਾ ਕਿਤੇ ਮਿਲ ਜAVE ਜਿੱਥੇ ਕੋ ਆਪਣੇ ਭਾਈਚਾਰੇ ਦਾ ਪੱਤਰਕਾਰ ਵੀਰ ਉਹਨਾਂ ਨੂੰ ਪੁੱਛਦਾ ਵੀ ਹਾਂਜੀ ਫਲਾਨਾ ਸਵਾਲ ਤੇ ਉਹ ਕਹਿੰਦਾ ਯਾਰ ਕੋ ਮੁੱਖ ਮੰਤਰੀ ਦੇ ਲੈਵਲ ਦਾ ਸਵਾਲ ਕਰ ਤੂੰ ਕਿਹੜੇ ਸਵਾਲ ਕਰਨ ਡਿਆ ਹੁਣ ਤੁਸੀਂ ਦੇਖੋ ਵੀ ਕਿੱਥੇ ਤੇ ਉਹ ਗੱਲ ਸੀ ਜੇ ਕੋ ਬਹੁਤਾ ਟਾਈਮ ਨਹੀਂ ਆਇਆ ਇਸ ਚੀਜ਼ ਨੂੰ ਵੀ ਮੁੱਖ ਮੰਤਰੀ ਦੀ ਗੱਲ ਜਾਂ ਉਦੋਂ ਵੀ ਉਹਨਾਂ ਉਦੇ ਵਿੱਚ ਆਪਣੀ ਪੂਰੀ ਗੱਲਬਾਤ ਹੋ ਗਈ ਆਪਣੇ ਤੋਂ ਬਿਨਾ ਸਰਕਾਰ ਨਹੀਂ ਬਣਦੀ ਪਰ ਤੁਸੀਂ ਦੇਖੋ ਵੀ ਵੋਟਾਂ ਪੈਂਣ ਤੱਕ ਜਾਂਦੇ ਜਾਂਦੇ ਜਦੋਂ ਆਪਾਂ ਇਹ ਸਾਰੇ ਕੁਝ ਨੂੰ ਦੇਖਦੇ ਆ ਤੇ ਉਹ ਪਾਰਟੀ ਦੇ ਵਿੱਚੋਂ ਜਿਹੜੇ ਬੰਦੇ ਨੇ ਉਹ ਵੀ ਖੇਲਰ ਕੇ ਦੂਸਰੀਆਂ ਪਾਰਟੀਆਂ ਚਲੇ ਜਾਂਦੇ ਆ ਉਹਨਾਂ ਚ ਜਿਹੜੇ ਛੱਡ ਕੇ ਗਏ ਉਹ ਅੱਜ ਦੀ ਡੇਟ ਦੇ ਵਿੱਚ ਉਹ ਜਿਹੜੀ ਇਸ ਵਕਤ ਚੱਲ ਰਹੀ ਸਰਕਾਰ ਉਹਦੇ ਵਿੱਚ ਵੀ ਉਹ ਜਿੱਤ ਗਏ ਗਾ ਉਹਨਾਂ ਨੂੰ ਕੁਰਸੀਆਂ ਮਿਲ ਗਈਆਂ ਤੇ ਜਿਹੜੀ ਪਾਰਟੀ ਦੇ ਮੁਖੀ ਸੀਗੇ ਉਹ ਦੇਖ ਲਓ ਵੀ ਅੱਜ ਕਿਹੜੇ ਪਾਸੇ ਚਲੇ ਗਏ ਪਰ ਇੱਕ ਗੱਲ ਹੈਗੀ ਆ ਬਾਸਾਬ ਕਿ ਮੈਨੂੰ ਲੱਗਦਾ ਹੁੰਦਾ ਵੀ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਸੋਰੀ 70 ਬੈਂਸ ਹੋਰਾਂ ਦੇ ਜੇ ਆਪਾਂ ਸਿਆਸੀ ਕਰੀਅਰ ਨੂੰ ਵੇਖੀਏ ਤੇ ਕਦੀ ਕਦੀ ਇਹੋ ਜਿਹਾ ਟਾਈਮ ਆਉਂਦਾ ਜਦੋਂ ਜਮਾ ਪੀਕਤੇ ਹੁੰਦਾ ਵੀ ਗੱਲ ਇੱਥੇ ਚੱਲਦੀ ਹੁੰਦੀ ਆ ਵੀ ਯਾਰ ਫਲਾਣੇ ਨੂੰ ਟੱਕਰ ਦਿੱਤੀ ਤੇ ਯਾਰ ਹੁਣ ਬੈਂਸ ਭਰਾਵਾ ਨੂੰ ਕਿਹੜਾ ਹਰਾਊਗਾ ਤੇ ਜੇ ਆਪਾਂ ਇਸ ਕਾਂਡ ਤੋਂ ਪਿਛਲੇ ਇੱਕ ਸਮੇਂ ਦੀ ਗੱਲ ਕਰ ਲਈ ਜਦੋਂ ਇੱਕ ਉਹ ਕੁੱਟਮਾਰ ਵਾਲਾ ਮਾਮਲਾ ਜਾਂ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਲੜਾਈ ਝਗੜਾ ਤੇ ਫਿਰ ਉਦੋਂ ਵੀ ਜੇਲ੍ਹ ਯਾਤਰਾ ਵਾਲਾ ਕੰਮ ਹੋਇਆ ਸੀ ਉਦੋਂ ਲੋਕ ਕਹਿਣ ਲੱਗ ਪਏ ਸੀ ਨਹੀਂ ਯਾਰ ਹੁਣ ਤਾਂ ਔਖਾ ਹੋ ਗਿਆ ਹੁਣ ਨਹੀਂ ਇਹ ਦੁਬਾਰਾ ਉੱਠਦੇ ਪਰ ਉਦੋਂ ਉੱਠਣ ਤੋਂ ਬਾਅਦ ਫੇਰ ਉਹ ਹੁਣ ਜੇ ਆ ਭਾਜ ਦੀ ਗੱਲ ਕਰਦੇ ਆ ਤੇ ਜੇ ਆ ਜ਼ਮਾਨਤ ਨੂੰ ਆ ਲੋ ਨਾ ਮਿਲਦੀ ਤੇ ਮੈਨੂੰ ਨਹੀਂ ਲੱਗਦਾ ਵੀ ਪਿਛਲੇ 2-3 ਮਹੀਨਿਆਂ ਦੇ ਵਿੱਚ ਕੋਈ ਬਹੁਤੀ ਖਬਰ ਵੀ ਉਹਨਾਂ ਦੋਵਾਂ ਪਰ੍ਹਾਂ ਦੀ ਕਿਤੇ ਆਈ ਹੋਵੇ ਸੰਧਾਲੀਆ ਸਾਹਿਬ ਬਿਲਕੁਲ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਹਾਜ਼ਰੀ ਟੱਬਰ ਦਾ ਕੋਈ ਨਾ ਕੋਈ ਮੈਂਬਰ ਲਵਾਉਂਦਾ ਸੀ ਇਹਦੇ ਤੋਂ ਬਿਨਾਂ ਨਹੀਂ ਬਹੁਤ ਸਾਰੇ ਬੰਦੇ ਯੂਥ ਵਿੰਗ ਦਾ ਪ੍ਰਧਾਨ ਪਾਰਟੀ ਛੱਡ ਗਿਆ ਹੋਰ ਬਹੁਤ ਸਾਰੇ ਬੰਦੇ ਪਾਰਟੀ ਛੱਡ ਗਏ ਹੁਣ ਚੁਣੌਤੀ ਹੈ ਕਿਉਂਕਿ ਅਜੇ ਜ਼ਮਾਨਤ ਮਿਲੀ ਹੈ ਕੇਸ ਥੋੜੀ ਮੁੱਕਾ ਹੈ ਤੇ ਜੇ ਜ਼ਮਾਨਤ ਮਿਲੀ ਹੈ ਕੇਸ ਨਹੀਂ ਮੁੱਕਾ ਇਹਦਾ ਮਤਲਬ ਖਤਰੇ ਦੀ ਤਲਵਾਰ ਲਟਕਦੀ ਹੈ ਹੁਣ ਨਵਜੋਤ ਸਿੰਘ ਸਿੱਧੂ ਦਾ ਕੇਸ ਕਦੋਂ ਦਾ ਸੀ 15 ਸਾਲ ਤੱਕ ਕਦੇ ਸਜ਼ਾ ਤੇ ਰੋਕ ਲੱਗ ਗਈ ਕਦੇ ਸਜ਼ਾ ਹੋ ਗਈ ਆਖਰਕਲ ਸਾਲ ਇੱਕ ਦੇ ਲਈ ਅੰਦਰ ਬਾਝੀ ਗਏ ਹਨ ਸੋ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਇਹ ਕੇਸ ਉਹਨਾਂ ਨੂੰ ਕਿੱਥੇ ਲੈ ਕੇ ਜਾਂਦਾ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ ਇਹ ਪਤਾ ਲੱਗੂ ਪਰ ਦੂਜੇ ਪਾਸੇ ਯੂਪੀ ਚਲੀਏ ਸੰਧਾਲੀਆ ਸਭ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਜ਼ਿਕਰ ਕੀਤਾ ਸੀ ਕਿ ਲਖੀਮਪੁਰ ਖੀਰੀ ਕਿਸਾਨ ਅੰਦੋਲਨ ਦੌਰਾਨ ਘਟਨਾ ਘਟਦੀ ਹੈ ਜੀਪ ਚੜ੍ਹ ਦਿੱਤੀ ਜਾਂਦੀ ਹੈ ਕਿਸਾਨਾਂ ਦੇ ਉੱਤੇ ਜਿਹੜੇ ਮੁਜ਼ਾਹਰਾ ਕਰਦੇ ਸੀ ਕਿਸਾਨ ਮਰਦੇ ਆ ਬਾਅਦ ਚ ਕੀ ਹੋਇਆ ਸਾਰਿਆਂ ਨੂੰ ਪਤਾ ਹੈ ਵੱਖ-ਵੱਖ ਸੂਬਿਆਂ ਤੋਂ ਕਾਫਲੇ ਤੁਰਦੇ ਆ ਤੇ ਗਲਤ ਹੋਇਆ ਪ੍ਰਿਯੰਕਾ ਗਾਂਧੀ ਨੂੰ ਥਾਣੇ ਰੱਖਿਆ ਜਾਂਦਾ ਨਵਜੋਤ ਸਿੰਘ ਸਿੱਧੂ ਜਾ ਕੇ ਇੱਕ ਮਰਨ ਵਾਲੇ ਦੇ ਘਰੇ ਬਾਣ ਵਾਲੇ ਮੰਜੇ ਤੇ ਸੌਂਦੇ ਆ ਕਈ ਕੁਛ ਹੋਇਆ ਇੱਕ ਨਾਲ ਦੇ ਸੂਬੇ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਯੂਪੀ ਚ ਉਤਰਿਆ ਉਹਨੂੰ ਬਾਹਰ ਨਾ ਆਉਣ ਦਿੱਤਾ ਇੰਨਾ ਜ਼ਿਆਦਾ ਭੱਖਿਆ ਸੀ ਮਸਲਾ ਹੁਣ ਉਹ ਮੁੰਡਾ ਜਿਹੜਾ ਉਹ ਆਸ਼ੀਸ਼ ਮੰਤਰੀ ਦਾ ਪੁੱਤ ਹੈ ਭਾਈ ਅਗਲਾ ਉਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਬੇਨਤੀ ਕੀਤੀ ਸੀ ਕਿ ਭਾਈ ਜ਼ਮਾਨਤ ਦੇ ਦਿਓ। ਅਗਲੇ ਨੇ ਗਾਂ ਪਾਤੀ ਗੱਲ ਕੇ ਭਾਈ ਅੱਗੇ ਦੇਖੋ ਦਲੀਲਾਂ ਦੋਨਾਂ ਤੇ ਰੱਖ ਦਿੱਤੀਆਂ ਸੀ ਤੇ ਅੱਜ ਹੁਣ ਉਹ ਬਾਹਰ ਆ ਜਾਊਗਾ ਜਾਂ ਆ ਗਿਆ ਹੋਊਗਾ ਕਿਉਂਕਿ ਹੋ ਗਿਆ 24 ਘੰਟੇ ਹੁਣ ਤਾਂ ਫੈਸਲਾ ਆਏ ਨੂੰ ਕਿ ਭਾਈ 8 ਹਫ਼ਤਿਆਂ ਦੇ ਲਈ ਅਸੀਂ ਜ਼ਮਾਨਤ ਦਿੰਨੇ ਆ 6-8 ਹਫ਼ਤਿਆਂ ਦੇ ਲਈ 1.5-2 ਮਹੀਨਿਆਂ ਦੇ ਲਈ ਪਰ ਉਹਦੇ ਵਿੱਚ ਸ਼ਰਤ ਰੱਖਦੀ ਕਿ ਤੂੰ ਯੂਪੀ ਤੇ ਦਿੱਲੀ ਨਹੀਂ ਜਾ ਸਕਦਾ। ਉੱਤਰ ਪ੍ਰਦੇਸ਼ ਤੇ ਦਿੱਲੀ ਬਿਲਕੁਲ ਨਹੀਂ ਵੜ ਸਕਦਾ ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਸੀ ਉਹਨਾਂ ਦਾ ਕਹਿਣਾ ਸੀ ਕਿ ਨਹੀਂ ਭਾਈ ਗਵਾਹਾਂ ਨੂੰ ਤਮਕਾਊਗਾ ਗਵਾਹਾਂ ਨੂੰ ਪ੍ਰਭਾਵਿਤ ਕਰੂਗਾ ਜਾਂ ਗਵਾਹਾਂ ਨੂੰ ਤਮਕਾਉਜਾ ਪ੍ਰਭਾਵਿਤ ਕਰਨ ਤੋਂ ਬਿਨਾ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਹੁੰਦੀ ਕਿ ਸਬੂਤਾਂ ਦੇ ਨਾਲ ਛੇੜਖਾਨੀ ਜਿਹੜੀ ਉਹ ਕਰ ਦਿੱਤੀ ਜਾਊਗੀ ਇਸ ਕਰਕੇ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਮੰਤਰੀ ਦੇ ਪੁੱਤ ਦਾ ਆਉਣਾ ਵਾ ਨਾ ਤੇ ਬਾਕੀ ਪਾਸੇ ਜਿਹੜਾ ਉਹ ਇਧਰ ਉਧਰਲੇ ਪਾਸੇ ਹੋ ਸਕਦੇ ਆ ਪਰ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਜੀ ਗਲਤ ਹੋਇਆ ਉਹ ਕਹਿੰਦੀ ਆ ਜੀ ਬੰਦੇ ਨੂੰ ਜ਼ਮਾਨਤ ਕਿੱਦਾਂ ਦੇ ਦਿੱਤੀ ਮੰਤਰੀ ਦਾ ਪੁੱਤ ਐ ਸੁਖਧਾਰ ਬੰਦਾ ਐ ਪਹਿਲੇ ਹੀ ਹਮਲੇ ਤੇ ਜਿਹੜੇ ਗਵਾਇਆ ਉਹਨਾਂ ਦੇ ਉੱਤੇ ਬਹੁਤ ਹੋਏ ਐ ਪਰ ਚਲੋ ਦੇਖਦੇ ਆ ਕਹਾਣੀ ਕਿੱਧਰ ਨੂੰ ਜਾਂਦੀ ਐ ਪਰ ਹਾਲ ਦੀ ਘੜੀ ਉਹ ਜਿਹੜਾ ਮੰਤਰੀ ਦਾ ਪੁੱਤ ਐ ਉਹ ਜੇਲ੍ਹੋਂ ਬਾਹਰ ਐ ਜੀ ਤੁਸੀਂ ਦੇਖ ਲਓ WhatsApp ਕੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਵੀ ਕਿੱਦਾਂ ਚੇਂਜ ਹੁੰਦੀਆਂ ਨਾ ਚੀਜ਼ਾਂ ਜਿੱਦਣ ਯੂਪੀ ਸਰਕਾਰ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਹਾਂ ਵੀ ਇਸ ਬੰਦੇ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਇਹ ਬਾਹਰ ਨਾ ਆਵੇ ਉਸ ਦਿਨ ਬੜੀ ਚਰਚਾ ਇਸ ਚੀਜ਼ ਦੀ ਚੱਲੀ ਸੀ ਵੀ ਸ਼ਾਇਦ ਹੁਣ ਜੇ ਯੂਪੀ ਸਰਕਾਰ ਮੰਨ ਲਵੇ ਜੀਪੀ ਦੀ ਸਰਕਾਰ ਹੈ ਉੱਥੋਂ ਦਾ ਆਪਣਾ ਉਹ ਲੀਡਰ ਹੈ ਤਾਂ ਆਪਣੇ ਲੀਡਰ ਦਾ ਗਾਂ ਮੁੰਡਾ ਤੇ ਵੀ ਜੇ ਉਹ ਸਰਕਾਰ ਵੀ ਕਹਿਣ ਲੱਗ ਪਈ ਹੈ ਉਹ ਉੱਥੋਂ ਦੀ ਲੀਡਰਸ਼ਿਪ ਵੀ ਕਹਿਣ ਲੱਗ ਪਈ ਤੇ ਹੋ ਸਕਦਾ ਕਿ ਤਨਾ ਕਿਤੇ ਉਹ ਸੋਚਦੇ ਹੋਣ ਵੀ ਆਪਾ ਹੁਣ ਕਿਸਾਨਾਂ ਵਾਲੇ ਪਾਸੇ ਹੋਣਾ ਯਾਰ ਕਿਸਾਨਾਂ ਨੂੰ ਨਾਲ ਜੋੜੀਏ ਜਿਹੜੇ ਲੋਕਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਲੱਗੇ ਵੀ ਭਈ ਇਨਸਾਫ ਦੀ ਗੱਲ ਹੈ ਸਰਕਾਰ ਵੀ ਸਾਡੇ ਨਾਲ ਖੜਦੀ ਹੈ ਪਰ ਜਦੋਂ ਹੁਣ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਹਾਂ ਵੀ ਉਹਨੂੰ ਜ਼ਮਾਨਤ ਮਿਲ ਗਈ ਹੈ ਤੇ 8 ਮਹੀਨੇ 8 ਹਫ਼ਤੇ ਉਹਨੇ ਬਾਹਰ ਆ ਜਾਣਾ ਹੋ ਉਹਦੇ ਚ ਇੱਕ ਇੱਕ ਗੱਲ ਠੀਕ ਹੈ ਅਦਾਲਤ ਨੇ ਕਹਿਤਾ ਵੀ ਹਾਂਜੀ ਉੱਤਰ ਪ੍ਰਦੇਸ਼ ਜਾਏ ਮੰਨ ਲਓ ਵੀ ਦਿੱਲੀ ਨਾ ਰਹੇ ਪਰ ਇਹਦੇ ਨਾਲ ਜੋੜ ਕੇ ਤੁਸੀਂ ਇੱਕ ਹੁਣੇ ਹੀ ਅੱਜ ਕੱਲ ਵੀ ਉਹ ਬੰਦਾ ਬਾਹਰ ਹੀ ਆ ਉਹਦੀ ਗੱਲ ਕਰ ਲਓ ਵੀ ਉਹਦਾ ਪ੍ਰਭਾਵ ਹਰਿਆਣੇ ਤੇ ਪੰਜਾਬ ਵਾਲੇ ਪਾਸੇ ਤੇ ਰੌਲਾ ਬਹੁਤ ਆ ਪੰਜਾਬ 'ਚ ਸਿਰਸੇ ਵਾਲੇ ਸਾਹ ਦੀ ਗੱਲ ਕਰਦਾ ਉਹਦੇ ਬਾਰੇ ਵੀ ਤੇ ਕਹਿੰਦੇ ਵੀ ਹਾਂਜੀ ਹੁਣ ਇਹ ਸਿਰਸੇ ਰਾ ਜਾਵੇ ਹਰਿਆਣੇ ਵਾਲ ਨਾ ਜਾਵੇ ਕਿਉਂਕਿ ਪੰਜਾਬ 'ਚ ਰੌਲਾ ਪਊਗਾ ਉਹਨੂੰ ਪਰੇ ਉਹ ਬਾਗਪਤਾਲੇ ਪਾਸੇ ਆਸ਼ਰਮ 'ਚ ਰੱਖਿਆ ਕਹਿੰਦੇ ਯੂਪੀਐਲ ਨੂੰ ਹੁਣ ਭਾਵੇਂ ਉਹ ਇੱਕ ਤੀਸਰੇ ਰਾਜ 'ਚ ਆ ਤੇ ਕੀ ਉਹਦੇ ਬਾਹਰ ਆਉਣ ਦਾ ਕਰਕੇ ਰੌਲਾ ਨਹੀਂ ਪੈਂਦਾ ਤੇ ਹੁਣ ਜੇ ਇਹ ਬੰਦੇ ਨੂੰ ਜ਼ਮਾਨਤ ਮਿਲ ਗਈ ਤੇ ਚਾਹੇ ਉਹ ਮੰਨ ਲਓ ਯੂਪੀ ਜਾਂ ਦਿੱਲੀ ਨਾਵੇਂ ਬੜੇ ਤੇ ਕੀ ਉਹਦਾ ਕਰਕੇ ਪੰਜਾਬ ਜਾਂ ਹਰਿਆਣਾ ਤੱਕ ਤੇ ਰੌਲਾ ਨਹੀਂ ਪਊਗਾ ਨਹੀਂ ਪਊਗਾ ਜੀ ਪੂਰਾ ਪਊਗਾ ਰੌਲੇ ਰੌਲੇ ਦਾ ਕੀ ਹੈ ਰੌਲਾ ਤਾਂ ਅਕਸਰ ਪੈ ਜਾਂਦਾ ਹੁਣ ਜਿਸ ਗੁਰਮੀਤ ਰਾਮ ਰਹੀਮ ਦਾ ਤੁਸੀਂ ਜ਼ਿਕਰ ਕੀਤਾ ਹੂੰ ਸੰਧਾਲੀਆਂ ਸਭ ਉਹ ਦੇਖੋ ਕਿਧਰਲੇ ਪਾਸੇ ਗਈ ਬੰਦੇ ਦੀਆਂ ਪੌਂ ਬਾਰਾਂ ਨੇ ਭਾਈ ਦੋ ਸਾਲਾਂ ਦੇ ਵਿੱਚ ਪੰਜਵੀਂ ਰਾਹਤ ਮਿਲੀ ਹੈ ਚਾਰ ਵਾਰੀ ਤਾਂ ਪਰੋਲ ਹੀ ਦਿੱਤੀ ਹਰਿਆਣੇ ਦੀ ਸਰਕਾਰ ਨੇ ਕਿ ਭਾਈ ਚਲ ਕੋਈ ਗੱਲ ਨਹੀਂ ਹਉ ਕੋਈ ਗੱਲ ਨਹੀਂ 30 40 ਦਿਨ ਜੇ ਬਾਹਰ ਬੰਦਾ ਰਹਿ ਵੀ ਆਊਗਾ ਤਾਂ ਕਿਹੜੀ ਗੱਲ ਆ ਘਰ ਦੀ ਰੋਟੀ ਮਿਲ ਜੂਗੀ ਹੁਣ ਜਦੋਂ ਚੌਥੀ ਵਾਰੀ ਪਰ ਰੋਲ ਮਿਲੀ ਉਹ ਵੀ 40 ਦਿਨਾਂ ਦੀ ਉਹ ਵੀ ਸਾਲ ਦੋ ਸਾਲ ਦੇ ਅੰਤਰ ਅੰਦਰ ਤਾਂ ਲੋਕਾਂ ਭੜਕਣਾ ਹੀ ਸੀ ਹੁਣ ਪਹਿਲੀ ਵਾਰ ਸੰਧਾਲੀਆਂ ਸਭ ਗੁਰਮੀਤ ਰਾਮ ਰਹੀਮ ਦਾ ਸਹਾਰਾ ਲੈ ਕੇ ਜਾਂ ਉਹਦੇ ਮੋਢੇ ਤੇ ਬੰਦੂਕ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੇ ਸਿਆਸੀ ਵਾਰ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਟਵੀਟ ਕੀਤਾ ਉੱਪਰੋਂ ਥੜੀ ਠਾ 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 ਉਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਗਿਆ ਕਿ ਜਿਸ ਤਰੀਕੇ ਬੀਬੀ ਇੰਦਰਾ ਗਾਂਧੀ ਦੇ ਸਮੇਂ ਲਹੂ ਲਾਨ ਹੋਇਆ ਸੀ ਪੰਜਾਬ ਤੇ ਹੋਰ ਬਹੁਤ ਸਾਰੇ ਇਲਾਕੇ ਕਹਿੰਦੇ ਜੀ ਉਦਾਂ ਦੀ ਇਹ ਸ਼ਾਂਤੀ ਅਸੀਂ ਦੁਬਾਰਾ ਨਹੀਂ ਚਾਹੁੰਦੇ ਹੋਵੇ ਨਾ ਉਹਨੇ ਛੋਟੀ ਗੱਲ ਥੋੜੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਮੌਜੂਦਾ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਪਾੜਨ ਨੂੰ ਦੇੜਨ ਦਾ ਯਤਨ ਜਿਹੜਾ ਸਿਖਰ ਦੇ ਉੱਤੇ ਕੀਤਾ ਜਾ ਰਿਹਾ ਬੀਬੀ ਇੰਦਰਾ ਗਾਂਧੀ ਵੱਲੋਂ ਆਂਗੂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਜਾਂ ਕੇਂਦਰੀ ਜਿਹੜੀ ਸਰਕਾਰ ਹੈ ਉਹਦੀ ਤੁਲਨਾ ਬੀਬੀ ਇੰਦਰਾ ਗਾਂਧੀ ਦੀ ਨਾਲ ਕਰ ਦਿੱਤੀ ਕਿ ਹਾਲਾਤ ਇਦਾਂ ਦੇ ਹੋ ਗਏ ਨੇ ਹੁਣ ਅੱਗੇ ਤਾਂ ਚਰਚਾ ਇਹ ਚੱਲਦੀ ਸੀ ਕਿ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠਜੋੜ ਹੋ ਸਕਦਾ ਹੋ ਸਕਦਾ ਕਿ ਦੁਬਾਰਾ ਇੱਕ ਵਾਰ ਫੇਰ ਇੱਕ ਦੂਸਰੇ ਦੇ ਨਾਲ ਜਿਹੜਾ ਉਹ ਸਿਆਸੀ ਤੌਰ ਦੇ ਉੱਤੇ ਜੁਗਲਬੰਦੀ ਹੋ ਜਾਏ ਪਰ ਅੱਜ ਜਿਸ ਤਰੀਕੇ ਦੇ ਦੋਸ਼ ਲੱਗੇ ਸੰਧਾਲੀਆ ਸਾਹਿਬ ਪਰਮਬੰਦ ਸਿੰਘ ਬੰਟੀ ਰਮਾਣਾ ਵੱਡੇ ਲੀਡਰ ਨੇ ਅਕਾਲੀ ਦਲ ਦੇ ਅੱਜਕਲ ਉਹ ਕਹਿੰਦੇ ਬੀਜੇਪੀ ਨੇ ਸਾਧਨਾ ਸਮਝੌਤਾ ਕਰ ਲਿਆ ਗੁਰਮੀਤ ਰਾਮ ਰਹੀਮਣਾ ਬੀਜੇਪੀ ਵੋਟਾਂ ਭਾਲਦੀ ਹੈ ਬੀਜਪੀ ਨੇ ਉਹ ਕਹਿੰਦੇ ਜੀ ਜਦੋਂ ਆਦਮਪੁਰ ਵਾਲੀ ਇਲੈਕਸ਼ਨ ਸੀ ਹਰਿਆਣਾ ਵਿੱਚ ਜਦੋਂ ਹੋਰ ਇਲੈਕਸ਼ਨ ਅਸੀਂ ਪੰਜਾਬ ਵਿਧਾਨ ਸਭਾ ਚੋਣ ਸੀ ਨਾਲੋਂ ਨਾਲ ਉਹ ਕਹਿੰਦੇ ਜੀ ਉਹਨੂੰ ਪੈਰੋਲ ਦੇ ਦਿੰਦੇ ਆ ਕਿਉਂਕਿ ਉਹ ਕਹਿੰਦੇ ਜੀ ਤੂੰ ਪ੍ਰਵਾਹ ਨਹੀਂ ਕਰਨੀ ਤੂੰ ਬਸ ਸਾਡੇ ਹੱਕ 'ਚ ਕੰਮ ਕਰ ਸਾਡੇ ਨੂੰ ਤੇਰਾ ਆ ਕੰਮ ਸਾਰਾ ਨਿਭੜ ਜਾਊਗਾ ਪਰਮਪੰਦ ਸਿੰਘ ਵੰਟੀ ਰਮਾਣਾ ਨੇ ਇੱਥੋਂ ਤੱਕ ਵੀ ਕਹਿਤਾ ਉਹ ਕਹਿੰਦੇ ਜੀ ਜਾਖੜ ਸਾਹਿਬ ਬੋਲੋ ਕੈਪਟਨ ਸਾਹਿਬ ਬੋਲੋ ਹਰਮੀਤ ਸਿੰਘ ਕਾਲਕਾ ਜੀ ਬੋਲੋ ਮਨਜਿੰਦਰ ਸਿੰਘ ਸਿਰਸਾ ਜੀ ਬੋਲੋ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਸਿੱਖਾਂ ਦੇ ਵੱਡੇ ਲੀਡਰਾਂ ਆ ਸਿੱਖਾਂ ਦੇ ਹਤਾਸ਼ੀਆਂ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਖਾਂ ਲਈ ਕੰਮ ਬੜਾ ਵਧੀਆ ਕੀਤਾ ਤੇ ਉਹ ਕਹਿੰਦੇ ਦੱਸੋ ਰਾਜੋਣਾ ਸਾਹਿਬ ਨੂੰ 30 ਸਾਲਾਂ ਦੇ ਵਿੱਚ ਇੱਕ ਘੰਟੇ ਦੀ ਪਰੋਲ ਮਿਲੀ ਆ ਜਦੋਂ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰਨਾ ਸੀ ਇਹਨੂੰ ਕਹਿੰਦੇ 1.5 ਤੋਂ 2 ਸਾਲਾਂ ਦੇ ਵਿੱਚ ਤੁਸੀਂ ਚਾਰ ਵਾਰੀ ਪਰੋਲ ਦੇ ਦਿੱਤੀ ਹੈ ਉਸ ਸਾਹਿਬ ਕਿਤਾਬ ਕਹਿੰਦੇ ਫਿੱਟ ਨਹੀਂ ਆਇਆ ਮੜਿਆ ਸਮਝਾਓ ਤੇ ਇਹ ਇਹ ਗੱਲ ਤੇ ਵਾਕਿਆ ਹੀ ਹੈਰਾਨ ਕਰਨ ਵਾਲੀ ਹੈ ਨਾ ਤੁਸੀਂ ਦੇਖੋ ਵੀ ਇਹ ਇਹ ਮੈਨੂੰ ਲੱਗਦਾ ਵੀ ਜੇ ਅਕਾਲੀ ਦਲ ਨੇ ਮੁੱਦਾ ਚੁੱਕਿਆ ਤੇ ਠੀਕ ਮੁੱਦਾ ਚੁੱਕਿਆ ਇਹ ਮੈਨੂੰ ਲੱਗਦਾ ਵੀ ਇਸ ਤੋਂ ਪਿਛਲੀਆਂ ਜਿਹੜੀਆਂ ਉਹਨਾਂ ਨੂੰ ਪੈਰੋਲ ਜਾਂ ਫਰ ਲੋ ਜਦੋਂ ਮਿਲੀਆਂ ਸੀ ਸਾਧ ਨੂੰ ਉਦੋਂ ਵੀ ਗੱਲ ਥੋੜੀ ਜੀ ਇਸੇ ਤਰ੍ਹਾਂ ਸਖਤੀ ਨਾਲ ਕਿਤੇ ਚੁੱਕੀ ਜਾਂਦੀ ਤੇ ਸ਼ਾਇਦ ਆ ਵਾਲਾ ਜਿਹੜਾ ਹੋਣ ਵਾਲੀ ਚਾਲੀਆਂ ਦੇ ਨਾਲ ਆਈ ਮੌਜ ਆ ਇਹ ਨਾਲ ਲੱਭਦੀ ਬੰਦੇ ਨੂੰ ਦੂਜੇ ਪਾਸੇ ਉਹ ਬੰਦਾ ਕਿਹੜਾ ਟਲਦਾ ਵੀ ਠੀਕ ਹੈ ਇੱਕ ਕੇਕ ਕੱਟਣਾ ਤੇ ਕੇਕ ਕਿਤੇ ਦੁਨੀਆ ਕੱਟਦੀ ਨਹੀਂ ਵੀ ਜੇ ਕੇਕ ਕੱਟਣ ਨੂੰ ਜਿਹੜਾ ਕੋਈ ਢੰਗ ਤਰੀਕਾ ਆਮ ਸਾਰੀ ਦੁਨੀਆ 'ਚ ਵਰ ਹੁਣ ਕਿਰਪਾਨ ਫੜਨੀ ਤੇ ਕਿਰਪਾਨ ਨਾ ਗਾਂ ਜਾ ਕੇ ਕੇਕ ਕੱਟਣਾ ਹੁਣ ਉਹਦੀ ਵੀ ਤੇ ਗੱਲ ਚੱਕੀ ਲਈ ਆ ਕੱਲ ਹਰ ਸਿਮਰਤ ਬਾਦਲ ਹੋਰਾਂ ਦਾ ਉਹ ਬਿਆਨ ਸੀਗਾ ਕਿ ਇਹ ਇਹ ਜਿਹੜੀ ਚੀਜ਼ ਆ ਉਹ ਫਿਰ ਉਹਨੂੰ ਕਾਰਨਾਂ ਜੋੜਦੇ ਨੇ ਰਜਿੰਦਰ ਸਿੰਘ ਧਾਮੀ ਸਾਹਿਬ ਦੀ ਗੱਲ ਕਰੀਏ ਤੇ ਉਹ ਵੀ ਕਹਿੰਦੇ ਵੀ ਮਹਾਰਾਜ ਇਹ ਗੱਲ ਜਾਂਦੀ ਕਿਦਰ ਨੂੰ ਆ ਇਸ ਬੰਦੇ ਤੇ ਤੁਸੀਂ ਖਲਾਬ ਕਾਰਵਾਈ ਕਿਉਂ ਨਹੀਂ ਕਰਦੇ ਹੁਣ ਕਿਤੇ ਨਾ ਕਿਤੇ ਤੇ ਵਟਸਐਪ ਇਹ ਗੱਲਾਂ ਜਾਵਦੀਆਂ ਕਿ ਵੀ ਇੱਕ ਬੰਦਾ ਹੁੰਦਾ ਪੈਰੋਲ ਤੇ ਬਾਹਰ ਆਇਆ ਵੀ ਹਾਂਜੀ ਉਹਦਾ ਕੋਈ ਕੰਮ ਆ ਉਹਦੀ ਮਜਬੂਰੀ ਸੀ ਤੇ ਲੋ ਯਾਰ ਉਹਦਾ ਹੱਕ ਬੰਦਾ ਨੂੰ ਦੇ ਦਿਓ ਕੋਈ ਬਹੁਤ ਜ਼ਰੂਰੀ ਕੰਮ ਕਰਿਆ ਹੋਵੇ ਪਰ ਜਿੱਦਾਂ ਹੁਣ ਉਹ ਬਾਹਰ ਆ ਕੇ ਬੰਦਾ ਤੇ ਆਪਣੇ ਗਾਣੇ ਰਿਕਾਰਡ ਕਰਨੇ ਤੇ ਆਨਲਾਈਨ ਸਤਸੰਗ ਕਰਨਾ ਤੇ ਉੱਥੇ ਫੇਰ ਗਾਂ ਸਰਕਾਰਾਂ ਦਰਬਾਰਾਂ ਦੇ ਬੰਦਿਆਂ ਦਾ ਪਹੁੰਚਣਾ ਤੇ ਫੇਰ ਇਸ ਤਰ੍ਹਾਂ ਉਹ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਇਹੋ ਜਿਹੇ ਤਲਵਾਰ ਨਾਲ ਕੇਕ ਕੱਟਣ ਵਾਲੇ ਡਰਾਮੇ ਕਰਨੇ ਇਹ ਕਿਤਨਾ ਕਿਤੇ ਤੇ ਮੈਨੂੰ ਲੱਗਦਾ ਵੀ ਉਹ ਲੋਕ ਜਿਨ੍ਹਾਂ ਲੋਕਾਂ ਦੇ ਨਾਲ ਤੱਕਾ ਹੋਇਆ ਪਿਛਲੇ ਸਮੇਂ 'ਚ ਉਹਨਾਂ ਨੂੰ ਵੀ ਮਹਿਸੂਸ ਕਰਾਉਂਦਾ ਹੋਊਗਾ ਵੀ ਹਾਂ ਯਾਰ ਤੁਸੀਂ ਜੋ ਮਰਜ਼ੀ ਕਰਿਓ ਤਕੜੀ ਦਾ ਸੱਤੀਵਾਂ ਹੀ ਹਿੱਸਾ ਹੋ ਤੇ ਹੈਗਾ ਮੈਂ ਇਹ ਗੱਲ ਥੋੜੀ ਸੰਧਾਲੀਆ ਸਭ ਠੀਕ ਹੈ ਜਾਂ ਤੱਕ ਉਹ ਕਿ ਭਾਰਤ ਦੇ ਵਿੱਚ ਹੋਰ ਕਿਸੇ ਬੰਦੇ ਨੇ ਪੈਰੋਲ ਲਈ ਅਰਜ਼ੀ ਨਹੀਂ ਦਿੱਤੀ ਹਰਿਆਣੇ 'ਚ ਨਹੀਂ ਅਰਜ਼ੀ ਦਿੱਤੀ ਕੀ ਹੋਰ ਕਿਸੇ ਨੂੰ ਇੰਨੀ ਛੇਤੀ ਛੇਤੀ ਪੈਰੋਲ ਦੇ ਉੱਤੇ ਭੇਜਿਆ ਗਿਆ ਕੀ ਬਾਕੀਆਂ ਦੀ ਅਰਜ਼ੀ ਕੋ ਫੜ ਕੇ ਵੀ ਦੇਖਦਾ ਸੁੱਟ ਤਾਂ ਨਹੀਂ ਦਿੱਤੀ ਜਾਂਦੀ ਕੀ ਬਾਕੀਆਂ ਦੇ ਨਾਲ ਵੀ ਇਦਾਂ ਦਾ ਹੀ ਵਿਹਾਰ ਕੀਤਾ ਜਾਂਦਾ ਕਿ ਵਿਹਾਰ ਥੋੜ੍ਹਾ ਜਿਹਾ ਵੱਖਰਾ ਸੌਫਟ ਹੈ ਅਨੁਕੂਲ ਹੁਣ ਮੈਂ ਬੰਟੀ ਰਮਾਣਾ ਸਾਹਿਬ ਦੀ ਗੱਲ ਤੇ ਦੁਬਾਰਾ ਆਉਣਾ ਬੰਟੀ ਰਮਾਣਾ ਸਾਹਿਬ ਕਹਿੰਦੇ ਜੀ 2017 'ਚ ਵੀ ਇਹ ਸੌਦਾ ਸਾਧ ਨੇ ਬੀਜੇਪੀ ਦੇ ਨਾਲ ਸਮਝੌਤਾ ਕੀਤਾ ਸੀ ਵੋਟਾਂ ਬੀਜੇਪੀ ਨੂੰ ਪੁਆਈਆਂ ਤੇ ਮੈਂ ਸੰਧਾਲੀਆ ਸਾਹਿਬ ਚਰਨਜੀਤ ਸਿੰਘ ਬਰਾਰ ਸਾਹਿਬ ਨੂੰ ਪੁੱਛਿਆ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਿਆਸੀ ਸਖਤਰ ਨੇ ਉਹ ਮੀਡੀਆ ਕੋਆਰਡੀਨੇਟਰ ਵੀ ਨੇ ਮੈਂ ਕਿਹਾ ਜੀ ਬੰਟੀ ਰਮਾਣਾ ਸਾਹਿਬ ਤੁਹਾਡੇ ਪਾਰਟੀ ਦੇ ਲੀਡਰ ਨੇ ਉਹ ਕਹਿੰਦੇ 2017 ਚ ਵੀ ਬੀਜੇਪੀ ਨੂੰ ਸਾਧ ਨੇ ਵੋਟਾਂ ਪੁਆਈਆਂ ਸੀ ਮੈਂ ਕਿ ਤੁਸੀਂ ਦੱਸੋ ਕਿ 2017 ਦੇ ਵਿੱਚ ਤਾਂ ਅਕਾਲੀ ਭਾਜਪਾ ਗੱਠਜੋੜ ਸੀ ਕਿ ਜੇ ਤੁਹਾਨੂੰ ਪਤਾ ਸੀ ਕਿ ਬੀਜੇਪੀ ਦੇ ਉਹਦੇ ਨਾਲ ਸਮਝੌਤਾ ਤੇ ਰੌਲਾ ਕਿਉਂ ਨਾ ਪਾਇਆ ਜੇ ਪਤਾ ਸੀ ਕਿ ਬੀਜੇਪੀ ਦੇ ਉਹਨਾਂ ਦੇ ਨਾਲ ਸਮਝੌਤਾ ਹੈ ਤਾਂ ਇਤਰਾਜ਼ ਕਰਨਾ ਚਾਹੀਦਾ ਸੀ ਗੱਟ ਚੁੜ ਤੋਂ ਤੁਹਾਡਾ ਬੀਜੇਪੀ ਦੇ ਨਾਲ ਉਹ ਬਹੁਤ ਬਾਅਦ ਵਿੱਚ ਜਿਹੜਾ ਟੁੱਟਿਆ ਜਾ ਕੇ ਉਹ ਕਹਿੰਦੇ ਜੀ ਗੱਲ ਤਾਂ ਦੇਖੋ ਇਦਾਂ ਆ ਕਿ ਉਦੋਂ ਕਿਹੜਾ ਕਿਸੇ ਨੂੰ ਪਤਾ ਹੀ ਉਦੋਂ ਸਾਡੇ ਤੱਕ ਇੰਨੀ ਗੱਲ ਬਾਅਦ ਵਿੱਚ ਪੁੱਜੀ ਸੀ ਉਦੋਂ ਨਹੀਂ ਕਿਸੀਆਂ ਚੀਜ਼ਾਂ ਦਾ ਪਤਾ ਹੁੰਦਾ ਐਦਾਂ ਉਦਾਂ ਕਰ ਦਿੱਤਾ ਉਹਨਾਂ ਨੇ ਕਿ ਭਾਈ ਨਹੀਂ ਹੁੰਦਾ ਸਾਬ ਕਿਤਾਬ ਜੀ ਆ 2017 ਦੇ ਵਿੱਚ ਉਹ ਕਹਿੰਦੇ ਜੀ ਸਾਰਿਆਂ ਨੂੰ ਪਤਾ ਕਿ ਸ਼ੁਰੂ ਤੋਂ ਹੀ ਨਾਲ ਹੈ ਪਰ ਕਿਤੇ ਨਾ ਕਿਤੇ ਸਵਾਲ ਤਾਂ ਇਹ ਵੀ ਉੱਠਦਾ ਨਾ ਉਕੇ ਜਦੋਂ ਇਹ ਸਾਰਾ ਕੁਝ ਹੋ ਗਿਆ ਡਾਕਟਰ ਰਾਜਕਮਰ ਵੇਰਕਾ ਬੋਲੇ ਉਹ ਕਹਿੰਦੇ ਬਾਜੀ ਬਾ ਅੱਜ ਬੀਜੇਪੀ ਦਾ ਨਾਮ ਆਈ ਜਾਂਨੇ ਹੋ ਤਾਂ ਜਿੱਦਣ ਕਹਿੰਦੇ ਅਵਤਾਰ ਸਿੰਘ ਮੱਕੜ ਐਸਜੀਪੀਸੀ ਪ੍ਰਧਾਨ ਨੂੰ ਸੱਦ ਕੇ ਤੁਸੀਂ ਕਿਹਾ ਸੀ ਕਿ ਪਾਈ ਇਸ਼ਤਿਹਾਰ ਦਿਓ ਲੋਕਾਂ 'ਚ ਸਹੀ ਸਾਬਤ ਕਰੋ ਫੈਸਲਾ ਜਿਹੜਾ ਪੈਰੋਲ ਵਾਲਾ ਸੀ ਸਹੀ ਸਾਬਤ ਕਰੋ ਫੈਸਲਾ ਜਿਹੜਾ ਕਿ ਸੌਦਾ ਸਾਧ ਨੂੰ ਜਿਹੜਾ ਉਹ ਮਾਫੀ ਦੇਣ ਤੋਂ ਬਾਅਦ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ ਐਸਜੀਪੀਸੀ ਵੱਲੋਂ ਉਹ ਕਹਿੰਦੇ ਤੁਸੀਂ ਉਹੀ ਸੀ ਬਾਦਲ ਪਰਿਵਾਰ ਜਿਹੜਾ ਕਿ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀ ਮੰਗ ਰਿਆ ਸੀ ਕਹਿੰਦੇ ਕਾਦੇ ਲਈ ਹੁਣ ਤੁਸੀਂ ਕਹਿੰਦੇ ਬਹੁਤੀਆਂ ਗੱਲਾਂ ਨਾ ਕਰਾਓ ਨਹੀਂ ਤਾਂ ਬਹੁਤ ਕੁਝ ਭੇਦ ਖੁੱਲਣਗੇ। ਉਹ ਨਹੀਂ ਦੇਖੋ ਕਾਰਨ ਹੈ ਨਾ ਜਦੋਂ ਸਿਆਸਤ ਦੇ ਵਿੱਚ ਸਿਆਸਤ ਵਾਲੇ ਛੱਜ 'ਚ ਕੋਈ ਚੀਜ਼ ਪੈ ਜਾਂਦੀ ਹੈ ਨਾ ਫਿਰ ਉਹ ਜੀ ਜਦੋਂ ਛੱਟੀ ਜਾਂਦੀ ਆ ਤੇ ਫਿਰ ਅਖੀਰ ਘਟਾ ਤੇ ਉੱਡਦਾ ਤੇ ਉਹ ਜਿਹੜਾ ਘਟਾ ਫਿਰ ਉਹ ਕਈਆਂ ਦੇ ਸਿਰ 'ਚ ਪੈਂਦਾ ਜਾ ਜਾ ਕੇ ਹੁਣ ਦੇਖੋ ਕਾਰਨ ਹੈ ਵੀ ਜੇ ਆਪਾਂ ਇਸ ਮਸਲੇ ਨੂੰ ਸਿੱਧਾ-ਸਿੱਧਾ ਜਿਹਾ ਦੇਖਣਾ ਹੋਵੇ ਤੇ ਆਪਾਂ ਇਹਦੇ 'ਚੋਂ ਸਿਆਸਤ ਕੱਢ ਦਿੰਨੇ ਆ। ਇੱਕ ਸਿੰਪਲ ਗੱਲ ਦੇਖੀ ਜਾਵੇ ਵੀ ਇੱਕ ਬੰਦਾ ਉਸ ਬੰਦੇ ਨੇ ਕਿਸੇ ਨਾਲ ਕੋਈ ਤੱਕਾ ਕੀਤਾ ਕਿਸੇ ਨੂੰ ਜਾਨੋਂ ਮਾਰਿਆ ਜਾਂ ਜੋ-ਜੋ ਕੁਝ ਵੀ ਕੀਤਾ ਉਹ ਕੇਸ ਚੱਲਿਆ ਉਸ ਕੇਸ ਦੇ ਵਿੱਚ ਅਦਾਲਤ ਨੇ ਸੁਣਵਾਈ ਕੀਤੀ ਜੱਜ ਸਾਹਿਬ ਨੂੰ ਸਬੂਤਾਂ ਗਵਾਹਾਂ ਤੋਂ ਬਾਅਦ ਲੱਗਿਆ ਕਿ ਵੀ ਇਸ ਬੰਦੇ ਦਾ ਦੋਸ਼ ਹੈ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਹਿਸਾਬ ਨਾਲ ਉਸ ਬੰਦੇ ਨੂੰ ਜਿਹੜੀ ਉਹ ਸਜ਼ਾ ਦੇ ਦਿੱਤੀ ਹੁਣ ਜਦੋਂ ਸਜ਼ਾ ਮਿਲ ਗਈ ਤੇ ਬਾਕੀਆਂ ਨੂੰ ਲੱਗਿਆ ਵੀ ਹਾਂ ਸਾਡਾ ਇਨਸਾਫ ਹੋ ਗਿਆ ਪਰ ਉਸੇ ਸਜ਼ਾ ਦੇ ਵਿੱਚੋਂ ਗਾਂ ਜਦੋਂ ਇਹੋ ਦੀਆਂ ਚੋਰ-ਮੋਰੀਆਂ ਲੱਭ ਕੇ ਤੇ ਅਗਲੇ ਬੰਦੇ ਨੂੰ ਫੇਰ ਨਜ਼ਾਰੇ ਦਿਵਾਏ ਜਾਣ ਜਿਹਾਰੇ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਫਿਰ ਤੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਨਾਲ ਨਾਂ ਇਨਸਾਫ ਹੀ ਹੈਗੀ ਆ ਨਾ ਚਲੋ ਸੰਧਾਲੀਆ ਸਾਹਿਬ ਬਾਕੀ ਤਾਂ ਹੁਣ ਸਿਆਸਤ ਦਾ ਜਾਣਣ ਜੀ ਕਿ ਕੀ ਕਹਾਣੀ ਹੈ ਕਿੱਧਰਲੇ ਪਾਸੇ ਨਹੀਂ ਹੈਗੀ ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੇ ਡੇਰਾ सिरसा ਦੇ ਮੁਖੀ ਨੂੰ ਜੇ ਪੈਰੋਲ ਮਿਲ ਸਕਦੀ ਹੈ ਤਾਂ ਬਹੁਤ ਸਾਰੇ ਕੈਦੀ ਹੋਰ ਹੋਣਗੇ ਜਿਹੜੇ ਡਿਜ਼ਰਵ ਕਰਦੇ ਹੋਣੇ ਆ ਉਹ ਜਿਹੜੇ ਕੈਦੀ ਰਿਜ਼ਰਵ ਕਰਦੇ ਆ ਫਿਰ ਭਾਈ ਉਹਨਾਂ ਨੂੰ ਵੀ ਸੁੱਖ ਸਹੂਲਤ ਨਾਲ ਦੀ ਨਾਲ ਜਿਹੜੀ ਉਹ ਦੇ ਦੇਣੀ ਚਾਹੀਦੀ ਹੈ ਬਾਕੀ ਸੰਧਾਲੀਆ ਸਾਹਿਬ ਹਰਿਆਣਾ ਸਰਕਾਰ ਜੀ 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 ਆਹੋ ਹੀ ਮੈਂ ਕਹਿਣ ਲੱਗਾ ਵੀ ਹਰਿਆਣੇ ਵਾਲੀ ਸਰਕਾਰ ਨੇ ਤੇ ਆਂਦੇ ਉਹਦੀ ਸਜ਼ਾ ਵੀ 3 ਮਹੀਨੇ ਮਾਫ ਕੀਤੀ ਹੈ ਮਾਰਾ ਵੀ ਕਮਾਲ ਹੋ ਗਈ ਹੈ ਅਜੇ ਮੈਂ ਕੱਲ ਕੇ ਪਰਸੋਂ ਹੀ ਗੱਲ ਕਰਦਾ ਸੀ ਵੀ ਜੇ ਮੰਨ ਲਓ ਸਰਕਾਰ ਸਜ਼ਾਵਾਂ ਮਾਫ਼ ਕਰਨ ਤੇ ਆ ਗਈ ਤੇ ਫਿਰ ਕਿਹੜੀ ਪੂਛ ਪੜੀ ਜਾਣੀ ਆ ਜੇ ਤੇ ਚਲੋ 3 ਮਹੀਨੇ ਦੀ ਹੋਈ ਆ ਤੇ ਜੇ ਕੱਲੋਂ ਹੌਲੀ ਹੌਲੀ ਕਰਦਾ ਕਰਦਾ ਉਹ ਕਹੇ ਜੀ ਫਲਾਨੇ ਦੀ ਜਿਹਦੀ ਇੰਨੀ ਲੰਮੀ ਸਜ਼ਾ ਉਹ ਚੋਂ ਸਾਲ ਘਟਾ ਦਿਓ ਜੀ ਉਹਦੇ ਚੋਂ 2 ਘਟਾ ਦਿਓ ਜੀ ਉਹ ਚੋਂ 5 ਘਟਾ ਦਿਓ ਜੀ ਘਟ ਘਟਾ ਕੇ ਅਗਲਾ ਹਾਂ ਜੀ ਇਹ ਤਾਂ ਕੱਟੀ-ਕੁੱਟੀ ਗਈ ਏ ਜੀ ਹੁਣ ਗੱਲ ਖਤਮ ਹੋ ਗਈ ਜੀ ਬਹੁਤ ਵਧੀਆ ਆਚਰਣ ਸੀਗਾ ਬਹੁਤ ਵਧੀਆ ਰਹਿਣਾ ਸਹਿਣਾ ਸੀਗਾ ਤੇ ਫਿਰ ਉਹ ਅੰਦਰਲੇ ਅਫਸਰਾਂ ਨੇ ਸਿਫਾਰਿਸ਼ ਕੀਤੀ ਹੈ ਵੀ ਨਹੀਂ ਮਹਾਰਾਜ ਇਹ ਤਾਂ ਬੰਦਾ ਹੀ ਬਹੁਤ ਵਧੀਆ ਜੀ ਇਹਨੂੰ ਤੁਸੀਂ ਛੱਡ ਦਿਓਣ ਬਸ ਗੱਲ ਖਤਮ ਹੋ ਗਈ ਬਹੁਤ ਜੇ ਕਿਤੇ ਹਰਿਆਣੇ ਵਾਲਿਆਂ ਤੋਂ ਸਿੱਖਿਆ ਹੁੰਦਾ ਪੰਜਾਬ ਸਰਕਾਰ ਨੇ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਅੱਜ ਬਾਹਰ ਹੋਣੇ ਸੀ ਕਿਉਂਕਿ ਜੇ ਤੱਕ ਵੀ ਦੁਚਿੱਤੀ ਹੈ ਸਸਪੈਂਸ ਹੈ ਕਿ ਕੀ ਅੱਜ ਨਵਜੋਤ ਸਿੰਘ ਸਿੱਧੂ ਕਾਂਗਰਸੀ ਲੀਡਰ ਦੀ ਰਿਹਾਈ ਜੇਲ੍ਹ ਦੇ ਵਿੱਚੋਂ ਹੋਊ ਪਟਿਆਲੇ ਵਾਲੀ ਜੇਲ੍ਹ ਚ ਨਹੀਂ ਉਹ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨਹੀਂ ਜੀ ਰਿਹਾਈ ਨਹੀਂ ਹੋਣੀ ਪੰਜਾਬ ਕੈਬਨਿਟ ਦੀ ਬੈਠਕ ਹੀ ਨਹੀਂ ਹੋਈ ਜੇ ਕੈਬਨਿਟ ਦੀ ਬੈਠਕ ਹੁੰਦੀ ਉਹਦੇ ਵਿੱਚ ਫੈਸਲਾ ਕੀਤਾ ਜਾਂਦਾ ਕਿ ਆ ਬੰਦੇ ਰਿਹਾ ਕਰਨੇ ਆ 26 ਜਨਵਰੀ ਦੇ ਮੌਕੇ ਤੇ ਕਾਨੂੰਨ ਦੇ ਮੁਤਾਬਕ ਫਾਈਲ ਰਾਜਪਾਲ ਸਾਹਿਬ ਕੋ ਜਾਂਦੀ ਉਹ ਦਸਤਖਤ ਕਰਦੇ ਬੰਦੇ ਫੇਰ ਰਿਹਾ ਹੋਣੇ ਸੀ ਅਜੇ ਤੱਕ ਕੈਬਨਟ ਮੀਟਿੰਗ ਨਹੀਂ ਹੋਈ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਉਹਨਾਂ ਨੇ ਆਉਣਾ ਬਾਹਰ ਕਿ ਨਹੀਂ ਆਉਣਾ ਪਰ ਦੂਸਰੇ ਪਾਸੇ ਸੰਧਾਲੀਆਂ ਸਭ ਉਹਨਾਂ ਦੇ ਸਮਰਥਕ ਲਾਲ ਸਿੰਘ ਸਾਬਕਾ ਖਜ਼ਾਨਾ ਮੰਤਰੀ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਦੇ ਸਾਬਕਾ ਐਮਐਲਏ ਹੋਰ ਬਹੁਤ ਸਾਰੇ ਲੋਕ ਉਹ ਪਟਿਆਲੇ ਇਕੱਠੇ ਹੋਏ ਰਾਤ ਦੇ ਪਟਿਆਲੇ ਇਕੱਠੇ ਹੋਏ ਰੂਟ ਦਿੱਤਾ ਸਿੱਧੂ ਸਾਹਿਬ ਦੀ ਟੀਮ ਨੇ ਕਿ ਨਵਜੋਤ ਸਿੰਘ ਸਿੱਧੂ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਪਹਿਲਾਂ ਗੁਰੂ ਘਰ ਜਾਣਗੇ ਫਿਰ ਇੱਥੇ ਜਾਣਗੇ ਫਿਰ ਇੱਥੇ ਜਾਣਗੇ ਰੂਟ ਦਿੱਤਾ ਪੂਰੇ ਦਾ ਪੂਰਾ ਹੁਣ ਸਮਝ ਨਹੀਂ ਆਉਂਦੀ ਕਿ ਭਾਈ ਕੀ ਹੋਊਗਾ ਕਿ ਸੱਚੇ ਮੁੱਚੀ ਨਵਜੋਤ ਸਿੰਘ ਸਿੱਧੂ ਰਿਹਾ ਹੋਣਗੇ ਜਾਂ ਨਹੀਂ ਨਵਤੇਜ ਸਿੰਘ ਚੀਮਾ ਨੂੰ ਪੁੱਛਿਆ ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਲਾਲ ਸਿੰਘ ਸਾਹਿਬ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਆ ਸਾਬਕਾ ਖਜ਼ਾਨਾ ਮੰਤਰੀ ਅਸੀਂ ਨਾਲ ਆ ਠੀਕ ਹੈ ਦੂਸਰਾ ਉਹ ਕਹਿੰਦੇ ਗੱਲ ਇਦਾਂ ਕਿ ਨਵਤੇਜ ਸਿੰਘ ਚੀਮਾ ਦਾ ਕਹਣਾ ਹੈ ਕਿ ਉਹ 100% ਦੀ ਰਹਾ ਹੋ ਰਿਹਾ ਕਹਿੰਦੇ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਕੇਂਦਰ ਸਰਕਾਰ ਦੇ ਨਿਯਮ ਨੇ ਕਿ ਜਿਹੜਾ ਬੰਦਾ ਇੰਨੀ ਕ ਸਜ਼ਾ ਰਹਿ ਗਈ ਆ ਉਹ ਸਜ਼ਾ ਪੂਰੀ ਕਰ ਸਕ ਦੋ ਤਿਹਾਈ ਜੇ ਪੂਰੀ ਆ ਤੇ ਇੱਕ ਤਿਹਾਈ ਮਾਫ ਹੋ ਸਕਦੀ ਹੈ ਉਹ ਸਜ਼ਾ ਕਹਿੰਦੇ ਪੂਰੀ ਕਰ ਚੁੱਕੇ ਆ ਨਵਜੋਤ ਸਿੰਘ ਸਿੱਧੂ ਅਰੀ 26 ਜਨਵਰੀ ਨੂੰ ਛੱਡੇ ਜਾਣੇ ਪੁੱਛਿਆ ਕਿੰਨੇ ਵਜੇ ਕਹਿੰਦੇ ਸਾਢੇ 12 ਵਜੇ ਬਾਹਰ ਆ ਜਾਣਗੇ ਅਸੀਂ ਪ੍ਰਬੰਧ ਕਹਿੰਦੇ ਜੀ ਸਾਰਾ ਕਰ ਲਿਆ ਸਾਰੇ ਕਾਂਗਰਸੀਆਂ ਨੂੰ ਸੱਦੇ ਲਾ ਦਿੱਤੇ ਦੇਖਿਓ ਘਟਨਾ ਕਿੱਥੇ ਤੱਕ ਜਾਂਦੀ ਹੈ ਠੀਕ ਹੈ ਜੇ ਸਾਰੇ ਬੰਦਿਆਂ ਨੂੰ ਇਹ ਸਾਰਾ ਕੁਝ ਕਹਿ ਦਿੱਤਾ ਗਿਆ ਤਾਂ ਹੁਣ ਜੇ ਇੰਨਾ ਹੀ ਨਵਤੇਜ ਸਿੰਘ ਚੀਮਾ ਸਾਹਿਬ ਜਿਹੜੇ ਆਸਵੰਦ ਨੇ ਕਿ ਉਹਨਾਂ ਨੇ ਆ ਜਾਣਾ ਜੀ ਰੂਟ ਤੱਕ ਦੇ ਦਿੱਤਾ ਗਿਆ ਜੇ ਬੋਰਡ ਤੱਕ ਪੰਜਾਬ ਚ ਵੱਖ-ਵੱਖ ਥਾਵਾਂ ਤੇ ਲੱਗਾ ਹੈ ਸੰਧਾਲੀਆ ਸਾਹਿਬ ਸਿੱਧੂ ਸਾਹਿਬ ਬਾਹਰ ਆ ਜਾਂਦੇ ਆ ਕਿ ਨਹੀਂ ਆਉਂਦੇ ਪਤਾ ਨਹੀਂ ਪਰ ਕਈਆਂ ਦੀ ਜੀਬ ਤਾਲ ਨੂੰ ਜ਼ਰੂਰ ਲੱਗੀ ਹੋਣੀ ਹੈ ਇਹ ਵੀ ਨਾ ਵੈਸੇ ਮਨ ਲੱਗਦਾ ਵੀ ਇਸ ਲੈਵਲ ਦਾ ਸਸਪੈਂਸ ਸਿਆਸਤ ਦੇ ਵਿੱਚ ਕਈ-ਕਈ ਵਾਰਾਂ ਵੱਧਦਾ ਹੁੰਦਾ ਜਿੱਦਾਂ ਦਾ ਕਿ ਹੁਣ ਬਣਿਆ ਹੁਣ ਤੁਸੀਂ ਦੇਖੋ ਵੀ ਜੇ ਅਪਰ ਪੂਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਿਹਦੇ ਉਹ ਲੀਡਰ ਨੇ ਆ ਜਿਹਦੇ ਉਹ ਸਾਬਕਾ ਪ੍ਰਧਾਨ ਰਹੇ ਨੇ ਜੇ ਉਹਨਾਂ ਦੀ ਗੱਲ ਕਰੀਏ ਤੇ ਉਹਦੇ ਚ ਵੀ ਬਹੁਤੇ ਬੰਦੇ ਕੋਈ ਕਿਸੇ ਨੂੰ ਤੁਸੀਂ ਪੁੱਛ ਕੇ ਦੇਖ ਲਓ ਕੋ ਬਹੁਤੇ ਚਾਹਣ ਵਾਲੇ ਥੋੜਾ ਵੀ ਹਾਂ ਯਾਰ ਬੰਦਾ ਜ਼ਰੂਰ ਬਾਹਰ ਆਉਣਾ ਚਾਹੀਦਾ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਹੀ ਉਹਨਾਂ ਦੇ ਲੀਡਰ ਨੇ ਜਿਹੜੇ ਇਸ ਵਕਤ ਪ੍ਰਬੰਧ ਕਰਦੇ ਪਏ ਜਾਂ ਜਿਹੜੇ ਕਹਿੰਦੇ ਵੀ ਟਾਈਮ ਹੋਇਆ ਪਿਆ ਤੇ ਉਹਨਾਂ ਨੇ ਆਉਣਾ ਹੀ ਆਉਣਾ ਬਾਹਰ ਹੁਣ ਇੱਕ ਗੱਲ ਤੇ ਹੈਗੀ ਆ ਵੀ ਉਹ ਉਹਨਾਂ ਦਾ ਬਾਹਰ ਆਉਣਾ ਨਾ ਆਉਣਾ ਇਹ ਤੇ ਉਦੋਂ ਪਤਾ ਲੱਗਣਾ ਵੀ ਜਦੋਂ ਗੱਲ ਕਲੀਅਰ ਹੁੰਦੀ ਆ ਪਰ ਇੱਕ ਚੀਜ਼ ਨੋਟ ਕਰਨ ਵਾਲੀ ਆ ਵੀ ਜੇ ਮੰਨ ਲਓ ਵੀ ਉਹ ਸੱਚੀ ਰਿਹਾਅ ਹੋ ਕੇ ਬਾਹਰ ਆ ਜਾਂਦੇ ਆ ਤੇ ਤੁਸੀਂ ਨੋਟ ਕਰੋ ਵੀ ਅਜੇ ਉਹ ਖੈਰ ਅਗਲਾ ਪੜਾਤਾ ਰਾਹੁਲ ਗਾਂਧੀ ਹੋਰਾਂ ਨੇ ਆਪਣੀ ਯਾਤਰਾ ਦਾ ਰੋਕ ਲਿਆ ਪਰ ਉਹ ਜਿਹੜੀ ਆਖਰੀ ਰੈਲੀ ਵਾਲਾ ਸਦਾ ਸੁਦਾ ਜਾ ਉਹ ਤੇ ਜਿਉਂਦਾ ਤਿਉਹ ਹੀ ਆ ਜੇ ਉਹ ਬੰਦਾ ਰਿਹਾਅ ਹੋ ਜਾਂਦਾ ਤੇ ਇਟ ਮੀਨਸ ਇਹ ਤੇ ਗੱਲ ਕਲੀਅਰ ਆ ਵੀ ਬੰਦੇ ਨੇ ਉਸ ਰੈਲੀ ਚ ਪਹੁੰਚਣਾ ਤੇ ਫਿਰ ਜਿਹੜੇ ਬੰਦੇ ਅਜੇ ਤੱਕ ਵੀ ਨਾ ਤਾਂ ਉਹਨਾਂ ਦਾ ਬਿਆਨ ਆਇਆ ਤੇ ਨਾ ਉਹ ਉੱਥੇ ਪਹੁੰਚੇ ਹੋਣਗੇ ਵੀ ਹਾਂ ਯਾਰ ਬੰਦਾ ਰਿਹਾਅ ਹੋ ਕੇ ਬਾਹਰ ਆਵੇ ਉਹਨਾਂ ਤੇ ਕੀ ਬੀਤੂਗੀ ਪਲਾਫੇ ਉਦੋਂ ਨਹੀਂ ਇਹ ਤਾਂ ਦੇਖੋ ਪਈਆਂ ਨੂੰ ਐਂ ਲੱਗਦਾ ਕਿ ਸਿੱਧੂ ਸਾਹਿਬ ਜਿਹੜੇ ਨਾ ਮੈਂ ਕਿਹਾ ਨਾ ਉਹ ਨਾਂ ਵੀ ਆਏ ਸੰਧਾਲੀਆ ਸਭ ਢਾਈਆਂ ਮਹੀਨਿਆਂ ਨੂੰ ਆ ਜਾਣਗੇ ਇੰਨਾ ਕੀ ਰਹਿੰਦਾ ਕੰਮ ਤਿੰਨਾਂ ਨੂੰ ਆ ਜਾਣਗੇ ਜੇ ਢਾਈਆਂ ਤਿੰਨਾਂ ਮਹੀਨਿਆਂ ਨੂੰ ਵੀ ਆ ਗਿਆ ਕਿਡਾ ਲੋਕ ਸਭਾ ਦੀ ਇਲੈਕਸ਼ਨ ਲੰਘ ਚੱਲੀ ਅਪ੍ਰੈਲ ਮਈ ਦੇ ਵਿੱਚ ਆ ਹੀ ਜਾਣਾ ਸਾਲ ਰਹਿੰਦਾ ਹੋਣਾ ਉਦੋਂ ਲੋਕ ਸਭਾ ਦੀ ਚੋਣ ਚ ਬਾਕੀ ਚਲੋ ਲੋਕ ਪੱਖੀ ਤਰੀਕੇ ਦੇ ਨਾਲ ਕੰਮ ਕਰਨ ਜਿਹੜੀਆਂ ਗੱਲਾਂ ਤੁਨ ਦੇ ਸਾਥੀ ਇਤਰਾਜ਼ ਕਰਦੇ ਸੀ ਉਹ ਬੰਦ ਕਰ ਦੇ ਨਵਜੋਤ ਸਿੰਘ ਸਿੱਧੂ ਆਪਾਸ ਉਮੀਦ ਕਰਦੇ ਆ ਕਿ ਭਾਈ ਠੀਕ ਤਰੀਕੇ ਦੇ ਨਾਲ ਚੱਲਣ ਦੂਜੇ ਪਾਸੇ ਸੰਧਾਲੀਆ ਸਭ ਕਮਾਲ ਹੀ ਹੋ ਗਈ ਇੱਕ ਪਾਸੇ ਕੌਮੀ انسਾਹ ਮੋਰਚਾ ਲੱਗਾ ਮੋਹਾਲੀ ਦੇ ਵਿੱਚ ਤੇ ਉਹ ਕਹਿੰਦੇ ਜੀ ਕੇਂਦਰ ਦੀ ਸਰਕਾਰ ਰਿਹਾਂ ਨਹੀਂ ਕਰਦੀ ਕਈ ਸੂਬਾ ਸਰਕਾਰ ਵੀ ਉਹਨਾਂ ਦੇ ਨਿਸ਼ਾਨੇ ਤੇ। ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਜੀ ਸਰਕਾਰ ਚਾਹੇ ਤੇ ਇੱਕ ਮਿੰਟ ਦੇ ਵਿੱਚ ਬੰਦੇ ਸਾਡੇ ਛੱਡ ਸਕਦੀ ਆ ਛੱਡਦੀ ਨਹੀਂ ਭਾਜਪਾ ਦੀ ਸਰਕਾਰ। ਤੀਸਰੇ ਪਾਸੇ ਤੁਸੀਂ ਦੇਖੋ ਕੇਂਦਰੀ ਕੈਬਨਟ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਪੰਜਾਬ ਚ ਆਇਓ ਆ। ਉਹ ਬਠਿੰਡੇ ਗਿਆ ਸੀ। ਫਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣ ਗਏ। ਮਿਲੇ ਵਿਚਾਰਾਂ ਕੀਤੀਆਂ ਤੇ ਬਾਹਰ ਆ ਕੇ ਛਕਵਾਬ ਸਾਹਿਬ ਕਹਿੰਦੇ ਜੀ ਅਦਾ ਅਸੀਂ ਚਿੰਤਤ ਤਾਂ ਪੰਜਾਬ ਦੇ ਹਾਲਾਤਾਂ ਸੰਬੰਧੀ ਉਸੇ ਤਰੀਕੇ ਜਥੇਦਾਰ ਸਾਹਿਬ ਵੀ ਬਹੁਤ ਜ਼ਿਆਦਾ ਚਿੰਤਤ ਨੇ ਪੰਜਾਬ ਦੀ ਸਥਿਤੀ ਤੋਂ ਸਰਕਾਰ ਕਰਪੁਰ ਨਹੀਂ ਕੁਛ ਰਹੀ ਤੇ ਫਿਰ ਜਿਹੜੀ ਅਗਲੀ ਗੱਲ ਉਹਨਾਂ ਨੇ ਆਖੀ ਉਹ ਕਹਿੰਦੇ ਜੀ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੁੱਛ ਲਿਆ ਉਹ ਕਹਿੰਦੇ ਜੀ 11 ਬੰਦਿਆਂ ਦੀ ਲਿਸਟ ਆਈ ਸਾਡੇ ਕੋਲ ਨੌ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਡਿਸੀਜਨ ਲੈ ਲਿਆ ਕਿਸੇ ਨੂੰ ਰਿਹਾ ਕਰਤਾ ਕਿਸੇ ਦੀ ਸਜ਼ਾ ਘਟਾਤੀ ਬਾਕੀ ਕਹਿੰਦੇ ਲਿਸਟ ਆਊਟ ਦੇਖਾਂਗੇ ਬਾਕੀ ਕਾਨੂੰਨੀ ਮਸਲਾ ਕਾਨੂੰਨੀ ਪਚੀਦਗੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਕੰਮ ਹੋਣਾ ਪਰ ਤੁਸੀਂ ਇੱਥੇ ਦੇਖੋ ਬੜੀ ਕਮਾਲ ਦੀ ਚੀਜ਼ ਕਿ ਰਜਿਸਟਰ ਲਾਇਆ ਨਾ ਐਸ்சிਪੀਸੀ ਨੇ ਕਿ ਜਿਹੜੇ ਵੀ ਬੰਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ 'ਚ ਨੇ ਆਪਣਾ ਨਾਮ ਡੈਡੀ ਦਾ ਨਾਮ ਈਮੇਲ ਐਡਰੈਸ ਟੈਲੀਫੋਨ ਨੰਬਰ ਫੁੱਲ ਐਡਰੈਸ ਸਾਰਾ ਕੁਝ ਭਰੋ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ਿਕਾਵਤ ਸਾਹਿਬ ਜਥੇਦਾਰ ਸਾਹਿਬ ਦੀ ਹਾਜ਼ਰੀ 'ਚ ਫਾਰਮ ਭਰ ਗਏ ਹੋ ਨਹੀਂ ਤਾਂ ਹੁਣ ਤੱਕ ਕੀ ਸੀ ਇਲਜ਼ਾਮ ਲੱਗਦੇ ਸੀ ਕਿ ਭਾਈ ਛੱਡਦੇ ਨਹੀਂ ਤੇ ਜਦੋਂ ਹੁਣ ਫੋਟੋ ਤੇ ਵੀਡੀਓ ਚੱਲਦੀਆਂ ਕਿ ਭਾਜਪਾ ਆਗੂ ਤੇ ਕੇਂਦਰੀ ਕੈਬਨਿਟ ਮੰਤਰੀ ਗਜੈਂਦਰ ਸਿੰਘ ਸ਼ਿਖਾਵਤ ਨੇ ਵੀ ਉਹ ਫਾਰਮ ਦੇ ਉੱਤੇ ਸਾਈਨ ਕੀਤੇ ਆ ਕਿ ਭਾਈ ਸਿੱਖ ਕੈਦੀ ਰਿਹਾ ਕੀਤੇ ਜਾਣ ਸਿਆਸਤ ਹੈ ਸੰਧਾਲੀਆ ਸਾਹਿਬ ਜਦੋਂ ਵੀ ਮਾਰਦੀ ਆ ਉਬਾਲਾ ਮਾਰਦੀ ਆ ਨਹੀਂ ਨਹੀਂ ਪੂਰਾ ਵਾਲਾ ਮਾਰਦੀ ਆ ਪਰ ਤੁਸੀਂ ਦੇਖੋ ਬਠਿੰਡੇ ਜੇ ਗਜੈਂਦਰ ਸਿੰਘ ਸ਼ਿਖਾਵਤ ਸਾਹਿਬ ਆਏ ਤੇ ਬਠਿੰਡੇ ਚ ਉਹਨਾਂ ਦੇ ਤਾਜ਼ੇ ਤਾਜ਼ੇ ਤਤੇ ਤਤੇ ਭਾਜਪਾ ਦੇ ਲੀਡਰ ਬਣੇ ਮਨਪ੍ਰੀਤ ਬਾਦਲ ਸਾਹਿਬ ਕਹਿੰਦੇ ਗਏ ਨਹੀਂ ਉਹਨਾਂ ਦੇ ਕੋਲ ਉੱਥੇ। ਜੀ। ਉਹ ਕੀ ਕਹਾਣੀਆਂ ਵੀ ਇੰਨੀ ਛੇਤੀ ਕਿਉਂ ਨਹੀਂ ਗਏ? ਇਹ ਵੀ ਚਲੋ ਪਤਾ ਲੱਗ ਜੂ। ਦੂਜੀ ਗੱਲ ਤੁਸੀਂ ਇਹ ਦੇਖੋ ਨੋਟ ਕਰਨ ਵਾਲੇ ਵੀ ਉਹ ਸਾਈਨ ਤੇ ਉੱਥੇ ਕਰ ਗਏ। ਹੁਣ ਜਹਦਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਚਲੋ ਕੁਝ ਵਿਚਾਰਾ ਇਹੋ ਜਿਹੀਆਂ ਵੀ ਹੋਈਆਂ ਹੋਣਗੀਆਂ ਜਿਹੜੀਆਂ ਵਿਚਾਰਾ ਆਮ ਤੌਰ ਤੇ ਮੀਡੀਆ ਦੇ ਨਾਲ ਨਹੀਂ ਸਾਂਝੇ ਕੀਤੀ ਜਾਂਦੀਆਂ। ਬਾਅਦ ਦੇ ਵਿੱਚ ਜਦੋਂ ਲੇਟਰ ਆਉਣ ਕਿਤੇ ਬਿਆਨ ਆਉਂਦੇ ਨੇ ਫਿਰ ਥੋੜਾ ਥੋੜਾ ਪਤਾ ਲੱਗਦਾ ਵੀ ਅੱਛਾ ਯਾਰ ਹੁਣ ਇਹ ਗੱਲ ਹੌਲੀ-ਹੌਲੀ ਇਸ ਪਾਸੇ ਨੂੰ ਚੱਲੂਗੀ। ਪਰੇ ਗੇਂਦਰ ਸਿੰਘ ਸ਼ਿਖਾਵਤ ਸਾਹਿਬ ਦੇ ਸਾਈਨ ਕਰਨ ਵਾਲੀ ਦਸਤਖਤ ਕਰਨ ਵਾਲੀ ਗੱਲ ਕੁਛ ਇਦਾਂ ਜੇ ਨਹੀਂ ਲੱਗਦੀ ਵੀ ਮੰਨ ਲਓ ਇੱਕ ਦਰਵਾਜ਼ਾ ਹੀ ਆ ਦਰਵਾਜ਼ੇ ਦੇ ਦੂਸਰੇ ਪਾਸੇ ਜਿੰਦਰਾ ਵਜਾ ਉਹਨੂੰ ਜਿੰਦਰਾ ਮਾਰ ਕੇ ਇਹਦੇ ਚਾਬੀ ਜੇਬ ਚ ਪਾਈ ਹੋਵੇ ਤੇ ਇਧਰਲੇ ਪਾਸਿਓ ਜਿੱਦਾਂ ਬੰਦਿਆ ਖਣ ਯਾਰ ਬੂਹਾ ਤੇ ਖੜਕਾਓ ਤੇ ਮੈਂ ਲੈ ਆ ਯਾਰ ਖੜਕਾਦਨੇ ਚ ਕਿਹੜੀ ਗੱਲ ਤੇ ਵਾ ਵਾ ਉੱਚੀ ਖੜਕਾਇਆ ਜਾਵੇ ਯਾਰ ਬੂਹਾ ਨਹੀਂ ਖੋਲਦੇ ਕੀ ਗੱਲ ਆ ਇਦਾਂ ਲਾ ਲਾ ਕੇ ਗੱਲਾਂ ਨਸੰਧਾਲੀਆ ਸਭ ਕਰਿਆ ਕਰ ਉਹ ਬੰਦਿਆਂ ਨੇ ਫਾਰਮ ਪਰ ਦਾਖਲ ਮੈਂ ਤਾਂ ਗੱਲ ਹੀ ਕਰਦਾ ਨਹੀਂ ਨਹੀਂ ਤੁਸੀਂ ਇਹ ਗੱਲ ਥੋੜਾ ਇਹ ਇਹ ਇੱਕ ਗੱਲ ਹੋਰ ਤੁਸੀਂ ਜੀ ਮੇਰੀ ਗੱਲ ਸੁਣ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਗਜੈન્દ્ર ਸਿੰਘ ਸ਼ਿਖਾਵਤ ਸਾਹਿਬ ਨੇ ਜਿਹੜੀ ਗੱਲ ਕਹੀ ਨਾ ਕਿ ਵੀ ਹਾਂ ਯਾਰ ਲਿਸਟ ਦੇਓਗੇ ਤੇ ਉਸ ਤੋਂ ਬਾਅਦ ਆਪਾਂ ਦੇਖ ਲਵਾਂਗੇ ਇਹ ਕਿਤਨਾ ਕਿਤੇ ਉਦਾਂ ਜੇ ਦੀ ਗੱਲ ਹੋ ਗਈ ਤੁਸੀਂ ਦੇਖੋ ਤੁਹਾਨੂੰ ਯਾਦ ਹੋਣਾ ਜਦੋਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਜਦੋਂ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਪਰ ਉਦੋਂ ਬਹੁਤ ਸਾਰੀਆਂ ਚੀਜ਼ਾਂ ਵਸਤਾ ਇਤਿਹਾਸਕ ਜਿਹੜੀਆਂ ਸੀ ਜਿਉ ਚੱਕ ਕੇ ਲੈ ਗਈ ਸੀ ਕੀ ਸਰਕਾਰ ਜਾਂ ਉਦੋਂ ਬਹੁਤ ਚੱਕ ਕੇ ਲੈ ਗਈ ਸੀ ਜੀ ਉਹ ਵਾਪਸ ਨਹੀਂ ਕੀਤੀਆਂ ਕਿ ਜਾਂ ਹਰ ਵਾਰ ਪੁੱਛਿਆ ਜਾਂਦਾ ਸੀ ਜੀ ਉਹ ਵਾਪਸ ਕਰੋ ਜੀ ਵਾਪਸ ਕਰੋ ਉਹ ਇੱਕ ਚਿੱਠੀ ਆਈ ਸੀ ਉਤੋਂ ਕੇਂਦਰ ਵਾਲੇ ਪਾਸੋਂ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਉਹ ਤਾਂ ਮਹਾਰਾਜ ਸਾਰਾ ਕੁਝ ਹੀ ਵਾਪਸ ਕਰਤਾ ਹੈ ਬਾਕੀ ਤੁਸੀਂ ਲਿਸਟ ਦਿਓ ਸਾਨੂੰ ਕਿੱਥੇ ਆ ਤੇ ਉਦੋਂ ਤੇ ਕਮੇਟੀ ਬਣੀ ਸੀ ਉਦੋਂ ਬਾਅਦ ਲਿਸਟ ਨਹੀਂ ਮੇਰੇ ਖਲ ਕਦੀ ਕਿਸੇ ਨੇ ਵੇਖੀ ਹੁਣ ਇਹੋ ਜਿਹਾ ਬਿਆਨ ਹੀ ਲਗਭਗ ਜਿੰਦਰ ਸਿੰਘ ਸ਼ਖਾਵਤ ਸਾਹਿਬ ਕਹਿੰਗੇ ਵੀ ਮਹਾਰਾਜ ਉਹ ਨੌਂ ਦਾ ਮਸਲਾ ਤੇ ਹੱਲ ਹੋ ਗਿਆ ਬਾਕੀ ਤੁਸੀਂ ਦੱਸੋ ਕੀ ਹੈ ਤੇ ਉਦੋਂ ਬਾਅਦ ਹੁਣ ਗਾਂ ਆਪਾਂ ਦੇਖਦੇ ਆਂ ਵੀ ਆਉਣ ਵਾਲੇ ਦਿਨਾਂ 'ਚ ਕੌਣ ਲਿਸਟ ਦਿੰਦਾ ਦੁਬਾਰਾ ਵੀ ਆਹ ਦੇਖੋ ਜੀ ਫੁਲਾਨਾ ਬੰਦਾ ਉਹਦਾ ਆ ਕੇਸ ਆ ਇੱਥੇ ਪਹੁੰਚਿਆ ਇੱਥੇ ਅਪੜਿਆ ਤੇ ਇਹਦੇ ਬਾਰੇ ਕੀ ਕਹ ਇਹ ਉਹ ਇਤਾਂ ਦੀ ਗੱਲ ਨਹੀਂ ਉਹ ਰਿਹਾ ਕਰਨ ਨੂੰ ਤਾਂ ਕਾਲੇ ਹੁੰਦੇ ਆ ਬਾਕੀ ਸੰਧਾਲੀ ਸਾਹਿਬ ਕਮੇਟੀ ਬਣਾਤੀ ਨਾ ਕਮੇਟੀ ਜਾਂਉਂਦੇ ਤੁਸੀਂ ਵਿਚਾਰ ਕਰਦੀ ਹੈ ਵਿਚਾਰ ਪਟਾੰਦਰੇ ਲੰਮੇ ਹੋ ਜਾਂਦੇ ਆ ਨਾਲੇ ਉਹ ਜਿਹੜੀ ਰਿਪੋਰਟ ਹੈ ਜਿਹਦੇ ਸੰਬੰਧ ਦੇ ਵਿੱਚ ਕਮੇਟੀ ਬਣਾਈ ਗਈ ਉਹ ਨਾਲ ਦੋ ਤਿੰਨ ਕਮਰੇ ਛੱਡ ਕੇ ਪਈ ਹੋਣੀ ਕਿਤੇ ਤੇ ਇੰਨਾ ਲੰਮਾ ਪੈੜਾ ਤੈਅ ਕਰਨ ਦੇ ਲਈ ਤਿੰਨ ਚਾਰ ਸਾਲ ਤਾਂ ਲੱਗ ਹੀ ਜਾਂਦੇ ਹੁੰਦੇ ਆ ਸੰਗਤ ਦਾ ਯਕੀਨ ਹੈ ਭਾਈ ਸੰਗਤ ਦਾ ਵਿਸ਼ਵਾਸ ਹੈ ਆ ਹੁਣ ਪਿੱਛੇ ਜੇ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪੌਣੇ 3 ਕਰੋੜ ਲੋਕ ਰਹਿੰਦੇ ਨੇ ਪੰਜਾਬ 'ਚ ਦੋਟਾ 1 ਕਰੋੜ ਬੰਦਾ ਤਾਂ ਹੁਣ ਆਈਆਂ ਜਿਹੜਾ ਚਾਹੁੰਦਾ ਉਹ ਵੇਖ ਪਈ ਠੀਕ ਹੋਵੇ ਕੰਮ ਸਰਹਾਈ ਹੋਣੀ ਚਾਹੀਦੀ ਹੈ 10ਖ ਦੁਆਰਾ ਲੱਖ ਬੰਦੇ ਦੇ ਹੋਏ ਅਜੇ ਬਾਕੀਆਂ ਦੇ ਕਿਉਂ ਨਹੀਂ ਅਜੇ 2 ਕਰੋੜ ਦੇ ਹਿਸਾਬ ਨਾਲ ਆਵੇ ਲਈਏ ਤੇ 1 ਕਰੋੜ ਤੇ 88 ਲੱਖ ਬੰਦਾ ਕਿੱਥੇ ਆ ਕੀ ਉਹ ਸਹਿਮਤ ਨਹੀਂ ਹੈ ਸਹਿਮਤ ਨਹੀਂ ਕੀ ਉਹਦੇ ਹੀ ਭਰੋਸਾ ਜਿਹੜਾ ਉਹ ਗਵਾ ਬੈਠੀ ਆ ਵੱਡੀਆਂ ਸੰਸਥਾਵਾਂ ਪਤਾ ਲੱਗਣਾ ਚਾਹੀਦਾ ਦੂਸਰੇ ਪਾਸੇ ਤੇ ਭਰੋਸੇ ਵਾਲੀ ਗੱਲ ਤੋਂ ਮੈਨੂੰ ਯਾਦ ਆਇਆ ਵਾਟਸਾਪ ਦੇਖੋ ਇਹ ਪਿਛਲੇ ਦਿਨ ਇੱਕ ਕਮੇਟੀ ਸੀ ਨਾ ਬਣਾਈ ਜਾ ਕੋ ਬਣਾਈ ਸੀ ਪੰਪ ਪੰਥਕ ਸਲਾਹਕਾਰ ਕਮੇਟੀ ਵੀ ਜਿਹਨੇ ਸਲਾਹ ਦੇਣੀ ਆ ਵੀ ਹਾਂਜੀ ਹੋਰ ਅੱਗੇ ਆਪਾਂ ਸ਼੍ਰੋਮਣੀ ਕਾਲਦਲ ਨੂੰ ਕੀ ਕਰਨਾ ਚਾਹੀਦਾ ਪੰਥਕ ਮਸਲਿਆਂ ਦੇ ਹਿਸਾਬ ਨਾਲ ਹੁਣ ਕਹਿੰਦੇ ਆ ਵੀ ਉਹਨਾਂ ਦੀ ਵੀ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੇ ਸਿੱਖਾਂ ਦੇ ਮਨਾਂ ਦੇ ਵਿੱਚ ਕੁਝ ਇੱਕ ਸੈਂਸੇ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਕਾਲਦਲ ਦਾ ਰਾਜ ਸੀਗਾ ਉਹ 10 ਸਾਲ ਜਿਹੜੀ ਵੀ ਸਰਕਾਰ ਚੱਲੀ ਉਦੇ ਦੌਰਾਨ ਜਿਹੜੇ ਸਹੀਂ ਸੇ ਸੀਗੇ ਮਨ ਦੇ ਵਿੱਚ ਵੀ ਆਹ ਕੁਝ ਹੋਇਆ ਜੀ ਉਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੀ ਗੱਲ ਵੀ ਕਰਦੇ ਨੇ ਫਿਰ ਉਹ ਜਿਹੜਾ ਬੇਦਵੀ ਵਾਲਾ ਕਾਂਡ ਸੀਗਾ ਉਹਦੀ ਗੱਲ ਵੀ ਕਰਦਿੰਦੇ ਨੇ ਵੀ ਉਹ ਜਿਹੜੇ ਸ਼ੰਕੇ ਨੇ ਉਹ ਨਿਵਰਤ ਕਰਨੇ ਚਾਹੀਦੇ ਆ ਤਾਂ ਜੋ ਆਮ ਸਿੱਖ ਜਿਹੜਾ ਹੈ ਉਹਨੂੰ ਗੱਲ ਕਲੀਅਰ ਹੋਵੇ ਵੀ ਕਿਹੜੀ ਗੱਲ ਕਿੱਦਾਂ ਸੀ ਤੇ ਅਸਲ ਦੇ ਵਿੱਚ ਕੌਣ ਬੰਦਾ ਕਿੱਥੇ ਕਿਹੜੀ ਗੱਲ ਨੂੰ ਕਿੰਨੀ ਕੁ ਜਾਣਦਾ ਹੁਣ ਜੇ ਪੰਥਕ ਸਲਾਹਕਾਰ ਕਮੇਟੀ ਜਿਹੜੀ ਹੈ ਉਹਨੇ ਸਲਾਹ ਦਿੱਤੀ ਹੈ ਵੀ ਹਾਂਜੀ ਇਹਦੇ ਬਾਰੇ ਆਪਾਂ ਨੂੰ ਕਲੀਅਰ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਆਸ ਕਰਦੇ ਆ ਫੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੀਜ਼ਾਂ ਕਲੀਅਰ ਹੋਣਗੀਆਂ ਮੈਨੂੰ ਲੱਗਦਾ ਗੱਲ ਤੇ ਇੰਨੀ ਕੀ ਸੀ ਕਿ ਜੇ ਹੁਣ ਜੇ 17 ਦੇ ਤੋਂ ਲੈ ਕੇ ਤੇ ਹੁਣ 22 ਵੀ ਲੰਘ ਗਿਆ 5 ਸਾਲੇ ਲੰਘ ਗਏ 6ਾਂ ਸਾਲ ਚਲੇਗਾ ਤੇ 5-6 ਸਾਲ ਬਾਅਦ ਜਦੋਂ ਜਾ ਕੇ ਗੱਲ ਸਮਝ ਆਉਂਦੀ ਉਹਦੇ ਨੂੰ ਚੰਗਾ ਨਹੀਂ ਉਹ 17-18 ਦੇ ਵਿੱਚ ਹੀ ਕਿਤੇ ਸਮਝ ਆ ਗਈ ਹੁੰਦੀ ਜਾਂ ਉਦੋਂ ਹੀ ਕੁਛ ਨਾ ਕੁਛ ਕਲੀਅਰ ਕਰ ਲਿਆ ਹੁੰਦਾ ਤੇ ਸ਼ਾਇਦ ਆ ਜਿਹੜੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਉਹਦੀ ਬਜਾਏ ਪੰਜਾਬ 'ਚ ਫ ਮੈਂ ਪੁੱਛਿਆ ਬਰਾੜ ਸਾਹਿਬ ਨੂੰ ਚਰਨਜੀਤ ਸਿੰਘ ਬਰਾੜ ਹੋਰਾਂ ਨੂੰ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਪੋਕਸਪਰਸਨ ਵੀ ਹੋ ਮੀਡੀਆ ਕੋਆਰਡੀਨੇਟਰ ਵੀ ਹੋ ਤੁਸੀਂ ਦੱਸਿਓ ਕਿਉਂਕਿ ਪਿਛਲੇ ਦਿਨੀ ਕੌਮੇਨ ਸਾਹਿਬ ਮੋਰਚਾ ਵਾਲੇ ਨੇ ਕਿਹਾ ਸੀ ਨਾ ਕਿ ਜੋ ਅਕਾਲੀਆਂ ਵਾਲੇ ਬੰਦੇ ਛੜਾਉਣੇ ਹੁੰਦੇ ਬੰਦੀ ਸਿੰਘ 98 'ਚ ਛੜਾ ਲੈਣੇ ਹੀ ਉਦੋਂ ਉਹਨਾਂ ਦੀ ਸਰਕਾਰ ਸੀ ਵਾਜਪਾਈ ਸਾਹਿਬ ਨੂੰ ਲੋੜ ਸੀ ਉਹ ਦੋ ਛੜਾ ਸਕਦੇ ਸੀ ਮੈਂ ਕਿਹਾ ਜੀ ਛੜਾਏ ਕਿਉਂ ਨਹੀਂ ਉਹਨਾਂ ਦਾ ਦੋਸ਼ ਹੈ ਉਹ ਕਹਿੰਦੇ ਜੀ ਉਦੋਂ ਤਾਂ ਕੇਸ ਚੱਲਦੇ ਨੂੰ ਹੀ 4 ਸਾਲ ਹੋਏ ਸੀ ਤੇ ਚੱਲਦੇ ਕੇਸ ਦੇ ਵਿੱਚੋਂ ਬੰਦੇ ਕਿੰਦਾ ਛੜਾ ਲੈਂਦੇ ਅੱਜ ਕਹਿੰਦੇ ਸਥਿਤੀ ਹੋ ਰਹਾ ਸਜਾਵਾਂ ਹੋਈਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਅੱਜ ਜੋ ਕੰਮ ਕੀਤਾ ਜਾ ਸਕਦਾ ਉਹਦੋਂ ਕੀਤਾ ਨਹੀਂ ਸੀ ਜਾ ਸਕਦਾ ਚਲੋ ਦੂਸਰਾ ਫਿਰ ਉਹਨਾਂ ਨੇ ਪੁੱਛਿਆ ਕਿ ਭਾਈ ਇਹ 2014 ਤੋਂ 17 ਤੱਕ ਤੁਸੀਂ ਕੇਂਦਰੀ ਸਰਕਾਰ ਦੇ ਵਿੱਚ ਭਾਈਵਾਲ ਰਹੇ ਹੋ ਸੂਬੇ 'ਚ ਵੀ ਸਰਕਾਰ ਥੋੜੀ ਸੀ 2014 ਤੋਂ 17 ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਿਆ ਸੀ ਉਦੋਂ ਕਿਉਂ ਨਾ ਅਬੰਦੀ ਸਿੰਘ ਰਿਹਾ ਕਰਾਏ ਅੱਜ ਤੁਸੀਂ ਕਹਿੰਦੇ ਹੋ ਉਹ ਕਹਿੰਦੇ ਜੀ ਉਦੋਂ ਤੱਕ ਸਾਡੇ ਕੋਲੇ ਕੋਈ ਐਗਜ਼ਾਮਪਲ ਸੈੱਟ ਨਹੀਂ ਸੀ ਇਹ ਐਗਜ਼ਾਮਪਲ ਨਹੀਂ ਸੀ ਕੋਈ ਕਿ ਅਸੀਂ ਜਿਹਦਾ ਹਵਾਲਾ ਦੇ ਦਈਏ ਮਾਨਯੋਗ ਸੁਪਰੀਮ ਕੋਰਟ ਨੂੰ ਕਿਹਾ ਦੇਖੋ ਤੇ ਹੁਣ ਉਹ ਕਹਿੰਦੇ ਪਿਛਲੇ 2-3 ਸਾਲਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਬੰਦੇ ਛੱਡੇ ਗਏ ਆ ਹੁਣ ਸਾਡੇ ਕੋਲ ਇੱਕ ਉਦਾਹਰਣ ਹੈਗੀ ਆ ਇੱਕ ਠੋਸ ਤਰਕ ਤੇ ਕਾਰਨ ਹੈਗਾ ਇਸ ਕਰਕੇ ਅਸੀਂ ਸੰਘਰਸ਼ ਜਿਹੜਾ ਉਹ ਦੁਬਾਰਾ ਸ਼ੁਰੂ ਕਰ ਲਿਆ ਚਲੋ ਠੀਕ ਹੈ ਜਿਹਦੇ ਨੂੰ ਪੀ ਜਾਣਦੀ ਆ ਗੱਲ ਸੰਧਾਲੀਆ ਸਭ ਜਾਣਦੇ ਜਾਂਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਕਿਹਾ ਉਹ ਕਹਿੰਦੇ ਜੀ ਚਾਕੀ ਪੰਜਾਬ ਦੀ ਪੇਸ਼ ਨਹੀਂ ਹੋਣ ਦਿੱਤੀ ੱੱਕਾ ਕੀਤਾ ਸਾਡੇ ਜਿਹੜੇ ਜੰਗੀ ਸ਼ਹੀਦ ਨੇ ਆਜ਼ਾਦੀ ਪ੍ਰਵਾਨੇ ਨਹੀਂ ਆਜ਼ਾਦੀ ਖੁਲਾਟੀਏ ਨੇ ਉਹਨਾਂ ਦੀਆਂ ਕੁਰਬਾਨੀਆਂ ਦਾ અપਮਾਨ ਕੀਤਾ ਉਹ ਕਹਿੰਦੇ ਕਾਲੇ ਪਾਣੀ ਜਾ ਕੇ ਦੇਖੋ ਸੈਲੂਲਰ ਜੇਲ੍ਹ ਦੇ ਵਿੱਚ ਕਿ ਸਭ ਤੋਂ ਵੱਧ ਸਾਡੇ ਬੰਦਿਆਂ ਦੇ ਨਾਲ ਲਿਖਿਓ ਹੈ ਤੇ ਤੁਸੀਂ ਉਹਨਾਂ ਦੀ ਝਾਕੀ ਨਹੀਂ ਸ਼ਾਮਲ ਕੀਤੀ ਪੱਖਪਾਤ ਕੀਤਾ ਭੇਦਭਾਵ ਕੀਤਾ ਇਹ ਗੱਲ ਮੁੱਖ ਮੰਤਰੀ ਪੰਜਾਬ ਨੇ ਆਖੀ ਕਿ ਭਾਈ ਸਾਡੇ ਨਾਲ ਭੇਦਭਾਵ ਹੋਇਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਮੋਰਿਓ ਸੰਧਾਲੀਆ ਸਭ ਉੱਡਦਾ ਜਵਾਬ ਆਇਆ ਇਕੱਠਾ ਕਰਕੇ ਮਨਜਿੰਦਰ ਸਿੰਘ ਸਿਰਸਾ ਬੁੱਲੇ ਬੀਜੇਪੀ ਦੇ ਆਗੂ ਉਹ ਕਹਿੰਦੇ ਗਲਤ ਹੈ ਭਗਵੰਤ ਸਿੰਘ ਸਾਹਿਬ ਤੁਹਾਡੀ ਸੋਚ ਨਹੀਂ ਠੀਕ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਗਲਤੀ ਕਰਕੇ ਝਾਕੀ ਵਿੱਚ ਨਹੀਂ ਹੈ ਉਹਨਾਂ ਨੂੰ ਪੁੱਛਿਆ ਜੀ ਕਿਵੇਂ ਉਹ ਕਹਿੰਦੇ ਜੀ ਜਿਹੜੀ ਪਿਛਲੇ ਸਾਲ ਝਾਕੀ ਬਣਾਈ ਸੀ ਪੰਜਾਬ ਨੇ ਉਹਦੀ ਥੋੜੀ ਬਹੁਤ ਮਰਮਤ ਕਰਕੇ ਮਾੜਾ ਮੋਟਾ ਰੰਗ ਰੰਗ ਕਰਕੇ ਇਧਰ ਲਈ ਚੀਜ਼ ਇਧਰ ਤੇ ਇਧਰ ਲਈ ਇਧਰ ਕਰਕੇ ਉਹੀ ਭੇਜ ਦਿੱਤੀ ਉਹਨਾਂ ਨੇ ਕਹਿੰਦੇ ਪਛਾਣ ਲਈ ਕਿ ਇਹ ਤਾਂ ਪਿਛਲੀ ਵਾਰ ਦੀ ਝਾਕੀ ਹੈ ਮਾੜਾ ਮੋਟਾ ਠਈਆ ਡੱਪਾ ਕਰਕੇ ਤੋੜਤੀ ਇਸ ਕਰਕੇ ਉਹ ਕਹਿੰਦੇ ਕਿ ਉਹ ਝਾਕੀ ਇਸ ਕਰਕੇ ਰਿਜੈਕਟ ਹੋਈ ਆ ਕਿ ਲਗਾਤਾਰ ਦੂਸਰੇ ਸਾਲ ਉਦਾਂ ਦੀ ਹੀ ਝਾਕੀ ਜਿਹੜੀ ਆ ਉਹ ਭੇਜ ਦਿੱਤੀ ਗਈ ਫਿਰ ਮਸਲਾ ਇੱਥੇ ਨਹੀਂ ਮੁੱਕਦਾ ਉਹ ਕਹਿੰਦੇ ਜੀ ਦੇਖੋ ਜਿਨ੍ਹਾਂ ਸਮਿਆਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਝਾਕੀਆਂ ਤਿਆਰ ਕਰਨੀਆਂ ਹੁੰਦੀਆਂ ਹੁੰਦੀਆਂ ਸਾਲ 'ਚ ਕਿ 26 ਜਨਵਰੀ ਨੂੰ ਉੱਥੇ ਭੇਜਣੀਆਂ ਰੇ ਸਲਾਉਣੀਆਂ ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ 'ਚ ਬਿਜ਼ੀ ਸੀ ਕਿ ਆ ਵੋਟਾਂ ਨੇ ਭਾਈ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਆਪਾਂ ਪਹਿਲਾਂ ਵੋਟਾਂ 'ਚ ਜਾਣਾ ਹੈ ਬਾਕੀ ਬਾਅਦ 'ਚ ਦੇਖਦੇ ਆ ਉਹ ਕਹਿੰਦੇ ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਉਹਨਾਂ ਸੂਬਿਆਂ ਦੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਣ ਤੋਂ ਵੇਲ ਹੀ ਨਹੀਂ ਲੱਗਾ ਇਸ ਕਰਕੇ ਕਹਿੰਦੇ ਜੇ ਆ ਕੁਝ ਹੋਇਆ ਜੇ ਝਾਕੀ ਨਮੀ ਬਣਾ ਕੇ ਭੇਜਦੇ ਕਿਸੇ ਨੇ ਵੀ ਰਿਜੈਕਟ ਕਰਨੀ ਉਹ ਨਹੀਂ ਸੀ ਗਲਤੀ ਇਹਨਾਂ ਦੀ ਹੈ ਦੋਸ਼ ਸਾਡੇ 'ਚ ਕੱਢੀ ਜਾਂਦੇ ਆ ਆ ਹੁਣ ਦੇਖੋ ਇਹ ਇਹ ਵੀ ਹੁਣ ਪਤਾ ਨਹੀਂ ਵੀ ਕੌਣ ਸੱਚਾ ਕੌਣ ਝੂਠਾ ਇਹਨੂੰ ਆਪਾਂ ਕਹੀਏ ਪਰ ਜਿੱਦਾਂ ਉਹ ਉਹ ਗੱਲ ਚੱਲਦੀ ਸੀ ਵੀ ਹਾਂ ਉਦੋਂ ਵਾਕੇ ਉਹ ਆਜ਼ਾਦੀ ਸੰਗਰਾਮ ਦੇ ਨਾਲ ਸੰਬੰਧਿਤ ਝਾਕੀ ਸੀ ਇਜ਼ਾਦੀ ਸੰਗਰਾਮ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਉਦੋਂ ਫਿਰ ਕਿਤੇ ਨਾ ਕਿਤੇ ਪੰਜਾਬੀਆਂ ਦਾ ਉਹਦੇ ਵਿੱਚ ਬਹੁਤ ਵੱਡਾ ਨਾਮ ਆਉਂਦਾ ਤੇ ਹਾਂਜੀ ਉਹ ਉਹ ਬਹੁਤਾ ਕਿਤੇ ਲਾਈਮਲਾਈਟ ਨਾ ਹੋ ਜੇ ਇਸ ਕਰਕੇ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਹੁਣ ਜਦੋਂ ਇਸ ਫੈਕਟਰ ਤੋਂ ਦੇਖਦੇ ਆਂ ਤੇ ਫਿਰ ਜਾਬਦਾ ਬਿਆਰੀ ਤੇ ਪੰਜਾਬ ਨਾਲ ਬਹੁਤ ਵੱਡਾ ਤਕਾ ਪਰ ਜੇ ਸ਼ਿਰਸਾ ਸਾਹਿਬ ਦੀ ਮੰਨੀਏ ਉਹ ਕਹਿੰਦੇ ਵੀ ਹਾਂਜੀ ਜਿਹੜੀ ਚੀਜ਼ ਉਹ ਪਿਛਲੇ ਸਾਲ ਉਹ ਮੇਰੇ ਖਿਆਲ ਹੁਣ ਵੀ ਯਾਦ ਹੋਣੀ ਆ ਇਹ ਪਿਛਲੇ ਸਾਲ ਵਾਲੀ ਚਾਗੀ ਤੁਸੀਂ ਕਿਤੇ ਹੁਣ ਵੀ ਇੰਟਰਨੈਟ ਤੇ ਕੱਢ ਕੇ ਵੇਖ ਲਓ ਤੇ ਉਦੋਂ ਵਾਕਈ ਉਹ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਤੇ ਹੋਰ ਜਿਹੜੇ ਆਜ਼ਾਦੀ ਘੁਲਾ ਉਹਨਾਂ ਦੇ ਉਹ ਬੁੱਤ ਸੀਗੇ ਸਾਹਮਣੇ ਤੇ ਉਹੋ ਜੀ ਚੱਕੀ ਜਿਹੜੀ ਸੀਗੀ ਉਹ ਪਿਛਲੇ ਸਾਲ ਵੀ ਸੀਗੀ ਜੇ ਉਹਦੇ ਨਾਲ ਹੀ ਰਲਦਾ ਮਿਲਦਾ ਜਾਂ ਕੁਛ ਸੀਗਾ ਤੇ ਉਹ ਕਹਿੰਦੇ ਵੀ ਯਾਰ ਉਹਦੇ 'ਚ ਕੁਛ ਉਹਨਾਂ ਨੇ ਮਾੜਾ ਮੋੜ ਹੀ ਫਿਰ ਕਰਕੇ ਫਿਰ ਪੇਸ਼ ਕਰਤੀ ਜੇ ਇਦਾਂ ਦੀ ਗੱਲ ਐ ਤੇ ਫਿਰ ਆਪਾਂ ਇਹ ਕਵਾਂਗੇ ਵੀ ਇਹਨਾਂ ਦੇ ਵਿਭਾਗ ਵਾਲੇ ਪਾਸਿਓਂ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਗੀ ਪਰ ਮਨ ਲੱਗਦਾ ਵੀ ਹੁਣ ਤੇ ਤੀਰ ਲੰਘ ਗਿਆ ਹੁਣ ਤੇ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਇਹ ਚੀਜ਼ ਹੁਣ ਹੋ ਗਈ ਇਹ ਗਾਂਹ ਆਉਂਦੇ ਸਾਲਾਂ ਤੋਂ ਨਾ ਹੋਵੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾਣਾ ਚਾਹੀਦਾ ਹਾ ਜੇ ਮੰਨ ਲਓ ਵੀ ਇਹਨਾਂ ਨੂੰ ਜ਼ਿਆਦਾ ਸੀ ਵੀ ਇਹ ਆਜ਼ਾਦੀ ਸੰਗਰਾਮ ਨਾਲ ਤੇ ਅਗਲੇ ਸਾਲ ਵੀ ਇਹ ਸੇਮ ਜਿਹੜਾ ਉਹ ਰੱਖਿਆ ਜਾ ਸਕਦਾ ਥੀਮ ਪਰ ਹਾਂ ਉਹਦੇ ਲਈ ਵੱਖਰੇ ਢੰਗ ਤਰੀਕੇ ਨਾਲ ਜਦੋਂ ਚੀਜ਼ ਪੇਸ਼ ਕੀਤੀ ਜਾਵੇ ਤੇ ਉੱਥੇ ਜਾ ਕੇ ਕਲੀਅਰ ਹੋਵੇ ਜਿਹੜਾ ਸੁਨੇਹਾ ਆਪਾ ਦੇਣਾ ਚਾਹੁੰਦੇ ਉਹ ਲੋਕਾਂ ਤੱਕ ਪਹੁੰਚੇ ਤੇ ਫਿਰ ਉਹ ਜਿਹੜਾ ਉਹ ਲਾਂਬਾ ਇਸ ਸਾਲ ਰਹਿ ਗਿਆ ਹੋ ਸਕਦਾ ਅਗਲੇ ਸਾਲ ਲੈ ਜੀ ਨਹੀਂ ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ ਬਾਕੀ ਦੇਖੋ ਤਾਂ ਲੱਲੇ ਪੱਬੇ ਤਾਂ ਕਈ ਤਰ੍ਹਾਂ ਦੇ ਹੋਣੇ ਆ ਉਲਾਂਬਾ ਦੂਰ ਹੋਊਗਾ ਕਿ ਨਹੀਂ ਹੋਊਗਾ ਪਤਾ ਨਹੀਂ ਪਰ ਆਹ ਜਿਹੜੀ ਗੱਲ ਹੈ ਨਾ ਕਿ ਸੂਬਿਆਂ ਦੇ ਨਾਲ ਕੇਂਦਰ ਪੱਖਪਾਤ ਕਰਦਾ ਜਾਂ ਆਹ ਸੂਬਾ ਕੇਂਦਰ ਨੂੰ ਸਹਿਯੋਗ ਨਹੀਂ ਦਿੰਦਾ ਇਹ ਡਿਵੈਲਪਮੈਂਟ ਵਾਲੀਆਂ ਗੱਲਾਂ ਨਹੀਂ ਕੇਂਦਰ ਦੀ ਸਰਕਾਰ ਸਾਰਿਆਂ ਨੂੰ ਇੱਕ ਅੱਖ ਨਾ ਦੇਖੇ ਜਿਹੜੇ ਸੂਬੇ ਨੂੰ ਲੋੜ ਆ ਉਹਨੂੰ ਉਹ ਚੀਜ਼ ਪ੍ਰੋਵਾਈਡ ਕਰਾਏ ਸੂਬੇ ਕਾ ਨੂੰ ਆਪਣੇ ਹਿੱਸੇ ਦੇ ਪੈਸੇ ਮੰਗਦੇ ਫਿਰਨ ਕਿ ਭਾਈ ਸਾਡੇ ਆ ਵੀ ਪੈਸੇ ਨਹੀਂ ਦੇ ਉੱਤੇ ਸਾਨੂੰ ਇਹ ਤੇ ਕੱਟ ਲਾਤਾ ਤੇ ਸੂਬੇ ਵੀ ਕੇਂਦਰ ਸਰਕਾਰ ਦੀ ਗ੍ਰਾਂਟ ਨੂੰ ਚੱਜ ਨਾਲ ਵਧੀਆ ਤਰੀਕੇ ਦੇ ਨਾਲ ਖਰਚ ਕਰਨ ਆ ਗੱਲਾਂ ਹੀ ਨਾ ਹੋਣ ਕਿਉਂਕਿ ਸੰਵਿਧਾਨ ਲਾਗੂ ਆ ਸੰਵਿਧਾਨ ਕਨਸਟੀਟਿਊਸ਼ਨ ਤੇ ਸੰਵਿਧਾਨ ਦੇ ਵਿੱਚ ਸੂਬਿਆਂ ਦੇ ਤੇ ਕੇਂਦਰ ਦੇ ਵੱਖ-ਵੱਖ ਅਧਿਕਾਰ ਨੇ ਇੱਕ ਸਾਂਝੀ ਸੰਵਰਤੀ ਸੂਚੀ ਵੀ ਹੈ ਤੇ ਆ ਗੱਲਾਂ ਜਦੋਂ ਹੁੰਦੀਆਂ ਕਿ ਪੱਖਪਾਤ ਕੀਤਾ ਉਹ ਕਹਿੰਦੇ ਜੀ ਨਾ ਨੇ ਆ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਧਿਰ ਜਿਹੜੀ ਸੱਤਾ 'ਚ ਹੈ ਜਿਹੜੀ ਰਾਜ ਕਰਦੀ ਹੈ ਜਾਂ ਜਿਹੜੀ ਸੱਤਾ 'ਚ ਰਹੀ ਹੈ ਜਾਂ ਜਿਨ੍ਹਾਂ ਨੇ ਸੱਤਾ ਚਾਉਣਾ ਹੈ ਸੰਧਾਲੀਆ ਸਭ ਝੂਠ ਬੋਲਦੀ ਹੈ ਉਹ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕਰਦੀ ਕਿਉਂਕਿ ਸੰਵਿਧਾਨ ਨੇ ਸਾਰੀਆਂ ਚੀਜ਼ਾਂ ਲਿਖਣੀਆਂ ਨਹੀਂ ਹੁੰਦੀਆਂ ਕਈ ਚੀਜ਼ਾਂ ਦੇ ਐਥਿਕਸ ਹੁੰਦੇ ਆ ਕਿ ਅਸੀਂ ਆਹ ਕੰਮ ਤਾਂ ਭਾਈ ਕਰੇ ਹੀ ਨਹੀਂ ਸਕਦੇ ਉਹ ਲਿਖਿਆ ਹੋਵੇ ਜਾਂ ਨਾ ਲਿਖਿਆ ਹੋਵੇ ਪਰ ਉਹ ਸਾਰਾ ਕੁਝ ਹੋ ਰਿਹਾ ਗਲਤ ਹੈ ਖੋਖਲਾ ਨਾ ਕਰੋ ਲੋਕਤੰਤਰ ਨੂੰ ਚਲੋ ਆਸ ਕਰਦੇ ਹਾਂ ਵੀ ਇਹ ਇਹ ਸਾਰਾ ਕੁਝ ਹੁਣ درست ਹੋਊਗਾ ਬਾਕੀ ਆਪਣੇ ਜਾਣ ਦਾ ਵੇਲਾ ਵੀ ਹੋ ਗਿਆ ਜੀ ਚਲਿਏ ਫਿਰ ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ ਮਿਹਰਬਾਨੀ ਅੋ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਆਪਣੀ ਫੀਡਬੈਕ ਭੇਜਦੇ ਰਹੇ ਨੇ ਉਹਦੇ ਲਈ ਬੜੇ ਧੰਨਵਾਦੀ ਹਾਂ ਤੇ ਇੱਕ ਤਰ੍ਹਾਂ ਦਾ ਪ੍ਰਾਈਮੇਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ